ਸਭ ਤੋਂ بڑا ਝੂਠ ਹੈ ਜਿਹੜੇ ਐਸਟੋਲੋਜਰ ਨੇ ਆਪਣੇ ਦਫ਼ਤਰ ਦੇ ਬਾਹਰ ਲਿਖ ਕੇ ਲਾਤਾ 100% ਐਕੂਰੇਸੀ ਕਦੇ ਨਹੀਂ ਹੋ ਸਕਦੀ ਜੇ ਉਹ ਹੁੰਦੀ ਨਾ ਉਸ ਐਸਟੋਲੋਜਰ ਨੂੰ ਕੰਪਾਨੀਆਂ ਅਡਾਨੀਆਂ ਤੇ ਟਾਟਾ ਨੇ ਛੱਡਣਾ ਨਹੀਂ ਸੀ ਭੂਤਕਾਲ ਨੂੰ जानके वर्तमान काल ਦਾ 베ਰਵਾ ਲੈ ਕੇ ਕੋਈ ਖਵਾਰੇ ਦੱਸਣਾ ਇਹ ਜੋਤਿਸ਼ ਹੈ ਗੁਰਬਾਣੀ ਚ ਇੱਕ ਤੁਕ ਆਂਦੀ ਹੈ ਜੋ ਪਿੰਡੇ ਸੋਬਰਾ ਮੰਡੇ ਜੋ ਖੋਜੇ ਸੋ ਪਾਵੇ ਇਹੀ ਸ਼ਲੋਕ ਹੈ ਯਥਾ ਪਿੰਡੇ ਰਥਾ ਬ੍ਰਾਹਮਣ ਦੇ ਚੈਟ ਫ੍ਰੀ ਦੇਣਾ ਜਾਂ ਚਿੱਟਾ ਫ੍ਰੀ ਦੇਣਾ ਇੱਕੋ ਗੱਲ ਹੈ ਫਿਰ ਮਤਲਬ ਜੇ ਆਪਾਂ ਗੱਲ ਕਰੀਏ ਤੇ ਐਪ ਇੱਕ ਤਰ੍ਹਾਂ ਦਾ ਝੂਠ ਹੈ ਮੋਬਾਈਲ ਦੇ ਦੂਜੇ ਪਾਸੇ ਨਾ ਡਾਕਟਰ ਬੈਠਾ ਹੀ ਨਹੀਂ ਉਥੇ ਬੈਠਾ ਹੀ ਕੰਪਾਉਂਡਰ ਜਾਂ ਪੀਹਨ ਹੈ ਜਿਹੜੇ ਡਾਕਟਰ ਕੋਲ ਕੰਮ ਹੁੰਦਾ ਨਾ ਉਹ ਘੜੀ ਦਿਖਦਾ ਔਰ 6 ਵਜੇ ਤਾਲਾ ਦਫਤਰ ਨੂੰ ਲਾ ਲਾਂਦਾ ਵੀ ਹੁਣ ਮੈਂ ਚੱਲਿਆ ਕਰ ਬਾਣੀਆਂ ਬੁੱਧੀ ਦੀ ਜੀ ਮੈਂ ਗੱਲ ਕਰਾਂ ਉਹਦੀ ਕੋਈ ਇੱਕ ਸੋਚ ਲਾਭ ਕੱਢਦੀ ਏ ਪਿੱਛੇ ਕੀ ਬਚਦਾ ਉਹਨੇ ਲਾਭ ਕੱਢਣਾ ਕਿਸ ਹੱਦ ਤੱਕ ਇਹ ਚੀਜ਼ਾਂ ਸੱਚ ਹੁੰਦੀਆਂ ਤੁਹਾਨੂੰ ਆਪਣੇ ਬਾਰੇ ਪਤਾ ਲੱਗ ਜਾਂਦਾ ਕਿ ਤੁਹਾਡਾ ਕੀ ਹੈ ਆਉਣ ਵਾਲਾ ਬਿਲਕੁਲ ਪਤਾ ਲੱਗਦਾ ਸਾਨੂੰ ਆਪਣੇ ਬਾਰੇ ਪਰ ਕਿਤੇ ਨਾ ਕਿਤੇ ਉਹ ਚੀਜ਼ਾਂ ਅਸੀਂ ਓਦਾਂ ਮੋਨੀਟਰ ਨਹੀਂ ਕਰ ਸਕਦੇ ਜਿੱਦਾਂ ਤੁਹਾਡੀ ਲਾਈਫ ਬਾਰੇ ਇਨੋਸੈਂਟਲੀ ਕਲੀਅਰਲੀ ਮੋਨੀਟਰ ਕਰ ਸਕਦੇ ਜੇ ਐਦਾਂ ਹੁੰਦਾ ਨਾ ਤਾਂ ਭਾਰਤ 'ਚ ਰਹਿਣ ਵਾਲਾ ਹਰ ਇੱਕ ਜੋਤਸ਼ੀ ਪਰਪਤਿ ਹੁੰਦਾ ਇਹ ਵਿੱਦਿਆ ਐਦਾਂ ਦੀ ਹੈ ਕਿ ਆਪਣਾ ਸਿਰ ਆਪ ਨਹੀਂ ਗੁੰਦ ਹੁੰਦਾ ਸੋ ਕੋ ਚੰਗਾ ਕਰੇ ਐਦਾਂ ਦੀ ਬਣਾਈ ਹਜੇ ਮੌਤ ਹੈ ਤਾਂ ਲੋਕਾਂ ਨੂੰ ਕਿੰਨਾ ਹੰਕਾਰ ਹੈ ਜੇ ਮੌਤ ਨਾ ਹੁੰਦੀ ਤਾਂ ਹੰਕਾਰ ਦਾ ਲੈਵਲ ਕੀ ਹੋਣਾ ਹਜੇ ਜੋਤਸ਼ੀਆਂ ਦੇ ਜੀਵਨ 'ਚ ਕਸ਼ਟ ਹੈ ਦੁੱਖ ਜੋ ਨਾ ਹੁੰਦਾ ਤਾਂ ਚੋਚੀਆ ਨੇ ਰੱਬ ਬਣ ਜਾਣਾ ਸੀ ਜੇ ਗੱਲ ਕਰਦੇ ਆ ਫਿਊਚਰ ਦੀ ਫਿਊਚਰ ਇਹ ਚੀਜ਼ ਹੋਣ ਵਾਲੀ ਉਹ ਚੀਜ਼ ਹੋਣ ਵਾਲੀ ਤੇ ਉਹਨੂੰ ਬਦਲੇ ਨਹੀਂ ਜਾ ਸਕਦਾ ਫਿਰ ਜੁਗੋ ਜੁਗ ਅਟੱਨ ਇਸ ਤਰ੍ਹਾਂ ਦਾ ਨਾਸਤਿਕ ਦੇਹੀ ਜੇ ਆਪਾਂ ਗੱਲ ਕਰਦੇ ਪਏ ਆ ਜੇਕਰ ਰੱਬ ਨੇ ਹੀ ਲਿਖਿਆ ਕਿ ਉਹਨੇ ਨਾਸਤਿਕ ਬੰਨਾ ਤੇ ਫਿਰ ਲੋਕੀ ਕ੍ਰਿਟੀਸਾਈਜ਼ ਕਿਉਂ ਕਰਦੇਗੇ ਰੱਬ ਨੂੰ ਵੀ ਨਹੀਂ ਮੰਨਦਾ ਆਪਾਂ ਲੋਕ ਵੀ ਅੱਧੇ ਆਸਥਿਕ ਹੈ ਤੇ ਅੱਧੇ ਨਾਸਤਿਕ ਆ ਯਾਦ ਰੱਖਿਓ ਜਿਹੜੀ ਨਾਸਤਿਕ ਦੀ ਕੈਟਾਗਰੀ ਹੈ ਪ੍ਰਮਾਤਮਾ ਨੇ ਪਲੱਸ ਮਾਈਨਸ ਨੂੰ ਬੈਲੈਂਸ ਕਰਨ ਲਈ ਰੱਖੀ ਹੈ ਜੇ ਦੰਡ ਲਾਇਆ ਉਹਨਾਂ ਲੋਕਾਂ ਨੂੰ ਜਿਹੜੇ ਉਹਨੇ ਆਪਣੇ ਤੋਂ ਦੂਰ ਕਰ ਅਸਤਿਕ ਤਕਸਾਜ਼ਾ ਅਸਤਿਕ ਦੀ ਵੀ ਗੱਲ ਕਰੀਏ ਅਸਤਿਕ ਬੰਦਾ ਵੀ ਰੱਬ ਨੂੰ ਪਾਣ ਵਾਸਤੇ ਕੀ ਕੁਝ ਨਹੀਂ ਕਰਦਾ ਫਿਰ ਵੀ ਨਹੀਂ ਮਿਲਦਾ तरीका गलत हो सकता है दोस्त आस्तिक ਨੂੰ ਤਰੀਕੇ ਦੱਸੇ ਕਿਨੇ ਆ ਜੇ ਤਾਂ ਆਸਤਿਕ ਉਹ ਤਰੀਕੇ ਫੋਲੋ ਕਰ ਰਹੇ ਹੈ ਜਿਹੜੇ ਧਰਮ ਦੇ ਠੇਕੇਦਾਰਾਂ ਨੇ ਕਦੇ ਨਹੀਂ ਗੱਲ ਪਾ ਸਕਕੇ ਚੰਗਾ ਸਟੋਲੋਜਰ ਇਹਨਾਂ ਤਿੰਨ ਵਿਸ਼ਿਆਂ ਬਾਰੇ ਕਦੇ ਵੀ ਚਰਚਾ ਨਹੀਂ ਕਰੂਗਾ ਕਿਸ ਦਿੱਤੀ ਭੈਣ ਦਾ ਕਿਰਤਾਰ ਕਿਤਾਂ ਦਾ ਕਿਸੇ ਧੀ ਭੈਣ ਦੇ ਢਿੱਡ ਚ ਕੁੱਖ ਚ ਕੀ ਪਲ ਰਿਹਾ ਤੇ ਜਾਂ ਕਿਸੇ ਵੀ ਸਰੀਰ ਨੇ ਆਤਮਾ ਤਾਂ ਮਰਦੀ ਨਹੀਂ ਸਰੀਰ ਨੇ ਸਵਾਖ ਦੋਣਾ ਉਹ ਕਦੇ ਨਹੀਂ ਦੱਸੂ ਮੈਡੀਕਲ ਸਾਇੰਸ ਤੋਂ ਕਦੇ ਬੰਦਾ ਨਹੀਂ ਮਰਿਆ ਡਾਕਟਰ ਤੋਂ ਮਰੇਆ ਕੀ ਅਸੀਂ ਮੈਡੀਕਲ ਸਾਇੰਸ ਛੱਡਦੇ ਨੇ ਅੱਜ ਦਾ ਜਿਹੜਾ ਯੂਥ ਹੈ ਨਾ ਜੀ ਦੋ ਕਲਰਾਂ ਵੱਲ ਜ਼ਿਆਦਾ ਇਨਕਲਾਈਨ ਹੋ ਰਿਹਾ ਕ੍ਰੀ ਔਰ ਬਲੈਕ ਕਿਉਂ ਪਹਿਲਾਂ ਕਿਉਂ ਨਹੀਂ ਪਹਿਲਾਂ ਕੇਸਰੀ ਰੰਗ ਕਿਉਂ ਸੀ ਪਹਿਲਾਂ ਭਗਵਾ ਰੰਗ ਕਿਉਂ ਸੀ ਸਿਰਫ ਕੀ ਕਰਿਆ ਕਲਰਾਂ ਨੂੰ ਤਾਂ ਰਮਣਾ ਜੋੜਦਾ ਕੇਸਰੀ ਹੈ ਤਾਂ Hindu ਹੈ ਜੀ ਹਰਾ ਹੈ ਤਾਂ Muslim ਹੈ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਥੋੜਾ ਪਰਸਪੈਕਟਿਵ ਬਦਲਣਾ ਐਸਟ੍ਰੋਲੋਜੀ ਲਈ ਬੰਦ ਸੱਚੀ ਗੱਲ ਜੀ ਸੱਚੀ ਗੱਲ ਹੈ। ਪਹਿਲੇ ਆਪਣੇ ਬਾਰੇ ਥੋੜਾ ਪ੍ਰੋਫੈਸ਼ਨ ਬਾਰੇ ਦੱਸੋ ਸਰ। ਮੈਂ ਇੱਕ ਐਸਟ੍ਰੋਵਾਸਤੂ ਐਕਸਪਰਟ ਹਾਂ। ਓਕੇ। ਐਸਟ੍ਰੋ ਦੀ ਟਰਮ ਹੈਗੀ ਹੈ ਸਟ੍ਰੋਲੋਜੀ ਦੀ। ਹਮਮ। ਔਰ ਵਾਸਤੂ ਦੀ ਟਰਮ ਹੈਗੀ ਹੈ ਜਸਟ ਸਿੰਪਲ ਵਾਸਤੂ ਜਿਸ ਤਰ੍ਹਾਂ ਅਸੀਂ ਵਾਸਤੂ ਨੂੰ ਟਰਮਡ ਕਰਦੇ ਹਾਂ ਅੱਜਕੱਲ। ਤੇ ਤੁਹਾਡੇ ਪ੍ਰੋਫੈਸ਼ਨ 'ਚ ਲਾਈਕ ਜਿਸ ਤਰ੍ਹਾਂ ਐਸਟ੍ਰੋਵਾਸਤੂ ਤੁਸੀਂ ਕਹਿਆ। ਉਹਦੇ ਵਿੱਚ ਤੁਹਾਡੇ ਕੀ-ਕੀ ਰੋਲ ਰਹਿੰਦੇ ਆ? ਬੇਸਿਕਲੀ ਇੱਕ ਸਟੋਲੋਜਰ ਉਹ ਬੰਦਾ ਹੈ ਜਿਹੜਾ ਤੁਹਾਨੂੰ ਗਾਈਡ ਕਰਦਾ ਹੈ। ਜਿਹੜਾ ਤੁਹਾਨੂੰ ਤੁਹਾਡੇ ਲਾਈਫ ਦੇ ਅਪ ਐਂਡ ਡਾਊਨਸ ਲਈ ਦੱਸਦਾ ਹੈ। ਜੀ। ਤੁਹਾਨੂੰ ਸਾਰਾ ਕੁਝ ਤੁਹਾਡੀ ਲਾਈਫ ਬਾਰੇ ਕੀ ਕਿਦਾਂ ਹੋਏਗਾ ਕਿਦਾਂ ਹੋ ਸਕਦਾ ਬੀਸਿਕਲੀ ਅਸਟ੍ਰੋਲੋਜੀ ਸਾਇੰਸ ਜਿਹੜੀ ਹੈਗੀ ਆ ਉਹਨੂੰ ਜਾਣਨ ਵਾਲਾ ਬੰਦਾ ਅਸਟ੍ਰੋਲੋਜਰ ਕੋ ਹੁੰਦਾ ਓਕੇ ਹੁਣ ਜਿਸ ਤਰ੍ਹਾਂ ਕੋਈ ਪਰਸਨ ਤੁਹਾਡੇ ਕੋਲ ਆਉਂਦਾ ਕੋਈ ਚੀਜ਼ਾਂ ਜਾਣਨ ਲਈ ਤੁਸੀਂ ਕਿਸ ਤਰੀਕੇ ਨਾਲ ਜਜ ਕਰਦੇ ਹੋ ਲਾਈਕ ਕਿਦਾਂ ਤੁਹਾਨੂੰ ਆਈਡੀਆ ਹੁੰਦਾ ਕਿ ਇਹਦੇ ਨਾਲ ਕੀ ਹੋਣ ਵਾਲਾ ਹੈ ਕੀ ਜੀ ਨਾਲ ਬੀਸਿਕਲੀ ਰਿਕੁਆਇਰਮੈਂਟ ਹੈ ਅਸਟ੍ਰੋਲੋਜੀ ਦੀ ਨਾ ਜਿਸ ਤਰ੍ਹਾਂ ਆਪਾਂ ਡੇਟ ਆਫ ਬਰਥ ਟਾਈਮ ਆਫ ਬਰਥ ਔਰ ਪਲੇਸ ਆਫ ਬਰਥ ਉਹਦਾ ਲੈ ਲੈਨੇ ਉਹਦੇ ਨਾਲ ਇੱਕ ਉਹਦਾ ਗ੍ਰਾਫ ਬਣਦਾ ਹੈ ਪਲੈਨਟ ਗ੍ਰਾਫ ਜੀ ਨੂੰ ਅਸੀਂ planets ਦੇ ਮੂਵਮੈਂਟ ਨਾਲ ਉਹਨੂੰ ਅਸੀਂ ਕੁੰਡਲੀ ਕਹ ਦਿੰਦੇ ਹਾਂ ਬਹੁਤ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਜੀ ਉਹਦੀ ਦੇਖ ਕੇ ਉਹ ਪ੍ਰੈਡਿਕਸ਼ਨਸ ਕਰਦੇ ਆਪਾਂ ਵੀ ਉਹ ਕਿਹੜੇ planets ਕਿਹੜੇ ਜ਼ੋਡਿਕ ਸਾਈਨ ਦੇ ਵਿੱਚ ਨੇ ਕਿੱਦਾਂ ਦੇ ਨੇ ਉਸ ਤਰ੍ਹਾਂ ਬਟ ਇੱਕ ਚੀਜ਼ ਲਾਈਕ ਮੈਂ ਸੇ ਤੁਹਾਨੂੰ ਪੁੱਛਣਾ ਚਾਹਾਂਗਾ ਕਿ planets ਤੇ ਜਸਟ ਇੱਕ ਸੋਲਰ ਸਿਸਟਮ ਦਾ ਪਾਰਟ ਹੈ ਬਿਲਕੁਲ ਤੇ ਉਹ ਕਿੱਦਾਂ ਪ੍ਰੈਡਿਕਟ ਕਰ ਸਕਦੀ ਹੈ ਇਹ ਚੀਜ਼ਾਂ ਇਸਟੋਲੋਜੀ ਸਾਇੰਸ ਹੈ ਨਹੀਂ ਹੈ ਮਤਲਬ ਇਹਨੂੰ ਪਰ ਟਰਮਡ ਕਰੀਏ ਵੀ ਜੋਤਿਸ਼ ਜਿਹੜੀ ਹੈਗੀ ਹੈ ਉਹ ਬੰਦੇ ਦੇ ਜੀਵਨ ਤੇ ਇੰਪੈਕਟ ਪਾਉਂਦੀ ਹੈ ਨਹੀਂ ਪਾਉਂਦੀ ਇਹ ਬਹਿਸ ਕੋਈ ਅੱਜ ਦੀ ਨਹੀਂ ਹੈ ਮਤਲਬ ਇਹ ਕਿੰਨੀ ਸਦੀਆਂ ਤੋਂ ਸਾਲਾਂ ਤੋਂ ਚੱਲਦੀ ਆ ਰਹੀ ਹੈ ਜੀ ਇੱਕ ਪਾਸੇ ਤਾਂ এডੂਕੇਸ਼ਨ ਵਾਲੇ ਲੋਕ ਨੇ ਜਿਸ ਤਰ੍ਹਾਂ ਮੈਂ ਆਪਣੀ ਗੱਲ ਕਰਾਂ ਮੇਰੀ ਪਹਿਲੀ ਪੀ ਐਚ ਡੀ ਇਸਟੋਲੋਜੀ ਚ ਹੈ ਜਿਹੜੀ ਦੂਜੀ ਮੈਂ ਕਰ ਰਿਹਾ ਹਾਂ ਸਾਈਕੋਲੋਜੀ ਚ ਕਰ ਰਿਹਾ ਹਾਂ ਤੇ ਲਾਸਟ 5 ਸਾਲਾਂ ਤੋਂ ਕਰ ਹੀ ਰਿਹਾ ਹਾਂ ਓਕੇ ਅਨੁਕ੍ਰਿਤ ਜੇ ਵੈਰੀ ਡੀਪ ਸਾਇੰਸ ਇਨ ਸਾਈਕੋਲੋਜੀ ਵੈਨ ਯੂ ਡੀਲ ਵਿਦ ਸਾਈਕੋਲੋਜੀ ਤੁਸੀਂ ਮਨੋਵਿਗਿਆਨ ਬਾਰੇ ਪੜ੍ਹਦੇ ਹੋ ਨਾ ਤਾਂ ਉਹ ਅੱਜ ਦੀ ਬਹਿਸ ਨਹੀਂ ਹੈ ਸਾਡੇ ਮਨ ਦਾ ਵਿਸ਼ਾ ਹੈ ਸਾਡਾ ਮਨ ਜੇ ਇਸ ਚੀਜ਼ ਨੂੰ ਸਮਝ ਲੈਂਦਾ ਹੈ ਵੀ ਹਾਂ ਜੋਤਿਸ਼ ਐਦਾਂ ਦਾ ਬੰਦੇ ਦੇ ਜੀਵਨ ਨੂੰ ਬਦਲ ਸਕਦੀ ਹੈ ਹਾਂਜੀ ਆ ਕੰਮ ਕਰਦੀ ਹੈ ਕਿਉਂਕਿ ਤੁਸੀਂ ਕਹਾਂ ਸੋਲਰ ਸਿਸਟਮ ਉਹਨੂੰ ਉਸ ਸਾਇੰਸ ਨੂੰ ਕਹਿੰਦੇ ਨੇ ਆਪਾਂ ਐਸਟਰੋਨੋਮੀ ਇਹ ਹੋ ਗਈ ਐਸਟ੍ਰੋਲੋਜੀ ਸੂਰਜ ਇੱਕ ਪ੍ਰਕਾਸ਼ ਦਾ ਸੋਮਾ ਹੈ ਜੀ ਉਹ ਕਿਰਨਾਂ ਛੱਡਦਾ ਹੈ ਉਹ ਕਿਰਨਾਂ ਸਾਰੇ ਗ੍ਰਹਾਂ ਤੇ ਟਕਰਾਉਂਦੀਆਂ ਨੇ ਤਕਰਾ ਕੇ ਵਾਪਸ ਆndੀਆਂ ਨੇ ਠੀਕ ਹੋ ਗਿਆ ਬਿਲਕੁਲ ਉਹ ਜਿਹੜੀਆਂ ਅਸੀਂ ਸੰਜੀਵ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਤਾਂ ਇੰਪੈਕਟ ਪਾਉਂਦੀਆਂ ਹੀ ਪਾਉਂਦੀਆਂ ਨੇ ਜਿਹੜੀਆਂ ਸਮੁੰਦਰ ਦੇ ਡੂੰਘੇ ਚ ਸਿੱਪੀਆਂ ਕੌਡੀਆਂ ਸ਼ੈਲਜ਼ ਹੁੰਦੇ ਨੇ ਨਾ ਸ਼ੰਖ ਵਗੈਰਾ ਉਹਨਾਂ ਦੀ ਸ਼ੇਪ ਵੀ ਚੇਂਜ ਕਰਦੀ ਹੈ ਤੁਸੀਂ ਪ੍ਰਭਾਵ ਦੇਖੋ ਵੀ ਕਿੰਨੇ ਕਿਲੋਮੀਟਰ ਨਹਿਰ ਚ ਜਾਂ ਸਮੁੰਦਰ ਚ ਥੱਲੇ ਡੂੰਗਾ ਪਿਆ ਕੋਈ ਸਮਾਨ ਉਹਦਾ ਸ਼ੇਪ ਚੇਂਜ ਕਰ ਸਕਦੀ ਹੈ ਜਿਹੜਾ ਕਿ ਇੱਕ ਪੱਥਰ ਹੈ ਸਾਡੀ ਤਾਂ ਬਸਾ ਤੇ ਕੀ ਹੈ ਗੁਰਬਾਣੀ ਚ ਇੱਕ ਤੁਕ ਆਂਦੀ ਹੈ ਜੋ ਪਿੰਡੇ ਸੋਬਰਾ ਮੰਡੇ ਜੋ ਖੋਜੇ ਸੋ ਪਾਵੇ ਸਮਝਦੇ ਹੋ ਜੀ ਇਹਹੀ ਸ਼ਲੋਕ ਹੈ ਯਥਾ ਪਿੰਡੇ ਕਥਾ ਬ੍ਰਹਮੰਡੇ ਠੀਕ ਹੈ ਨਾ ਤਾਂ ਸਾਡੀ ਜੀਵਨ ਨੂੰ ਬਦਲਣ ਦੀ ਇੱਕ ਕੋਸ਼ਿਸ਼ ਅਸੀਂ ਨਹੀਂ ਕਰ ਅਸੀਂ ਤਾਂ ਆਪਣੇ ਕਰਮ ਕਰ ਸਕਦੇ ਹਾਂ ਮੈਂ ਤੁਹਾਨੂੰ ਜਦ ਪ੍ਰੈਡਿਕਸ਼ਨ ਦਵਾਂਗਾ ਤੁਹਾਡੀ ਕੁੰਡਲੀ ਨੂੰ ਦੇਖੀ ਸਪੋਜ਼ ਕਰੋ ਮੈਂ ਤੁਹਾਡੀ ਲਾਈਫ ਦਾ ਸ਼ੋਰ ਸ਼ਾਰਟ ਫਾਰਮੂਲਾ ਨਹੀਂ ਦਿੱਤਾ ਕੋਈ ਜਨਰਲਿਕ ਪ੍ਰੋਬੈਬਿਲਟੀ ਸਾਇੰਸ ਹੈ ਤੁਹਾਡੇ ਭੂਤ ਨੂੰ ਪੂਤਕਾਲ ਨੂੰ ਪੂਤਕਾਲਾਂ ਜੀ ਪੂਤਕਾਲ ਨੂੰ ਜਾਣ ਕੇ ਵਰਤਮਾਨ ਕਾਲ ਦਾ ਬੇਰਵਾ ਲੈ ਕੇ ਕੋਈ ਖਵਾਰੇ ਦੱਸਣਾ ਇਹ ਜੋਤਿਸ਼ ਹੈ ਔਰ ਕਿਸ ਹੱਦ ਤੱਕ ਇਹ ਚੀਜ਼ਾਂ ਸੱਚ ਹੁੰਦੀਆਂ ਹੈ ਇਹ ਪਰਸਨ ਟੂ ਪਰਸਨ ਵੈਰੀ ਕਦੇ ਨਹੀਂ ਕਰਤਾ ਕਿ 100% ਸੱਚ ਹੈ ਹਾਂ ਕਿੱਥੇ ਤੱਕ ਅਸੀਂ ਉਹਨੂੰ ਆਪਣੇ ਜ਼ਹਿਨ 'ਚ ਆਪਣੇ ਜੀਵਨ 'ਚ ਜਗ੍ਹਾ ਦੰਨੇ ਔਰ ਕਿਸ ਤਰ੍ਹਾਂ ਦੀ ਦੰਨੇ ਹੈ ਮੈਡੀਕਲ ਸਾਇੰਸ ਤੋਂ ਕਦੇ ਬੰਦਾ ਨਹੀਂ ਮਰਿਆ ਡਾਕਟਰ ਤੋਂ ਮਰੇਆ ਕੀ ਅਸੀਂ ਮੈਡੀਕਲ ਸਾਇੰਸ ਛੱਡਤੀ ਇੱਕ ਡਾਕਟਰ ਕੋਲ ਆਰਾਮ ਨਹੀਂ ਆਂਦਾ ਅਸੀਂ ਦੂਜੇ ਡਾਕਟਰ ਕੋਲ ਜਾਂਦੇ ਆ ਜੇ ਸਾਨੂੰ ਲੱਗਦਾ ਵੀ ਇੱਕ ਸਟੋਲੋਜਰ ਦੀ ਫਲਾਣੀ ਪ੍ਰੈਡਿਕਸ਼ਨ ਗਲਤ ਗਈ ਜਾਂ ਉਹਨੇ ਉੱਥੇ ਸਹੀ ਗੱਲ ਨਹੀਂ ਕਰੀ ਅਸੀਂ ਛੱਟ ਦੂਜਾ ਸਟੋਲੋਜਰ ਨਹੀਂ ਬਦਲਦੇ ਅਸੀਂ ਉਹਨੂੰ ਨਿੰਦਣ ਲੱਗ ਜਾਂਦੇ ਆ ਸਮਝਦੇ ਹੋ ਨਾ ਇਸ ਕਰਕੇ ਬਹੁਤ ਮੈਂ ਨਹੀਂ ਕਹਿ ਰਿਹਾ ਵੀ 100% ਮੈਂ ਤੁਹਾਨੂੰ 100 ਤੋਂ ਜ਼ਿਆਦਾ ਵੀ ਇਹ ਸੱਚ ਹੁੰਦੀਆਂ ਨੇ ਸਿਰਫ ਕੀ ਹੈ ਤੁਸੀਂ ਜਾ ਕਿਹਦੇ ਕੋਲ ਰਹੇ ਹੋ ਕੌਣ ਗਾਈਡ ਕੋਣ ਕਰ ਰਿਹਾ ਹੈ ਜਿੱਥੇ ਦੇਖੋ ਜੋਤਿਸ਼ ਤੇ ਦੋ ਬਾਟ ਨੇ ਪਹਿਲਾ ਹੈਗਾ ਗਣਿਤ ਦੂਜਾ ਹੈਗਾ ਫਲਿਤ ਗਣਿਤ ਹੁੰਦਾ ਮੈਂ ਅੰਦਾਜ਼ਾ ਲਾਇਆ ਜੀ ਕੁੰਡਲੀ ਦਾ ਵੀ ਗ੍ਰਹਿ ਕਿੱਥੇ ਨੇ ਕਿੰਨਾ ਨੇ ਮੈਂ ਸੌਫਟਵੇਅਰ ਨੇ ਉਹਨਾਂ ਚ ਮੈਂ ਤੁਹਾਡੀ ਡੇਟ ਆਫ ਬਰਥ ਪਾਈ ਟਾਈਮ ਉਹ ਬਰਥ ਪਾਇਆ ਲੌਂਜੀਟਿਊਡ ਲੈਟੀਟਿਊਡ ਪਾਈ ਪਲੇਸ ਆਫ ਬਰਥ ਨਾ ਜਿੱਥੇ ਦਾ ਆਪਾਂ ਜਨਮ ਹੋਇਆ ਉਹ ਇੱਕ ਗ੍ਰਾਫ ਦੇ ਦੇਗਾ ਇੱਕ ਇਮੇਜ ਦੇ ਦੇਗਾ ਵੀ ਉਸ ਵਿਲੇਜ ਜਦੋਂ ਤੁਹਾਡਾ ਜਨਮ ਹੋਇਆ ਸੌਰ ਮੰਡਲ ਦੇ ਗ੍ਰਹਿਾਂ ਦੀ ਪੋਜੀਸ਼ਨ ਕੀ ਸੀ ਠੀਕ ਹੋ ਗਿਆ ਜੀ ਉਹਦੀ ਮੈਂ ਬਸ ਐਂ ਕਹਿ ਲਓ ਵੀ ਫੋਟੋ ਖਿੱਚੀ ਹੈ ਉਹ ਮੈਂ ਹੱਥ ਨਾਲ ਬਣਾਤੀ ਇਹ ਤਾਂ ਹੋ ਗਿਆ ਇਹਦਾ ਗਣਿਤ ਵਾਲਾ ਪਾਰਟ ਹੂੰ ਹੂੰ ਦੂਜਾ ਪਾਰਟ ਸ਼ੁਰੂ ਹੁੰਦਾ ਫਲਿਤ ਵਾਲਾ ਉਹ ਫਲਿਤ ਵਾਲੇ ਪਾਰਟ ਤੇ ਸਾਰੀ ਗੇਮ ਸ਼ੁਰੂ ਹੁੰਦੀ ਹੈ ਕਿਉਂਕਿ ਤੁਸੀਂ ਸਿਰਫ ਕੋਈ ਇੱਕ ਵਾਰ ਇਹ ਜਾਨਣਾ ਨਹੀਂ ਚਾਹੁੰਦੇ ਤੁਸੀਂ ਭਵਿੱਖ ਨੂੰ ਆਪਣੇ ਅਨੁਸਾਰ ਢਾਲਣਾ ਵੀ ਚਾਹੁੰਦੇ ਹੋ ਫਿਰ ਤੁਸੀਂ ਮੌਕਾ ਦਿੰਦੇ ਹੋ ਕੁਰਸੀ ਦੇ ਦੂਜੇ ਪਾਸੇ ਪਾਸੇ ਬੈਠੇ ਬੰਦੇ ਨੂੰ ਵੀ ਤੂੰ ਪੈਸੇ ਚੱਕ ਫਲਾਣਾ ਕੰਮ ਮੇਰਾ ਹੋਣਾ ਚਾਹੀਦਾ ਹੈ ਜੀ ਮੰਨ ਲਓ ਮੀਂਹ ਪੈ ਰਿਹਾ ਹੈ ਮੇਰੇ ਚ ਤਾਂ ਕੀ ਮੇਰੇ ਪਿਓ ਦਾਦਿਆਂ ਚ ਵੀ ਹਿੰਮਤ ਨਹੀਂ ਵੀ ਮੀਂਹ ਬੰਦ ਕਰਦੀ ਹੈ ਉਹ ਜਿਹੜੇ ਉਹ ਗੜੇ ਨੇ ਉਹ ਦੁੱਖਾਂ ਦੇ ਹੋ ਸਕਦੇ ਨੇ ਹਾਂਜੀ ਮੈਂ ਤੁਹਾਨੂੰ ਛਤਰੀ ਦੇ ਸਕਦਾ ਜਾਂ ਦੱਸ ਸਕਦਾ ਵੀ ਅਰਸ਼ ਜੀ ਆ ਰਸਤਾ ਨਹੀਂ ਲੈਣਾ ਆਪਾਂ ਰਸਤਾ ਲੈਣਾ ਆਪਾਂ ਵੀ ਤੋਂ ਬਚਾਂਗੇ ਤੁਸੀਂ ਕੀ ਕਹਿ ਰਹੇ ਹੋ ਮੀਂਹ ਰੋਕ ਸਾਹਰੇ ਪਰ ਸਮਝ ਲਿਓ ਜੀ ਇਹਨਾਂਕ ਪਰਕ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਲੋਕਾਂ ਦੀਆਂ ਡਿਟੇਲਸ ਤੁਸੀਂ ਕਲੈਕਟ ਕਰਕੇ ਉਹਦੇ ਅਕੋਰਡਿੰਗ ਗੁੰਡਲੀ ਰੈਡੀ ਹੁੰਦੀ ਹੈ ਫਿਰ ਤੁਸੀਂ ਉਹ ਚੀਜ਼ਾਂ ਦੇਖਦੇ ਹੋ ਰਾਈਟ ਹੁਣ ਕਈਆਂ ਨੂੰ ਉਹ ਚੀਜ਼ਾਂ ਆਪਣੀਆਂ ਨਹੀਂ ਵੀ ਪਤਾ ਹੁੰਦੀਆਂ ਫਿਰ ਕਿਦਾਂ ਦੇਖਦੇ ਹੋ ਫਿਰ ਸਾਡੇ ਕੋਲ ਨਾ ਐ ਸਮਝੋ ਵੀ ਅਕਲਟ ਦੀ ਇੱਕ ਫੀਲਡ ਹੈ ਅਕਲਟਿਕ ਫੀਲਡ ਹੈ ਉਹਨੂੰ ਬਰੋਟਾ ਮੰਨ ਲਓ ਇਹ ਇੱਕ ਬਰੋਟਾ ਹੈ ਉਹਦੀਆਂ ਟਾਣੀਆਂ ਬਹੁਤ ਨੇ ਉਹਦੇ ਵਿੱਚ ਇੱਕ ਸਟੋਲੋਜੀ ਹੈ ਵਾਸਤੂ ਹੈ ਨੰਬਰੋਲੋਜੀ ਹੈ ਗਰਾਫੋਲੋਜੀ ਹੈ ਬਹੁਤ ਕੁਝ ਹੈ ਤੱਤ ਸਿਰਫ ਇਹ ਹੈ ਵੀ ਅਸੀਂ ਉਹ ਤੋਂ ਲੈਣਾ ਕੀ ਚਾਹੁੰਦੇ ਆ ਜਿਹਨਾਂ ਕੋਲ ਡਿਟੇਲਸ ਨਹੀਂ ਹੁੰਦੀਆਂ ਉਹਦੇ ਲਈ ਜੋਤਿਸ਼ ਦੇ ਕੋਲ ਤਿੰਨ ਜਾਂ ਚਾਰ ਐਦਾਂ ਦੇ ਪ੍ਰੋਸੀਜਰਸ ਨੇ ਜਿਹੜੇ ਉਹਦੇ ਉੱਤੇ ਹੈਲਪ ਕਰਦੇ ਨੇ ਪਹਿਲਾ ਹੈਗਾ ਪ੍ਰਸ਼ਨ ਵਿੱਦਿਆ ਤੁਸੀਂ ਮੇਰੇ ਕੋਲ ਜਿਸ ਵੇਲੇ ਆਏ ਤੁਸੀਂ ਮੇਰੇ ਤੋਂ ਕੀ ਸਵਾਲ ਕੀਤਾ ਅੱਜ ਦੇ ਗ੍ਰਹਾਂ ਦੀ ਅੱਜ ਦੀ ਰਾਸ਼ੀ ਦੀ ਸਥਿਤੀ ਕੀ ਹੈ ਮੈਂ ਤੁਹਾਨੂੰ ਉਹਦੇ ਅਨੁਸਾਰ ਪ੍ਰੈਡਿਕਸ਼ਨ ਦਿੰਨਾ ਹੈ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ ਹਾਂ ਤੁਹਾਨੂੰ ਦੱਸਦਾ ਵੀ ਆ ਸਹੀ ਹੈ ਮੰਨ ਲਓ ਅਰਸ਼ ਮੇਰੇ ਕੋਲ ਆਂਦਾ ਤੇ ਪੁੱਛਦਾ ਮੇਰਾ ਵਿਆਹ ਕਦੋਂ ਹੋਏਗਾ ਜਿੰਨੇ ਵਜੇ ਉਹਨੇ ਉਹ ਸਵਾਲ ਕਰਿਆ ਉਸ ਦੇ ਅਨੁਸਾਰ ਮੈਂ ਕੁੰਡਲੀ ਬਣਾ ਲਾਂਗਾ ਤੇ ਪ੍ਰੈਡਿਕਸ਼ਨ ਦੇ ਦਾਂਗਾ ਠੀਕ ਹੈ ਉਹ ਜਵਾਬ ਮਿਲ ਜਾਏਗਾ ਜਾਂ ਜਿਹਦੇ ਕੋਲ ਟਾਈਮ ਆਫ ਬਰਥ ਨਹੀਂ ਹੈਗਾ ਪਲੇਸ ਆਫ ਬਰਥ ਨਹੀਂ ਹੈਗਾ ਡੇਟ ਆਫ ਬਰਥ ਹੈਗੀ ਹੈ ਉੱਥੇ ਨੰਬਰੋਲੋਜੀ ਕੰਮ ਕਰਦੀ ਹੈ ਹੁਣ ਤੁਸੀਂ ਵਿਚਾਰ ਕਰੋਗੇ ਕਿ ਨਿਊਰੋਲੋਜੀ ਦਾ ਕੰਮ ਕਰਦੀ ਹੈ ਅੰਕ ਵਿੱਤਿਆ ਕਹਿ ਦਿੰਦੇ ਹਾਂ ਉਹ ਮੰਨ ਲਓ ਬੰਦੇ ਨੂੰ ਡੇਟ ਆਫ ਬਰਥ ਦਾ ਵੀ ਵੇਰਵਾ ਨਹੀਂ pata ਜੀ ਉਹਦੇ ਨਾਮ ਤੋਂ ਕੱਢ ਲਾਂਗੇ ਓਕੇ ਇੰਟੈਂਸ਼ਨ ਪਿਓਰ ਹੋਣੀ ਚਾਹੀਦੀ ਹੈ ਰਿਜ਼ਲਟ ਆਪੇ ਪਿਓਰ ਹੋਣਗੇ ਕਈ ਵਾਰੀ ਨਾ ਡਾਊਟ ਤੁਹਾਡਾ ਵੀ ਹੋਇਆ ਹੋਵੇਗਾ ਕਿ ਤਨਾ ਕਿਤੇ ਕਿ ਕੋਈ ਬੰਦੇ ਦੀ ਕੋਈ ਚੀਜ਼ ਨਹੀਂ ਵੀ ਸੱਚ ਹੋਣੀ ਹਮ ਤੇ ਉਹ ਫਿਰ ਚੀਜ਼ਾਂ ਕਿਸ ਤਰੀਕੇ ਨਾਲ ਵਰਕ ਕਰਦੀਆਂ ਮੇਰੇ ਨਾਲ ਨਹੀਂ ਸਭ ਨਾਲ ਹੁੰਦਾ ਅਮਤਰੂਗੋ ਕੇ ਚਲੋ ਜਨਰਲੀ तकरीबन तकरीबन हिंदुस्तान ਦਾ ਆਪਾਂ ਜੇ ਆਬਾਦੀ ਇਹਦੀ ਮੰਨੀ ਹੈ ਵੀ 136 37 ਕਰੋੜ ਹੈ ਇਹਦੇ ਵਿੱਚ 8 ਜਾਂ 9 ਲੱਖ ਜੋਤਸ਼ੀ ਹੋਣਾ ਜੀ ਸਮਝ ਰਹੇ ਹੋ ਸਬਨਾਲੇ ਹੁੰਦੀ ਹੈ ਉਹ ਉਦੋਂ ਹੁੰਦੀ ਹੈ ਜਦੋਂ ਸਾਡੇ ਤੋਂ ਗਲਤੀ ਹੋ ਜਾਂਦੀ ਹੈ ਜਿਸ ਤਰ੍ਹਾਂ ਇੱਕ ਡਾਕਟਰ ਗਲਤੀ ਕਰਦਾ ਹੈ ਵੀ ਕੋਈ ਫਾਰਮੂਲਾ ਮੈਡੀਸਨ ਦਾ ਗਲਤ ਦੇ ਦਿੰਦਾ ਹੈ ਹੁਣ ਉੱਥੇ ਦੋ ਰਸਤੇ ਨੇ ਪਹਿਲਾਂ ਤਾਂ ਰਸਤਾ ਇਹ ਮੈਂ ਉਸੇ ਡਾਕਟਰ ਕੋਲ ਜਾਵਾਂ ਉਹਨੂੰ ਦੱਸਾਂ ਵੀ ਤੇਰੀ ਆ ਦਵਾਈ ਨੇ ਆ ਸਾਈਡ ਇਫੈਕਟ ਕਰਤਾ ਜੀ ਪਰ ਆਪਾਂ ਉਹ ਨਹੀਂ ਕਰਦੇ ਆਪਾਂ ਡਾਕਟਰ ਬਦਲ ਦਿੰਨੇ ਆ ਉੱਥੇ ਗਲਤ ਹੋ ਗਏ ਐਸੇ ਤਰ੍ਹਾਂ ਗਲਤ ਹੁੰਦਾ ਹੈ ਉਹਨਾਂ ਦੀਆਂ ਚੀਜ਼ਾਂ ਵਰਕ ਹੀ ਨਹੀਂ ਕੀਤੀਆਂ ਤੁਸੀਂ ਪੁੱਛਿਆ ਨਾ ਕਿੱਦਾਂ ਵਰਕ ਕਰਦੀਆਂ ਉੱਥੇ ਵਰਕ ਹੀ ਨਹੀਂ ਕਰਦੀਆਂ ਉੱਥੇ ਮੇਰੀ ਗਲਤੀ ਹੈ ਉਹੀ ਤੁਹਾਨੂੰ ਮੈਂ ਐਗਜ਼ਾਮਪਲ ਪਹਿਲਾਂ ਦੇ ਚੁੱਕਿਆ ਵੀ ਕਦੇ ਵੀ ਕੋਈ ਬੰਦਾ ਮੈਡੀਕਲ ਸਾਇੰਸ ਨਹੀਂ ਮਾਰਿਆ ਡਾਕਟਰ ਨਹੀਂ ਮਾਰੇ ਹੁੰਦੀਆਂ ਨੇ ਗਲਤੀਆਂ ਮਤਲਬ ਛੋਟੀ ਜੀ ਅੰਗਲੀ ਹੋ ਜਾਂਦੀ ਹੈ ਜਿਸ ਕਰਕੇ ਅਸੀਂ ਭੁੱਲ ਜਾਂਦੇ ਹਾਂ ਦੇਖੋ ਸਵਾਲ ਕੀ ਪੁੱਛਿਆ ਗਿਆ ਉਹਦਾ ਜਵਾਬ ਕੀ ਦਿੱਤਾ ਗਿਆ ਤੇ ਕੀ ਸਮਝਿਆ ਗਿਆ ਉਹਦੇ ਵਿੱਚ ਗਲਤੀ ਹੋ ਜਾਂਦੀ ਹੈ ਅਗੇ ਕੁਝ ਹੁੰਦੇ ਆ ਜੋ ਫੇਕ ਪ੍ਰੈਡਿਕਟ ਕਰਦੇ ਆ ਡੈਫੀਨਿਟਲੀ ਮੈਂ ਖੁਦ ਵੀ ਲਾਈਕ ਲਾਈਵ ਹੀ ਦੇਖਿਆ ਹੈ ਚੀਜ਼ਾਂ ਸੋ ਆਈ نو ਬੈਟਰ ਹੈ ਕਿਆ ਬਾਤ ਹੈ ਕਹੇ ਉਹ ਨਾ ਜਿਸ ਤਰ੍ਹਾਂ ਕੁਝ ਤੁਹਾਨੂੰ ਵੀ ਸ਼ਾਇਦ ਪਤਾ ਹੋਣਾ ਜੋ ਕਾਰਡਸ ਵਗੈਰਾ ਦੇ ਨਾਲ ਖੇਡਦੇ ਆ ਟੈਰੋ ਕਾਰਡ ਟੈਰੋ ਕਾਰਡਸ ਹਾਂ ਤਾਂ ਉਹ ਟੈਰੋ ਕਾਰਡਸ ਦੇ ਨਾਲ ਕਈ ਤੇ ਹੁੰਦੇ ਜੋ ਜਸਟ ਇੱਕ ਅਰਨਿੰਗ ਪਰਪਸ ਵਾਸਤੇ ਕਰ ਰਹੇ ਆ ਉਹਨਾਂ ਨੇ ਕੀ ਕਰਨਾ ਕਾਰਡ ਉਠਾਣੇ ਦੇਖਣੇ ਜਿਹੜਾ ਨਿਕਲ ਆਇਆ ਛੁੱਟ ਗਿਆ ਹੱਥੋਂ ਉਹਨੂੰ ਵੀ ਪ੍ਰੈਡਿਕਟ ਕਰ ਦੇਣਾ ਕਿ ਤੁਹਾਡਾ ਕਾਰਡ ਬਿਲਕੁਲ ਠੀਕ ਹੈ ਹੁਣ ਉਹਦਾ ਕੀ ਹੈ ਕਿ ਸੈਂਸ ਲਾਈਕ ਕਾਰਡਸ ਪ੍ਰੈਡਿਕਟ ਰੀਅਲੀ ਕਰ ਸਕਦੇ ਆ ਦੇ ਕਾਡ ਪ੍ਰਡਿਕਟ ਕਰਨਾ ਅੱਜ ਦੀ ਵਿਦਿਆ ਨਹੀਂ ਹੈ ਜੀ ਤੁਹਾਨੂੰ ਫਿਲਮਾਂ ਵਾਲਾ ਪੰਡਿਤ ਜੀ ਯਾਦ ਆਂਦਾ ਹੋਊਗਾ ਜਿਹੜਾ ਤੋਤੇ ਨੂੰ ਕਹਿੰਦਾ ਸੀਗਾ ਕਿ ਚੱਕ ਕਾਰਡ ਫਿਰ ਤੋਤਾ ਪਿੰਜਰੇ ਚੋਂ ਬਾਹਰ ਨਿਕਲਦਾ ਸੀ ਇੱਕ ਕਾਰਡ ਚੱਕਦਾ ਸੀ ਫੋਟੋ ਦੇਖਦਾ ਸੀ ਉਹ ਹੋ ਤੇਰਾ ਤਾਂ ਹਾਲ ਬਣ ਗਿਆ ਕੋਈ ਅਜ ਵੀ ਨਹੀਂ ਹੈ আচ্ছা ਤੁਸੀਂ ਕਾਰਡਾਂ ਦਾ ਜ਼ਿਕਰ ਕਰਿਆ ਕਾਰਡ ਵੀ 5 6 ਤਰ੍ਹਾਂ ਦੇ ਨੇ ਮਤਲਬ ਮੈਂ ਇਸ ਫੀਲਡ ਚ ਪਿਛਲੇ 15 ਸਾਲਾਂ ਤੋਂ ਕਿ ਤਕਰੀਬਨ 15 ਕ ਤਰ੍ਹਾਂ ਦੇ ਕਾਰਡ ਤਾਂ ਬਣ ਚੁੱਕੇ ਨੇ ਪਰ 6 ਕ ਤਰ੍ਹਾਂ ਦੇ ਕਾਰਡ ਹੀ ਪ੍ਰੇਡਿਕਸ਼ਨ ਦੇ ਲਈ ਕੰਮ ਆਉਂਦੇ ਨੇ ਟੈਰੋ ਕਾਰਡ ਹੋ ਗਏ ਐਂਜਲ ਕਾਰਡ ਹੋ ਗਏ ਜ਼ੈਨ ਕਾਰਡ ਹੋ ਗਏ ਇਦਾਂ ਦੇ ਕਾਰਡ ਹੈਗੇ ਨੇ ਜੀ ਜੀ ਕਾਰਡਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਕਰੰਟ ਸਿਚੁਏਸ਼ਨ ਨੂੰ ਦੱਸ ਸਕਦੇ ਨੇ ਜਿਹਨੂੰ ਮੈਂ ਕਹਿੰਨਾ ਪ੍ਰਸ਼ਨ ਜੋਤਿਸ਼ ਸ਼ਾਸਤਰ ਵੀ ਕੁਐਸਚਨ ਬੇਸ ਜੀ ਕਾਰਡਾਂ ਤੋਂ ਭਵਿੱਖ ਨਹੀਂ ਜੋੜਿਆ ਜਾ ਸਕਦਾ ਕਿ ਕਾਰਡਾਂ ਤੋਂ ਕਰੰਟ ਸਿਚੁਏਸ਼ਨ ਕੀ ਹੈ ਵੀ ਫਲਾਣਾ ਕੰਮ ਕਰਨ ਲੱਗੇ ਮੇਰਾ ਕੰਮ ਹੋਊਗਾ ਨਹੀਂ ਹੋਏਗਾ ਜੀ ਠੀਕ ਹੈ ਨਾ ਉਹ ਹੋ ਜਾਏਗਾ ਜੇ ਤੁਸੀਂ ਕਹੋ ਵੀ ਕਾਰਡ ਦੇ ذریعے ਮੈਂ ਪੂਰੀ ਲਾਈਫ ਦਾ ਇੱਕ ਸਟੈਪਪਲ ਪਲਾਨ ਕਰਨਾ ਤਾਂ ਤੁਸੀਂ ਅੰਧਵਿਸ਼ਵਾਸ ਚ ਪੈ ਜਾਓਗੇ ਯਾਦ ਰੱਖਿਓ ਬਿਲਕੁਲ ਕਿਉਂਕਿ ਇਹ ਚੀਜ਼ਾਂ ਤੇ ਹੈ ਅੰਧਵਿਸ਼ਵਾਸ ਬਹੁਤ ਹੈ ਬਿਲਕੁਲ ਇੱਕ ਲੜਕਾ ਸੀ ਮੈਂ ਜੋ ਐਸੇ ਦੀ ਕਾਰਦੀ ਹੈ एग्जांपल ਦੱਸ ਰਿਹਾ ਹਾਂ ਜੋ ਮੈਂ ਦੇਖੀ ਇੱਕ ਲੜਕਾ ਸੀ ਉਹ ਲਾਈਕ ਇੱਕ ਲੜਕੀ ਪ੍ਰੇਡਿਕਟ ਕਰਦੀ ਹੈ ਤੇ ਉਹਦੇ ਕੋਲ ਗਿਆ ਸੀ ਤੇ ਉਹਨੂੰ ਕਹਿੰਦਾ ਕਿੰਦਾ ਕਿ ਉਹਨੇ ਫੌਰਨ ਜਾਣਾ ਤੇ ਉਹਨੇ ਜਸਟ ਉਹ ਕਾਰਡ ਸ਼ਫਲ ਕੀਤੇ ਹਾਂ ਤੁਹਾਡੇ ਜਿਹੜਾ ਕਾਰਡ ਉਹਨੇ ਕੱਢ ਕੇ ਦਿਖਾਤਾ ਕਹਿੰਦੀ ਕਿ ਇੱਕ ਦੋ ਮਹੀਨਾ ਟਰਾਈ ਕਰੋ ਤੁਹਾਡਾ ਹੋ ਜਾਏਗਾ ਜਿਉਂਦਾ ਹੋਇਆ ਜਿੱਦਾਂ 2-3 ਸਾਲ ਤੋ ਨਹੀਂ ਹੋਇਆ ਉਹ ਤੋ 2 ਮਹੀਨੇ ਚ ਹੋ ਜਾਏਗਾ ਕਿੰਨਾ ਪੋਸੀਬਲ ਹੈ ਅੱਜ ਕੱਲ ਕੀ ਕਹੀ ਜਾਂਦੀ ਹੈ ਕਿਹੜੀ ਇੰਟੈਂਸ਼ਨ ਨਾਲ ਕਹੀ ਜਾਂਦੀ ਹੈ ਇਹ ਬੜੀ ਮੈਟਰ ਕਰਦੀ ਹੈ ਜੀ ਆਪਾਂ ਨੂੰ ਫਿਰ ਤੋਂ ਦੁਬਾਰਾ ਸਾਇੰਸ ਦੀ ਐਗਜ਼ਾਮਪਲ ਲੈਣੀ ਪਏਗੀ ਡਾਕਟਰਾਂ ਤੋਂ ਹੀ ਮਰੀਜ਼ ਠੀਕ ਹੁੰਦਾ ਹੈ ਦਵਾਈਆਂ ਤੋਂ ਨਹੀਂ ਬਿਲਕੁਲ ਜੇ ਦਵਾਈਆਂ ਤੋਂ ਮਰੀਜ਼ ਠੀਕ ਹੁੰਦੇ ਤਾਂ ਸਾਰੀਆਂ ਜਿਹੜੀਆਂ ਲੈਨਾਂ ਨੇ ਉਹ ਕਮਿਸ਼ ਸ਼ਾਪ ਦੇ ਬਾਹਰ ਲੱਗਿਆ ਆਉਂਦੇ ਆ ਸਮਝ ਰਹੇ ਹੋ ਡਾਕਟਰਾਂ ਕੋਲ ਕੋਈ ਨਾ ਜਾਂਦਾ ਬਿਲਕੁਲ ਆਪਾਂ ਨੂੰ ਰਾਮ ਡਾਕਟਰ ਨੂੰ ਮਿਲ ਕੇ ਆਉਂਦਾ ਹੈ ਉਹ ਸਾਡੀ ਗੱਲ ਸਾਡੀ ਬਿਮਾਰੀ ਕਿੰਨੀ ਸਮਝ ਰਿਹਾ ਹੈ ਕੀ ਪੜ ਰਿਹਾ ਹੈ ਕਿੱਥੇ ਪੜ ਰਿਹਾ ਹੈ ਇੱਕ ਕਾਰਡ ਦਾ ਡਿੱਗਣਾ ਡਿੱਗੇ ਹੋਏ ਕਾਰਡ ਚੋਂ ਕੋਈ ਖਡਿੱਗਿਆ ਹੋਇਆ ਨਿਕਲਿਆ ਸੌਣ ਨੂੰ ਮਿਲ ਗਿਆ ਮੈਂ ਮੇਰਾ ਮੇਰਾ ਰੋਲ ਕੀ ਹੈ ਤੁਸੀਂ ਦੁਖੀ ਆਇਓ ਜੀ ਤੁਸੀਂ ਪਰੇਸ਼ਾਨੀ ਚ ਆਏ ਹੋ ਤੁਹਾਨੂੰ ਅਪਲਿਫਟ ਕਰਨਾ ਜੀ ਹਿੰਦੁਸਤਾਨੀ ਜੋਤਸ਼ੀ ਨੂੰ ਸਾਈਕੋਲੋਜੀ ਦੀ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਹੈ ਸਤੂਰ ਹੈ ਹਰ ਉਮਰ ਕੇ ਜੁਦਾ ਜੁਦਾ ਖਿਲੋਨੇ ਮਹਿਬੂਬਾ ਖੁਦਾ ਖੁਦਾ ਬਹੁਤ ਜ਼ਰੂਰੀ ਹੈ ਮੇਰੇ ਮੂਰੇ ਬੈਠਾ ਕੋਣ ਹੈ ਸਵਾਲ ਕਰਨ ਵਾਲਾ ਕੌਣ ਹੈ 25 ਸਾਲ ਦੇ ਐਂਕਰ ਦੇ ਸਵਾਲ ਹੋਰ ਹੋਣਗੇ 30 ਸਾਲਾਂ ਵਾਲਿਆਂ ਦੇ ਹੋਰ ਹੋਣਗੇ 35 ਸਾਲਾਂ ਵਾਲਾ ਮੇਰਾ ਇਹ ਫਰਜ ਬੰਦ ਹੈ ਮੈਂ ਆਪਣੀ ਚੇਅਰ ਸੰਭਾਲ ਕੇ ਆਪਣੀ ਜਿਹੜੀ এডਿਕੇਸ਼ਨ ਹੈ ਉਹ ਸੰਭਾਲ ਕੇ ਪਰ ਤੁਹਾਡੇ ਲੈਵਲ ਤੇ ਆ ਕੇ ਜਵਾਬ ਦਵਾ ਜੀ ਸਮਝ ਰਹੇ ਹੋ ਲੇ ਤਾਂ ਜੇ ਉਹ ਡਿਕਿਓ ਹੈ ਕਾਰਨਾ ਜੋ ਪ੍ਰੈਡਿਕਸ਼ਨ ਦੇ ਰਹੀ ਹੈ ਜੇ ਤੋ ਪਿਓਰਲੀ ਬਿਜ਼ਨਸ ਹੈ ਤਾਂ ਕਦੇ ਵੀ ਨਹੀਂ ਚੱਲਣਾ ਪਰਮਾਤਮਾ ਦੇ ਨਾਮ ਦਾ ਵਪਾਰ ਕਦੇ ਨਹੀਂ ਹੋਇਆ ਜੀ ਕਦੇ ਹੋਇਆ ਹੀ ਨਹੀਂ ਪਰਮਾਤਮਾ ਦੇ ਨਾਮ ਦਾ ਵਪਾਰ ਸੱਚਾ ਸੌਦਾ ਉਹਦੇ ਪੈਸੇ ਨਹੀਂ ਮਿਲਦੇ ਫਿਰ ਫਰੀ ਹੋ ਸਕਦਾ ਹੈ ਜਿਸ ਤਰ੍ਹਾਂ ਉਹਨੇ ਮੈਂ ਕਰਦੀ ਹੀ ਗੱਲ ਕੀਤੀ ਹੈ ਕੁਝ ਨਾ ਚੀਜ਼ਾਂ ਹੈ ਜੋ ਕਹਿੰਦੇ ਆ ਕਿ ਸਿਤਾਰੇ ਦੇਖ ਕੇ ਦੱਸਿਆ ਜਾਂਦਾ ਹੈ ਕਿ ਤੁਹਾਡਾ ਆਉਣ ਵਾਲਾ ਟਾਈਮ ਕਿਤਾ ਦਾ ਹੈ ਜਾਂ ਕੀ ਚੀਜ਼ ਬਟ ਮੈਂ ਉਸ ਤੋਂ ਇੱਕ ਚੀਜ਼ ਪੁੱਛਣਾ ਚਾਹਣਾ ਹੈ ਕਾਫੀ ਟਾਈਮ ਤੋਂ ਮੈਂ ਚੀਜ਼ ਕਰਨੀ ਸੀ ਡਿਸਕਸ ਜੋ ਜੋ ਤੁਹਾਡੇ ਕਾਫੀ ਟਾਈਮ ਹੈ ਮੈਂ ਤੁਹਾਨੂੰ ਸਾਰਿਆਂ ਦੇ ਜਵਾਬ ਦੇਣੇ ਆਜ ਪੁੱਛੀ ਜਾਓ ਕਿਉਂਕਿ ਉਹ ਕਹਿੰਦੇ ਤਾਰਿਆਂ ਨੂੰ ਦੇਖ ਕੇ ਦੱਸਣਾ ਤਾਰੇ ਤੇ ਜਸਟ ਇੱਕ ਮਿਟੀਓਰਸ ਹੈ ਮਿਟੀਓਰਸ ਹੈ ਜੋ ਇੱਕ ਚਮਕ ਰਿਹਾ ਹੈ ਕਿਦਾਂ ਪ੍ਰੈਡਿਕਟ ਕਰਦੇ ਆ ਉਹ ਤੇ ਲੈਕ ਤੁਕੇ ਇੱਕ ਮਿਟੀਓਰ ਹੈ ਉਹਨੇ ਟੁੱਟ ਜਾਣਾ ਉਹਨੇ ਖਤਮ ਹੋ ਜਾਣਾ ਉਹ ਕਿੰਨਾ ਪ੍ਰੈਡਿਕਟ ਕਰ ਸਕਦਾ ਕਿਸੇ ਦੀ ਲਾਈਫ ਨੂੰ yes ਗ੍ਰਹਿ ਤਾਂ ਤਾਰੇ ਨੇ ਬਿਲਕੁਲ ਪਲੈਨਟਸ ਵੀ ਜਸਟ ਇੱਕ ਸੋਲਰ ਸਿਸਟਮ ਦਾ ਹਿੱਸਾ ਹਰ ਇੱਕ ਗ੍ਰਹਿ ਦੀ ਸੈਟੇਲਾਈਟ ਹੈ ਜੀ ਜਿਹੜਾ ਤਾਰੇ ਦੇਖ ਕੇ ਪ੍ਰੈਡਿਕਟ ਕਰਨ ਦਾ ਨਜ਼ਰੀਆ ਹੈ ਉਹ ਸਾਡੀ ਮੇਦਨੀਏ ਜੋਤਿਸ਼ ਦਾ ਪਾਰਟ ਹੈ ਓਕੇ ਉਹ ਕਾਫੀ ਵਾਰ ਪ੍ਰੂਫ ਹੋ ਚੁੱਕਿਆ ਹੈ ਉਤੇ ਰਿਸਰਚ ਉਸ ਲੈਵਲ ਦੀ ਨਹੀਂ ਹੋਈ ਡਾਕਟਰ ਦੇਖੋ ਤਿੰਨ ਚਾਰ categories ਦੇ ਹੁੰਦੇ ਨੇ ਤੁਹਾਨੂੰ ਸਟੋਲੋਜਰ ਏ ਆ ਤੁਹਾਨੂੰ ਅਕਲਟ ਮਾਸਟਰ ਤਿੰਨ ਚਾਰ ਤਰੀਕੇ ਦੇ ਨਹੀਂ ਮਿਲਣਗੇ ਇੱਕ ਡਾਕਟਰ ਹੁੰਦਾ ਜਿਹੜਾ ਦਵਾਈਆਂ ਦੇ ਰਿਸਰਚ ਕਰਦਾ ਹੈ ਸ਼ੋਧ ਕਰਦਾ ਰਹਿੰਦਾ ਹੈ ਜੀ ਇੱਕ ਡਾਕਟਰ ਲੋਕਾਂ ਨੂੰ ਮਿਲਦਾ ਹੈ ਇੱਕ ਡਾਕਟਰ ਜਿਹੜਾ ਹੈਗਾ ਉਹ ਡਾਕਟਰ ਬਣਾਉਂਦਾ ਆਪਾਂ ਤਿੰਨ ਹੀ ਤਰ੍ਹਾਂ ਦੀ ਲੈ ਵੈਸ ਤਾਂ ਬਹੁਤ categories ਨੇ ਪਰ ਤਿੰਨ ਹੀ ਲੈ ਲਓ ਇੱਥੇ ਜਿਹੜੀ ਅਕਲਟ ਦੀ ਫੀਲਡ ਹੈ ਕੋਈ ਬੰਦਾ ਰਿਸਰਚ ਕਰ ਰਿਹਾ ਹੈ ਕੋਈ ਬੰਦਾ ਲੋਕਾਂ ਨੂੰ ਮਿਲ ਰਿਹਾ ਹੈ ਫਿਰ ਉਹ ਹੀ ਕੋਸ਼ਿਸ਼ ਕਰਦਾ ਹੈ ਹੋਰ ਨਵੇਂ ਸਮਝ ਗਏ ਮੇਰੀ ਗੱਲ ਇਸ ਕਰਕੇ ਜਿਹੜੀ ਉਹ ਤਾਰਿਆਂ ਦੀ ਸ਼ੋਧ ਹੈ ਉਹ ਮੇਦਨੀਏ ਜੋਤਿਸ਼ ਦਾ ਵਿਸ਼ਾ ਉਹਨੂੰ ਮਨਡੇਨ ਸਟੋਲੋਜੀ ਕਹਿੰਦੇ ਆ ਉਹ ਕੰਪ ਤੇਾਰੇ ਪ੍ਰੈਡਿਕਸ਼ਨ ਕਰਨੀ ਇਗਜ਼ਾਮਪਲ ਦੇ ਤੌਰ ਤੇ ਕੋਈ ਵੀ ਗ੍ਰਾਂਡ ਕਦੋਂ ਲੱਗੇਗਾ ਕਿੱਦਾਂ ਲੱਗੇਗਾ ਮੇਰਾ ਮੈਨੂੰ ਸਮਝ ਰਹੇ ਹੋ ਔਰ ਉਹ ਚਿੱਤਾਂ ਪੰਚਾਂਗ ਸਾਡੇ ਨਾਲ ਇੱਕ ਪੰਚਾਂਗ ਹੁੰਦਾ ਹੈ ਹਾਂ ਉਹਦੇ ਵਿੱਚ ਜਿਹੜੀ ਡੇਟ ਨੂੰ ਲਿਖਿਆ ਹੁੰਦਾ ਹੂੰ ਉਸੇ ਡੇਟ ਨੂੰ ਗ੍ਰਾਂਡ ਲੱਗਦਾ ਹੈ ਔਰ ਉਨੇ ਸਮੇ ਲਈ ਲੱਗਦਾ ਹੈ ਇਹ ਕਿੱਦਾਂ ਪਤਾ ਲੱਗਿਆ ਹਾਲਾਂਕਿ ਜਦੋਂ ਦੀ ਉਹ ਚੀਜ਼ ਬਣੀ ਸੀ ਜੇ ਮੈਂ ਗੱਲ ਕਰਾਂ 1800 1600 ਇਸ ਦੇ ਦੀ ਉਸ ਟਾਈਮ ਤਾਂ स्पेसएक्स नाम दी चीज नहीं हुंदी हां स्पेसएक्स ਤਾਂ ਆਜਾਈ ਹੈ ਨਾ हां जी एलन मस्क दे बात तो जन्म तो बाद ही जन्मी ना ना जित एलन मस्क ਨਹੀਂ ਸੀਗਾ ਤਾਂ स्पेसएक्स ਨਹੀਂ ਸੀ जी समझो मार्स ਤੇ ਜਾਣ ਦਾ ਸੁਪਨਾ ਵੀ ਨਹੀਂ ਸੀ ਇਸ ਕਰਕੇ ਉਹ ਜਿਹੜੀ ਉਹ ਸਟਡੀ ਹੈ ਉਹ ਵੈਲਿਡ ਹੈਗੀ ਹੈ ਪਰ ਉਹ ਪ੍ਰੈਜ਼ੈਂਟ ਗਲਤ ਕੀਤਾ ਜਾ ਰਿਹਾ ਹੈ हाथी ਹੈ ਅੰਨੇ ਲੋਕ ਜਾਂਚ ਰਹੇ ਨੇ ਕੋਈ ਪੂੰਛ ਫੜਦਾ ਤੇ ਕੋਈ ਪੈਰ ਤੇ ਕੋਈ ਸੁਣਦਾ ਜੀ ਹੈ ਉਹ ਸਾਈਜ਼ ਪਰ ਜਿਹੜੀ ਤੁਸੀਂ ਕਹਿ ਰਹੇ ਉਸ ਪੱਧਰ ਤੇ ਨਹੀਂ ਹੈ ਪ੍ਰੀ ਲੈਵਲ ਤੋਂ ਉੱਤੇ ਦੀਆਂ ਗੱਲਾਂ ਨੇ ਜਿਸ ਦਾ ਪਹਿਲੇ ਦਾ ਟਾਈਮ ਸੀ ਪਹਿਲੇ ਦੇ ਟਾਈਮ ਤੇ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ ਲਾਈਕ ਜਿਨੀ ਗੱਲ ਕਰੀਏ ਜਾਂ ਹੋ ਰਹੀਆਂ ਤੇ ਚੀਜ਼ਾਂ ਨਹੀਂ ਸੀ ਹੁੰਦੀਆਂ ਉਦੋਂ ਇੱਕ ਸੀ ਅਲੱਗ ਲੈਵਲ ਕਿ ਉਦੋਂ ਚੀਜ਼ਾਂ ਜਿਹੜੀਆਂ ਪ੍ਰੈਡਿਕਟ ਹੁੰਦੀਆਂ ਸੀ ਤੇ ਸੱਚ ਵੀ ਹੁੰਦੀਆਂ ਸੀ ਡੈਫੀਨਿਟਲੀ ਤੇ ਉਦੋਂ ਕਿਉਂਕਿ ਇੱਕ ਆਪਾਂ ਜੀ ਗੱਲ ਕਰੀਏ ਲਾਈਕ ਸਤਿਯੁਗ ਤੇ ਕਾਲੀ ਯੁਗ ਫਰਕ ਹੈ ਕਾਲੀ ਯੁਗ ਦੇ ਵਿੱਚ ਕੀ ਹੈ ਕਿ ਲੋਕਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਬਿਲਕੁਲ ਠੀਕ ਹੈ ਨਾ ਉਸ ਟਾਈਮ ਤੇ ਲੋਕਾਂ ਦੀਆਂ ਬਣਾਈਆਂ ਚੀਜ਼ਾਂ ਨਹੀਂ ਸੀ ਹਾਂ ਤੇ ਇੰਨਾਂ ਚੀਜ਼ਾਂ ਦੇ ਵਿੱਚ ਇੰਨਾ ਫਰਕ ਹੈ ਤੇ ਫਿਰ ਕਿਸ ਦੀ ਨੂੰ ਯਕੀਨ ਕੀਤਾ ਜਾਏ ਸਤਿਯੁਗ ਤੋਂ ਬਾਅਦ ਤ੍ਰੇਤਾ ਨਹੀਂ ਦੁਆਪਰ ਦੁਆਪਰ ਤੋਂ ਬਾਅਦ ਤ੍ਰੇਤਾ ਐਦਾਂ ਹੀ ਕਿਹਾ ਜਾਂਦਾ ਨਾ ਜੀ ਦੇਖੋ ਮਹਾਤਮਾ ਬੁੱਧ ਦੀ ਕੁੰਡਲੀ ਬਣਦੀ ਹੈ ਹਮ ਹੁਣ ਕਿਹਾ ਜਾਂਦਾ ਕਿ ਯਾ ਤਾਂ ਇਹ ਬਹੁਤ ਵੱਡੇ ਮਹਾਰਾਜਾ ਬਣਨਗੇ ਤੇ ਇਹ ਬਹੁਤ ਵੱਡਾ ਸਾਥ ਜੀ ਭਗਵਾਨ ਰਾਮ ਦੀ ਕੁੰਡਲੀ ਬਣਦੀ ਹੈ ਔਰ ਪ੍ਰੈਡਿਕਸ਼ਨ ਕੀਤੀ ਜਾਂਦੀ ਹੈ ਵੀ ਇਹ ਬਣੂਗਾ ਤਾਂ ਚੱਕਰਵਰਤੀ ਸਮਰਾਟ ਉਹਨੂੰ ਸਮਝ ਕੇ ਰਾਜਾ ਦਸ਼ਰਥ ਅਨਾਉਂਸ ਕਰ ਦਿੰਦੇ ਨੇ ਕਿ ਭਾਈ ਕੱਲੋ ਮੇਰਾ ਬੇਟਾ ਜਿਹੜਾ ਹੈਗਾ ਰਾਸ ਤਿਲਕ ਕਰਾ ਰਹੇ ਔਰ ਉਸੇ ਸੇਮ ਦੇ ਦੇ ਉੱਤੇ ਸੇਮ ਸਮੇਂ ਦੇ ਉੱਤੇ ਉਹਨਾਂ ਨੂੰ ਬਨਵਾਸ ਭੇਜ ਦਿੱਤਾ ਜਾਂਦਾ ਪਰ ਬਾਅਦ ਚ ਉਹ ਚੱਕਰਵਰਤੀ ਰਾਜਾ ਬੰਦੇ ਨੇ ਉਹ ਕੰਡੀਸ਼ਨ ਸਹੀ ਹੁੰਦੀ ਹੈ ਪਰ ਉਸ ਟਾਈਮ ਉਹ ਫਾਲਸ ਹੈ ਨਾ ਕ੍ਰਿਸ਼ਨ ਜੀ ਦੀ ਕੁੰਡਲੀ ਬਣਦੀ ਹੈ ਮਤਲਬ ਕੁੰਡਲੀ ਬਣਾਉਣ ਦਾ ਜਿਹੜਾ ਚੱਲਦਾ ਆ ਰਿਹਾ ਹੈ ਬਟ ਕੁਆਲਿਟੀ ਆਫ ਅ ਸਟਾਰੋਲੋਜਰ ਘਟਦੀ ਜਾ ਰਹੀ ਹੈ ਜਿਹੜੀ ਉਹ ਕੁਆਲਿਟੀ ਆਫ ਅ ਸਟਾਰੋਲੋਜਰ ਹੈ ਉਹ ਦੇ ਜੀਵਨ ਚੋਂ ਚਲਕ ਆਂਦੀ ਹੈ ਵੇ ਉਹ ਕਿੰਨਾ ਕਸਤਵਿਕ ਹੈ ਕਿਦਾਂ ਦੀ ਜਦੋਂ ਮੈਂ ਇਹਨੂੰ ਕਮਰਸ਼ੀਅਲਾਈਜ਼ ਕਰ ਦਿੰਦਾ ਹੈ ਜਦੋਂ ਕਿਸੇ ਵੀ ਚੀਜ਼ ਦਾ ਵਪਾਰੀਕਰਨ ਹੋ ਜਾਂਦਾ ਹੈ ਤਾਂ ਜਿਹੜਾ ਵਪਾਰੀਕਰਨ ਉਹ ਖਰਾਬ ਕਰਦਾ ਤਾਂ ਹੀ ਉਹ ਪ੍ਰੈਡਿਕਸ਼ਨਾਂ ਗਲਤ ਹੋ ਰਹੀਆਂ ਨੇ ਤੇ ਗਲਤ ਹੋਣੀਆਂ ਜਦੋਂ ਤਾਂ ਪ੍ਰੈਡਿਕਸ਼ਨ ਮੈਂ ਕਰਨ ਦੀ ਕੋਸ਼ਿਸ਼ ਕਰੂੰਗਾ ਉਹ ਗਲਤ ਹੋਗੀ ਜਦੋਂ ਪ੍ਰੈਡਿਕਸ਼ਨ ਉਹ ਕਰਾਊਗਾ ਨਾ ਤਾਂ ਸਹੀ ਹੋਗੀ ਕੋਈ ਚੀਜ਼ ਹੈ ਫਿਰ ਅੱਜ ਦੇ ਰੈਂਕ ਤੇ ਯਕੀਨ ਕਰੀਏ ਕਿ ਨਾ ਕਰੀਏ ਸਵਾਲ ਤੇ ਫਿਰ ਉਹ ਬਿਲਕੁਲ ਕਰਨਾ ਚਾਹੀਦਾ ਲੱਭਣਾ ਚਾਹੀਦਾ ਮੈਂ ਨਹੀਂ ਕਹਿ ਰਿਹਾ ਮੈਂ ਸੱਚਾ ਸਭ ਝੂਠੇ ਮੈਂ ਕਹਿ ਰਿਹਾ ਤੁਸੀਂ ਅਜਮਾਓ ਜੀ ਤੁਸੀਂ ਚੰਗੇ ਪੜੇ ਲਿਖੇ ਔਰ ਚੰਗੀ ਸੋਚ ਵਾਲੇ ਥੋੜੇ ਜਿਹਾ ਘੱਟ ਲਾਲਚ ਵਾਲੇ ਬੰਦੇ ਨੂੰ ਬਟ ਉਹੀ ਹੈ ਨਾ ਹੁਣ ਸਾਨੂੰ ਕਿੱਥੋਂ ਪਤਾ ਲੱਗੇਗਾ ਕਿ ਉਹ ਵਾਕਈ ਹੀ ਜੈਨੂਇਨ ਹੈ ਕਿਉਂਕਿ ਗੱਲ ਤੇ ਉਹੀ ਚੀਜ਼ ਆਉਂਦੀ ਹੈ ਕਿ ਕੋਈ ਵੀ ਬਿਜ਼ਨਸ ਚਲਾ ਰਿਹਾ ਬਟ ਸਾਨੂੰ ਨਹੀਂ ਪਤਾ ਉਹ ਬਿਜ਼ਨਸ ਚਲਾ ਰਿਹਾ ਕਿ ਵਾਕਈ ਰਿਹਾ ਵਾਕਈ ਕਰ ਰਿਹਾ ਤੁਸੀਂ ਜਦੋਂ ਕਿਸ ਕੋਲ ਜਾਓਗੇ ਨਾ ਉਹ ਤੁਹਾਡੀ ਬਾਸ ਤਾਰੇ ਜਦੋਂ ਗੱਲਾਂ ਕਰਦਾ ਹੈ ਜਿੰਦੋਂ ਉਹ ਸਹੀ ਕਰਦਾ ਹੈ ਤੁਹਾਡੇ ਪ੍ਰੈਜ਼ੈਂਟ ਦਾ ਜਿਹੜਾ ਅਨੁਮਾਨ ਹੈ ਸਹੀ ਲੰਦਾ ਹੈ ਤਾਂ ਕੋਈ ਇੱਕ ਵਾਰੀ ਟਿੱਪਣੀ ਸਹੀ ਕਰ ਸਕਦਾ ਹੈ ਜਿਹੜਾ ਬੰਦਾ ਤੁਸੀਂ ਗਏ ਤੁਸੀਂ ਸਾਰੀਆਂ ਗੱਲਾਂ ਆਪ ਕਰ ਰਹੇ ਹੋ ਉਹਨੂੰ ਮੌਕਾ ਹੀ ਨਹੀਂ ਹੈ ਤੁਹਾਡੀ ਗੱਲ ਨੂੰ ਸੁਣ ਨਹੀਂ ਰਿਹਾ ਸਮਝ ਨਹੀਂ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਆਪਾਂ ਨੂੰ ਸਹੀ ਰਸਤੇ ਤੇ ਚੜਾ ਪਾਊਗਾ ਔਰ ਅੰਦਰ ਨਾਲ ਇੱਕ ਬੈਠਾ ਆਪਣੇ ਉਦਾਸ ਦੰਦਾ ਵੀ ਸਾਹਮਣੇ ਵਾਲੇ ਦੀ ਇੰਟੈਂਸ਼ਨ ਕੀ ਹੈ ਤੁਹਾਡੇ ਮਨ ਚ ਬਦੀ ਆਊਗੀ ਨਾ ਮੇਰੇ ਲਈ ਮੇਰੇ ਮਨ ਚ ਪਹਿਲਾ ਆਜੂਗੀ ਦਸਤੂਰ ਹੈ ਉਹਦਾ ਜੀ ਹੈਗਾ ਨਾ ਹਾਂਜੀ ਉਹੀ ਹੈ ਅੰਦਰ ਦਸਤੂਰ ਹੈ ਉਹਦਾ ਤੁਹਾਡੇ ਮਨ ਚ ਜੇ ਵਪਾਰੀ ਤੁਸੀਂ ਗੈਸ ਕਰ ਲਓਗੇ ਵੀ ਆਹ ਲੁੱਟ ਰਿਹਾ ਹੈ ਨਾ ਇਹ ਝੂਠ ਬੋਲ ਰਿਹਾ ਥੋੜੇ ਮੰਨੀ ਕਹਿੰਦਾ ਬਿਲਕੁਲ ਤੁਸੀਂ ਆ ਪੁੱਛਣ ਨਹੀਂ ਜਾਣਾ ਤੁਸੀਂ ਇਹ ਸਮਝ ਕੇ ਜਾਣਾ ਕਿ ਜੇ ਉਹ ਪੁੱਛਣ ਚੱਲੇ ਆ ਕੁਝ ਮੈਂ ਪੁੱਛਣਾ ਵੀ ਨਹੀਂ ਕਹਿੰਦਾ ਉਹਨੂੰ ਕਹਿ ਦਿੰਦੇ ਆ ਪੰਜਾਬੀ ਭਾਸ਼ਾ ਚ ਪਿੰਡਾਂ ਚ ਪੁੱਛਿਆ ਦਿੰਦਾ ਮੈਂ ਮਤਲਬ ਸਿਰਫ ਸਲਾਹ ਕਰਨ ਜਾਣਾ ਜਿਵੇਂ ਅਸੀਂ ਪਹਿਲਾਂ ਸਾਡੇ ਘਰ ਚ ਬਜ਼ੁਰਗ ਹੁੰਦੇ ਸੀ ਅਸੀਂ ਉਹਨਾਂ ਕੋਲ ਸਲਾਹ ਕਰਦੇ ਸੀ ਬਸ ਕੁਰਸੀ ਦੇ ਦੂਜੇ ਬੰਨੇ ਬੈਠਾ ਬੰਦਾ ਨਾ ਥੋੜਾ ਜਿਹਾ ਆਪਣਾ ਪਨ ਸਮਝੇ ਉਹਦਾ ਵਪਾਰੀ ਕਰਨਾ ਕਰੇ ਤਾਂ ਇਹ ਵਿੱਦਿਆ ਬਹੁਤ ਉੱਪਰ ਜਾ ਸਕਦੀ ਹੈ ਔਰ ਬਹੁਤ ਅੱਗੇ ਔਰ ਅੱਜ ਦੇ ਡੇਟ ਦੇ ਵਿੱਚ ਜਿੱਥੇ ਆਪਾਂ ਅਨੁਮਾਨ ਲਾਉਂਦੇ ਆ ਕਿ ਬਹੁਤ ਬੜੀਆਂ ਐਪਸ ਬਣ ਗਈਆਂ ਨੇ ਤੇ ਉਹ ਤਕਰੀਬਨ ਹਜ਼ਾਰਾਂ ਕਰੋੜ ਦਾ ਵਪਾਰ ਕਰਦੀਆਂ ਨੇ ਕੋਈ ਤਾਂ ਕਾਰਨ ਹੋਊਗਾ ਜਿਹੜੀ ਚੀਜ਼ ਗਲਤ ਹੁੰਦੀ ਹੈ ਨਾ बंद हो ਜਾਂਦੀ ਹੈ ਜਿਸ ਤਰ੍ਹਾਂ ਕਹਿ ਲੋ ਵੀ ਯੂਪਿਕ ਸ਼ਰਾਬ ਗਲਤ ਸੀ ਬਿਆਰ ਸ਼ਰਾਬ ਬੰਦ ਕਰਦੀ ਮੇਰਾ ਪੁਆਇੰਟ ਸਮਝਦੇ ਹੋ ਨਾ ਜਿਹੜੀ ਚੀਜ਼ ਨੈਗੇਟਿਵ ਹੈ ਗਲਤ ਹੈ ਉਹ ਬੰਦ ਹੋ ਜਾਂਦੀ ਹੈ ਉਹ ਇੱਕ ਚੀਜ਼ ਇਹ ਤਾਂ ਸੱਚਾਈ ਹੋਈ ਇੱਕ ਚੀਜ਼ ਇਹ ਵੀ ਹੈ ਨਾ ਕਿ ਇੱਕ ਆਪਾਂ ਜੀ ਆਪਣੇ ਹੀ ਇੱਥੋਂ ਦੀ ਗੱਲ ਕਰੀਏ ਇੱਥੇ ਪੰਜਾਬੇ ਇੰਡੀਆ ਦੀ ਪੂਰੇ ਦੀ ਆਪਾਂ ਗੱਲ ਕਰਦੇ ਆ ਇੱਥੇ ਲੋਕੀ ਇੱਕੋ ਚੀਜ਼ ਤੇ ਵਿਸ਼ਵਾਸ ਕਰਦੇ ਹੁੰਦੇ ਵਿਸ਼ਵਾਸ ਤੇ ਅੱਛਾ ਬੀਨ ਤੇ ਉਹ ਸੇ ਨੂੰ ਹੀ ਦਿਸ ਨਹੀਂ ਆ ਰਿਹਾ ਜਨ ਹੈ ਜਾ ਰਿਹਾ ਸੇ ਨੂੰ ਕਿਸ ਨੇ ਲੈ ਕੇ ਬਤਾਇਆ ਜਾ ਰਿਹਾ ਫਿਰ ਉਹ ਚੀਜ਼ ਕਿਦਾਂ ਮੰਨ ਬਹੁਤ ਡੁੰਗੀ ਗੱਲ ਹੈ ਬਹੁਤ ਡੁੰਗੀ ਗੱਲ ਹੈ ਬਹੁਤ ਹੀ ਡੁੰਗੀ ਗੱਲ ਹੈ ਅੰਦੇ ਲੋਕ ਅੰਦੇ ਲੋਕ ਅੰਧ ਵਿਸ਼ਵਾਸੀ ਹੁੰਦੇ ਨੇ ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ ਨਾ ਉਹ ਸਿਰਫ ਵਿਸ਼ਵਾਸੀ ਹੁੰਦੇ ਨੇ ਅੱਖਾਂ ਖੋਲਣੀਆਂ ਪੈਂਦੀਆਂ ਨੇ ਅੰਦੇ ਲੋਕ ਅੰਧ ਵਿਸ਼ਵਾਸੀ ਹੋਣਗੇ ਜੀ ਜਿਨ੍ਹਾਂ ਦੀਆਂ ਅੱਖਾਂ ਨੇ ਉਹ ਸਿਰਫ ਵਿਸ਼ਵਾਸੀ ਹੋਣਗੇ ਪਹੁੰਚਣਗੇ ਮੰਜ਼ਿਲ ਤੱਕ ਉਹ ਹੀ ਜਿਹੜੇ ਉਹਦੇ ਰਾਹ ਦੇ ਸਾਥੀ ਹੋਣਗੇ ਜਦ ਮੈਂ ਸੋਚ ਰਿਹਾ ਕਿ ਮੈਂ ਆ ਫਲਾਣਾ ਕੋਈ ਕੰਮ ਕਰਕੇ ਲੈਟਸ ਸਪੋਜ਼ ਮੈਂ ਲਾਲ ਕਪੜੇ ਪਾ ਕੇ ਇੰਟਰਵਿਊ ਤੇ ਜਾ ਰਿਹਾ ਹਾਂ ਇੰਟਰਵਿਊ ਰੱਖਿਆ ਹੀ ਮੈਨੇਜਰ ਦੀ ਪੋਸਟ ਵਾਸਤੇ ਹੈ ਤੇ ਮੈਂ ਕੀਤੀ ਹੋਈ ਪਲੱਸ 2 ਹੈ ਤਾਂ ਮੈਂ ਤਾਂ ਰਿਜੈਕਟ ਹੀ ਹੋਊਗਾ ਨਾ ਹਾਂਜੀ ਜੋਤਿਸ਼ ਸ਼ਾਸਤਰ ਦੇ ਵਿੱਚ ਨਾ ਇੱਕ ਬੜੀ ਡੂੰਗੀ ਗੱਲ ਕਹੀ ਜਾਂਦੀ ਹੈ ਦੇਸ਼ ਕਾਲ ਪਾਤਰ ਹੂੰ ਹੂੰ ਦੇਸ਼ ਮੈਂ ਕਿਹੜੇ ਦੇਸ਼ 'ਚ ਬੈਠਾ ਹੁਣ ਮੈਂ ਆਪਣੀ ਗੱਲ ਕਰਾਂ ਆਪਾਂ ਭਾਰਤ ਦੇ ਉੱਤਰੀ ਭਾਰਤ ਵਾਲੇ ਇਲਾਕੇ ਚ ਬੈਠੇ ਠੀਕ ਦੇਸ਼ ਹੋ ਗਿਆ ਉਚਵੀ ਪੰਜਾਬ ਚ ਬੈਠੇ ਨੇ ਦੇਸ਼ ਕਾਲ ਪਾਤਰ ਹੁਣ ਤੀਜੀ ਗੱਲ ਨੇ ਦੇਸ਼ ਤੋਂ ਬਾਅਦ ਇਹ ਕਾਲ ਕਾਲ ਕੀ ਚੱਲ ਰਿਹਾ ਆਪਾਂ ਸਾਰੇ ਜਾਣੂਆਂ ਪਹਿਲਾਂ ਕਰੋਨਾ ਕਾਲ ਚੱਲਿਆ ਸੀ ਹੈਨਾ ਕਾਲ ਆ ਗਿਆ ਪਤ ਮੈਂ ਕਿਹਦੇ ਨਾਲ ਗੱਲ ਕਰਦੇ ਜੀ ਦੇਸ਼ ਕਿੱਥੇ ਬੈਠਾ ਕਿੱਥੇ ਬੈਠਾ ਦੇਸ਼ ਕਾਲ ਕਿਦਾਂ ਦਾ ਸਮਾਂ ਚੱਲ ਰਿਹਾ ਬਾਹਰ ਗਰਮੀ ਦੀ ਰੁੱਤ ਹੋ ਗਈ ਮੈਂ ਹੁਣ ਸਰਦੀਆਂ ਚ ਕਹਾਂ ਵੀ ਯਾਰ ਅੰਬ ਖਾ ਕੇ ਮਜ਼ਾ ਆ ਗਿਆ ਕਰੋਂਗੇ ਨਹੀਂ ਨਾ ਖੋਗੇ ਨਾ ਅਤਿ ਵਿਸ਼ਵਾਸ ਨਹੀਂ ਵੱਡਾ ਬੰਦਾ ਯਾਰ ਖਾ ਲਿਆ ਹੁਣ ਨਹੀਂ ਖੁਲੀਆਂ ਨੇ ਅੱਖਾਂ ਬਾਹਰ ਗਰਮੀ ਹੈ ਦੇਸ਼ ਕਾਲ ਪਾਤਰ ਕੀ ਦੇ ਨਾਲ ਗੱਲ ਕਰਨ ਉਹ ਬਹੁਤ ਜ਼ਰੂਰੀ ਹੈ ਜਿੱਥੇ ਲੋਕੀ ਅਨਪੜ ਹੋਣਗੇ ਉੱਥੇ ਅੰਧ ਵਿਸ਼ਵਾਸ ਹੋਊਗਾ ਜਿਉਂ-ਜਿਉਂ ਅੱਖਾਂ ਖੁੱਲਣਗੀਆਂ ਦੂਰ ਹੋ ਜਾਊਗਾ ਕੈਨ ਬੀ ਲਰਨਿੰਗ ਬਿਲਕੁਲ ਇੱਕ ਇਹ ਵੀ ਹੈ ਕਿ ਐਸਟ੍ਰੋਲੋਜੀ ਵਿੱਚ ਕੁਝ ਚੀਜ਼ਾਂ ਦੱਸੀਆਂ ਜਾਂਦੀਆਂ ਕਿ ਤੁਸੀਂ ਇਹ ਰੰਗ ਦੀਆਂ ਚੀਜ਼ਾਂ ਪਾਓ ਜਾਂ ਇਹ ਰੰਗ ਦੇ ਤੁਸੀਂ ਨਾਲ ਰੱਖੋ ਆਪਣੇ ਜਾਂ ਇਹ ਮੁੰਦਰੀਆਂ ਪਾਓ ਇਹ ਨਾਗ ਪਾਓ ਉਹਨਾਂ ਦਾ ਕੀ ਰੋਲ ਹੈ ਕਿ ਉਹ ਵਾਕਈ ਹੈ ਆਹ ਵਾਲਾ ਆ ਨਹੀਂ ਹੈਗੇ ਆ ਤਾਂ ਮੰਨ ਲਿਆ ਤੇ ਇਹਨਾਂ ਦਾ ਕੀ ਰੋਲ ਹੈ ਮੈਨੂੰ ਫਿਰ ਲਾਈਕ ਰੰਗਾਂ ਨੂੰ ਲੈ ਕੇ ਕਿੱਦਾਂ ਕਿ ਮਤਲਬ ਵਾਕਈ ਰੰਗ ਜਿਹੜੇ ਇਫੈਕਟ ਕਰਦੇ ਆ ਯੈਸ ਯੈਸ ਰੰਗਾਂ ਆਪਣੇ ਨਾ ਸਰੀਰ ਚ ਸਤ ਚੱਕਰ ਕਹੇ ਜਾਂਦੇ ਨੇ ਔਰ ਤਕਰੀਬਨ ਜਿੰਨੇ ਧਰਮ ਨੇ ਸਾਰੇ ਉਹਨਾਂ ਸਤ ਚੱਕਰਾਂ ਦਾ ਜ਼ਿਕਰ ਕਰਦੇ ਨੇ ਜੀ ਹਰ ਇੱਕ ਚੱਕਰ ਨੂੰ ਇੱਕ ਰੰਗ دیتا ਜੀ ਠੀਕ ਔਰ ਉਹੀ ਅਸੀਂ ਇਨ ਦਤਨੂਸ਼ੀ ਦੇਖਦੇ ਆਂ ਔਰ ਉਹੀ ਅਸੀਂ ਵੈਬਨੋਰ ਨਾ ਜਿਹੜਾ ਪੀਰਾਮਿਡ ਦੇ ਵਿੱਚ ਇੱਕ ਲਾਈਟ ਜਾਂਦੀ ਹੈ ਉਹ ਸਤ ਰੰਗਾਂ ਚ ਡਿਵਾਈਡ ਹੋ ਜਾਂਦੀ ਹੈ ਨਾ ਰੰਗ ਤਾਂ ਹੈਗੇ ਨੇ ਹੁਣ ਜਿਹੜੀ ਉਹ ਇੱਕ ਕਿਰਨ ਮੇਰੇ ਤਨ ਨੂੰ ਛੂ ਰਹੀ ਹੈ ਕਿਹੜੇ ਸ਼ਰੀਰ ਦੀ ਕਿਹੜੇ ਤਤ ਦੀ ਘਾਟ ਹੈ ਮੈਂ ਉਹਦਾ ਨੇਚਰਲ ਤੋਂ ਨੇਚਰਲ ਕਲਰ ਪਾਣਾ ਚਾਹੂੰਗਾ ਮੰਨ ਲਓ ਮੈਨੂੰ ਨੀਲਮ ਦੀ ਜਰੂਰਤ ਹੈ ਕਾਤੇ ਉਹਦਾ ਰੰਗ ਨੀਲਾ ਹੈ ਐਗਜ਼ਾਮਪਲ ਸਮਝੋ ਯਾਨੀ ਕਿ ਮੇਰੇ ਸ਼ਰੀਰ ਦੇ ਵਿੱਚ ਮੇਰੇ ਸ਼ਰੀਰ ਦੀ ਆਉਰਾ ਦੇ ਵਿੱਚ ਕਿਤੇ ਨਾ ਕਿਤੇ ਉਹ ਰੰਗ ਜਿਹੜਾ ਇੱਕ ਇੱਕ ਹੀ ਕਿਰਨ ਚਾ ਰਿਹਾ ਹੈ ਜਦ ਤੱਕ ਉਹ ਪਿਰਾਮਿਡ ਵਿੱਚ ਨਹੀਂ ਪੈਂਦਾ ਉਹਦੇ ਸੱਤ ਰੰਗ ਨਹੀਂ ਦਿਖਦੇ ਆਪਾਂ ਨੂੰ ਹਾਂ ਤਾ ਮੇਰੇ ਕਾਰਟ ਉਸ ਨੀਲੇ ਰੰਗ ਦੀ ਹੈ ਇਸ ਕਰਕੇ ਮੈਂ ਨੀਲਾ ਪਾ ਲੂੰਗਾ ਪਰ ਜਦ ਮੈਂ ਸੋਚ ਲੂੰਗਾ ਵੀ ਹੁਣ ਮੈਂ ਪੱਥਰ ਪਾ ਲਿਆ ਹੁਣ ਤਾਂ ਜੈ ਜੈਕਾਰ ਹੈ ਐ ਨਹੀਂ ਹੋਣਾ ਮੇਰੀ ਜੇਬ ਚ ਪਿਆ ਲਾਲ ਰਮਾਲ ਮੇਰੀ ਕਿਸਮਤ ਦਾ ਤਾਲਾ ਤਾਂ ਖੋਲੂਗਾ ਜੇ ਕਰਮ ਕਰੂੰਗਾ ਹੂੰ ਥੋੜਾ ਜਿਹਾ ਇੱਕ ਲੈਵਲ ਹੋਰ ਡੂੰਗਾ ਸਮਝਦੇ ਹੈ ਇਹ 80 20 ਦਾ ਰੂਲ ਹੈ ਸਮਝਿਓ ਜਿਹੜਾ ਤਾਂ ਬੰਦਾ ਕਿਸਮਤ ਵਾਲਾ ਹੁੰਦਾ ਆਪਾਂ ਕਹਿ ਦਿੰਦੇ ਨੇ ਕਿਸਮਤ ਵਾਲਾ ਹੁੰਦਾ ਜੀ ਜੀ ਬੜੇ ਘਰ ਚ ਜਨਮ ਲੰਨਾ ਹੈ ਰਾਜਾ ਦੇ ਘਰ ਜੰਮਦਾ ਹੈ ਹਨਾ ਉਹਦਾ 80% ਕੰਮ ਉਸ ਕੁਦਰਤ ਨੇ ਕਰਤਾ ਉਸ ਪਰਮਾਤਮਾ ਨੇ ਕਰਤਾ ਬਿਲਕੁਲ ਉਹਨੇ 20% ਕਰਨਾ ਪਰ ਸਾਡੇ ਮੂਰੇ ਐਗਜ਼ਾਮਪਲ ਕਿਨੇ ਉਹਨਾਂ ਤੋਂ 20% ਕੰਮ ਵੀ ਨਹੀਂ ਹੁੰਦਾ ਉਹਨੂੰ ਉਹ ਵੀ ਔਖਾ ਲੱਗਦਾ ਹੈ ਪਰ ਜਿਹੜਾ ਬੰਦਾ ਯੂਨੀਕੌਰਨ ਬੰਦਾ ਹੈ ਹਜ਼ਾਰਾਂ CR ਤੋਂ ਉੱਪਰ ਦੀ ਫਰਮ ਖੜੀ ਕਰਦਾ ਹੈ ਉਹ ਬੰਦੇ ਨੂੰ ਮਿਲਿਆ ਵੀ ਹੁੰਦਾ ਉਹ 80 ਲਈ ਮਿਹਨਤ ਕਰਦਾ ਹੈ ਜੀ there is luck and work ਜੀ ਸੋਚੇ ਸੋਚਣਾ ਹੋਈ ਇਹਦੀ ਸੋਚੇ ਲੱਗ ਕਰਮ ਕਰਮ ਜ਼ਰੂਰੀ ਹੈ ਕਿਸਮਤ ਔਰ ਕਰਮ ਦਾ ਕੰਬੀਨੇਸ਼ਨ ਹੀ ਤੁਹਾਨੂੰ ਕਮਾਈ ਵੱਲ ਸਫਲਤਾ ਵੱਲ ਲੈ ਕੇ ਜਾਂਦਾ ਹੈ ਕਮਾਈ ਚਾਹੇ ਨਾਮ ਦੀ ਹੋਵੇ ਚਾਹੇ ਪੈਸਿਆਂ ਦੀ ਹੋਵੇ ਚਾਹੇ ਚੰਗੇ ਕਰਮਾਂ ਦੀ ਕਮਾਈ ਜਿਹੜੀ ਹੈ ਨਾ ਉਹ ਕਿਸਮਤ ਔਰ ਕਰਮਾ ਦੋਨਾਂ ਦਾ ਮੇਲ ਹੈ ਤੁਹਾਡੇ ਭਾਗਾਂ 'ਚ ਨਹੀਂ ਲਿਖਿਆ ਕਿ ਤੁਸੀਂ ਗੁਰੂ ਘਰ ਜਾਓਗੇ ਤੁਸੀਂ ਜਾ ਕੇ ਦਿਖਾ ਦਿਓ ਜਿਉਂ ਨਹੀਂ ਚਾਹੁੰਦਾ ਜਿਉਂ ਨੇ ਬੁਲਾਣਾ ਹੈ ਉਹਨੇ ਕੱਢਣਾ ਹੀ ਨਹੀਂ ਅੰਦਰੋਂ ਤੁਹਾਨੂੰ ਸੇਵਾ ਲਈ ਰੱਖਣੀ ਹੈ ਜੀ ਇਹ ਟੀ 20 ਦਾ ਪ੍ਰਿੰਸੀਪਲ ਚੱਲਦਾ ਹੈ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਕਲਰਸ ਮੀਨਸ ਨੈਚੁਰਲ ਕਲਰ ਨੈਚੁਰਲ ਕਲਰ ਜਿਵੇਂ ਉਹ ਪੱਥਰ ਜਿਹੜਾ ਨੀਲਮ ਉਹ ਸਿੰਥੈਟਿਕ ਪਲਾਸਟਿਕ ਨਹੀਂ ਹੋ ਸਕਦਾ ਉਹ ਜਿਹੜਾ ਨੈਚੁਰਲ ਮਾਈਨਸ ਦਾ ਜਿਵੇਂ ਹੁਣ ਇੱਕ শ্রীলੰਕਾ ਦੇ ਵਿੱਚ ਸੈਲੋਨ ਅਸੀਂ ਕਹਿੰਦੇ ਆ ਕਿ ਸੈਲੋਨੀ ਨੀਲਮ ਹੈ ਸੈਲੋਨਿਕ ਮਾਈਨਸ ਨੇ ਉਸ ਇੱਕ ਪਹਾੜ ਦਾ ਕਹਿ ਲਈ ਚਟਾਨ ਬਸ ਸਭ ਤੋਂ ਸੋਹਣੀ ਐਗਜ਼ਾਮਪਲ ਸਾਡੇ ਮੂਰੇ ਪਈ ਹੈ ਹੀਰੇ ਦੀ ਹਾਂ ਹੀਰਾ ਵੀ ਤਾਂ ਇੱਕ ਪੱਥਰ ਹੈ ਯਾਰ ਜੀ ਖਾ ਕੇ ਮਰਦਾ ਨਾ ਬੰਦਾ ਕਾਰਬਨ ਦੇ ਕੰਪਾਉਂਡ ਨਾਲ ਬਣਦਾ ਹੈ ਨਾ ਉਹ ਵੀ ਤਾਂ ਪੱਥਰ ਹੀ ਹੈ ਕਿ ਨੇਚਰਲ ਬਟ ਉਹ ਹੈ ਕਿ ਜਿਸ ਤਰ੍ਹਾਂ ਰੰਗ ਜਿਹੜੇ ਆ ਉਹਨਾਂ ਦਾ ਕਿੱਥੋਂ ਤੁਹਾਨੂੰ ਪਤਾ ਲੱਗਦਾ ਕਿ ਬੰਦੇ 'ਚ ਕਿਹੜੇ ਰੰਗ ਦੀ ਕਮੀ ਸਿੰਪਟਮ ਦੇਖੋ ਬਹੁਤ ਜ਼ਰੂਰੀ ਨੇ ਜਾਣਣੇ ਜਿਸ ਤਰ੍ਹਾਂ ਮੈਂ ਤੁਹਾਨੂੰ ਲਾਲ ਰੰਗ ਦੀ ਉਦਾਹਰਨ ਦਿੰਦਾ ਹੂੰ ਜਿੱਥੇ ਲਾਲ ਰੰਗ ਆ ਗਿਆ ਹੁਣ ਉੱਥੇ ਖਤਰਾ ਹੁੰਦਾ ਹੈ ਜੀ ਪਰ ਜਿੱਥੇ ਪ੍ਰੇਮ ਆ ਗਿਆ ਉੱਥੇ ਵੀ ਤਾਂ ਲਾਲ ਰੰਗ ਹੈ ਹਾਰਟ ਦਾ ਕਲਰ ਲਾਲ ਹੈ ਜੀ ਤੁਹਾਨੂੰ ਗੁੱਸਾ ਆਇਆ ਤਾਂ ਵੀ ਲਾਲ ਹੈ ਅੱਖਾਂ ਤੇ ਲਾਲ ਅੱਖਾਂ ਉਹ ਖ ਲਾਲ ਹੋ ਗਿਆ ਹਾਂ ਜੀ ਬੋਲਦੇ ਆ ਨਾ ਤੁਸੀਂ ਬਹੁਤ ਖੁਸ਼ ਹੋ ਤੁਹਾਡੇ ਅੰਦਰ ਉਹ ਤੁਹਾਡਾ ਚਿਹਰਾ ਲਾਲ ਹੈ ਸਮਝੋ ਮੇਰੀ ਗੱਲ ਜੀ ਕਲਰ ਸਾਨੂੰ ਖੁਦ ਖੁਦ ਦੱਸਦੇ ਨੇ ਅੱਜ ਦਾ ਜਿਹੜਾ ਯੂਥ ਹੈ ਨਾ ਜੀ ਦੋ ਕਲਰਾਂ ਵੱਲ ਜ਼ਿਆਦਾ ਇਨਕਲਾਈਨ ਹੋ ਰਿਹਾ ਗ੍ਰੇ ਔਰ ਬਲੈਕ ਹਾਂ ਹਾਂ ਤੁਸੀਂ ਕਿਤੇ ਵੀ ਯੂਥ ਚਲੇ ਜਾਓ ਦੋ ਰੰਗ ਦਿਖਣਗੇ ਕਾਲਾ ਔਰ ਗ੍ਰੇ ਕਿਉਂ ਪਹਿਲਾਂ ਕਿਉਂ ਨਹੀਂ ਪਹਿਲਾਂ ਕੇਸਰੀ ਰੰਗ ਕਿਉਂ ਸੀ ਪਹਿਲਾਂ ਭਗਵਾ ਰੰਗ ਕਿਉਂ ਸੀ ਪਹਿਲਾਂ ਨੀਲਾ ਰੰਗ ਕਿਉਂ ਸੀ ਕੀ ਕਾਰਨ ਸੀ ਉਹਦਾ ਸਿਰਫ ਕੀ ਕਰਿਆ ਕਲਰਾਂ ਨੂੰ ਤਾਂ ਰਮਣਾ ਜੋੜਦਾ ਕੇਸਰੀ ਹੈ ਤਾਂ Hindu ਹੈ ਜੀ ਹਰੇ ਤਾਂ ਮੁਸਲਮਾਨ ਹੈ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਬਹੁਤ ਕਲਰ ਸਾਡੇ ਜੀਵਨ ਤੇ ਇੰਪੈਕਟ ਪਾਉਂਦੇ ਨੇ ਉਹ ਸਾਨੂੰ ਖੁਦ ਨੂੰ ਟੋਲਣਾ ਪੈਂਦਾ ਵੀ ਜਿੱਦਾਂ ਤੁਸੀਂ ਤੁਹਾਨੂੰ ਇਹ ਕਲਰ ਅਟਰੈਕਟ ਕਰੇਗਾ ਵੀ ਮੈਨੂੰ ਤਾਂ ਜੀ ਵਾਈਟ ਬੜਾ ਅਟਰੈਕਟ ਕਰਦਾ ਅੱਜ ਦੀ ਯੂਥ ਦੀ ਜਿਹੜੀ ਸਪਰੈਂਡਿੰਗ ਹੈ ਨਾ ਉਹ ਜ਼ਿਆਦਾ ਬਲੈਕ ਔਰ ਗ੍ਰੇ ਤੇ ਹੋਊਗੀ ਇਹਦਾ ਕਾਰਨ ਵੀ ਤੁਹਾਡੇ ਅਕੋਰਡਿੰਗ ਹੈ ਕਾਲੀ ਯੁਗ ਕਲ ਯੁਗ ਗਾਲਾ ਗ੍ਰੇ ਉਹ ਇੰਪੈਕਟ ਪਾਏਗਾ ਹੀ ਪਾਏਗਾ ਅਸੀਂ ਵਿਚਾਰ ਕਰੀ ਤੇ ਇਹ ਕਿਸ ਹੱਦ ਤੱਕ ਲੈ ਕੇ ਚੀਜ਼ਾਂ ਪਹੁੰਚ ਰਹੀਆਂ ਇਹ ਮੂਨ ਐਂਡ ਬੈਕ ਚੱਲ ਰਿਹਾ ਸਿਸਟਮ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਹਨਾਂ ਚੀਜ਼ਾਂ ਨੂੰ ਬਹੁਤ ਕਮਰਸ਼ੀਅਲਾਈਜ਼ ਕੀਤਾ ਜਾ ਰਿਹਾ ਹੈ ਫੇਕ ਵਾਲੇ ਪਾਸੇ ਵੀ ਜਿਹੜੀਆਂ ਐਸਟੋਲੋਜੀ ਦੀਆਂ ਬੜੀਆਂ ਬੜੀਆਂ ਕੰਪਨੀਆਂ ਨੇ ਜਿਹੜੀਆਂ 4-400 ਕਰੋੜ 5-500 ਕਰੋੜ 5-5000 ਕਰੋੜ ਦਾ ਕਾਰੋਬਾਰ ਕਰ ਰਹੀਆਂ ਨੇ ਔਰ ਨਵੀਂ ਦੇ ਜਿਹੜੇ ਵੈਂਚਰ ਕੈਪਟਲਿਸਟ ਨੇ ਨਾ ਉਹ ਕਿਤੇ ਨਾ ਕਿਤੇ ਵੈਂਚਰ ਚ ਪੈਸਾ ਲਾਉਣ ਵਾਲੇ ਲੋਕ ਜਿਹੜੇ ਨੇ ਉਹ ਬਹੁਤ ਵੱਡੀ-ਵੱਡੀਆਂ ਕੰਪਨੀਆਂ ਵਾਲਿਆਂ ਨੇ ਮਤਲਬ ਬਹੁਤ بڑے ਲੋਕ ਨੇ ਜਿਹੜੇ ਉਸ ਐਪਸ ਨੂੰ ਫੰਡ ਕਰ ਰਹੇ ਨੇ ਜਿਹੜੇ ਸਟੋਲੋਜੀ ਨੂੰ ਹਾਈਲਾਈਟ ਕਰ ਰਹੇ ਨੇ ਕਿਉਂਕਿ ਬਾਣੀਆਂ ਬੁੱਧੀ ਦੀ ਜੇ ਮੈਂ ਗੱਲ ਕਰਾਂ ਉਹਦੀ ਕੋਈ ਇੱਕ ਸੋਚ ਲਾਭ ਕੱਢਦੀ ਏ ਪਿੱਛੇ ਕੀ ਬਚਦਾ ਉਹਨੇ ਲਾਭ ਕੱਢਣਾ ਏਸ ਕਰਕੇ ਜੇ ਮੈਂ ਇਹਨੂੰ ਫੇਕ ਵਾਲੇ ਪਾਸੇ ਕਰਾਂ ਤਾਂ ਇਹ ਬਹੁਤ ਡੂੰਗੇ ਹੋਰ ਬਹੁਤ ਉੱਚੇ ਹੋਰ ਬਹੁਤ ਨੀਵੇਂ ਪੱਧਰ ਤੇ ਚੱਲ ਰਹੀ ਹੈ ਜੇ ਚੰਗਿਆਈ ਵਾਲੇ ਪਾਸੇ ਕਰਾਂ ਤਾਂ ਕਿਤਨਾ ਕੀਤੇ ਹਜੇ ਦਬਿਆ ਹੋਇਆ ਬਿਲਕੁਕੁਲ ਕਿਉਂਕਿ ਉਹ ਉਹਨੂੰ ਲੋੜ ਕੀ ਹੈ ਹਰੀ ਅਨੰਤ ਹਰੀ ਕਥਾ ਨੰਤਾ ਜੋ ਜਾਣ ਤੋ ਕਹਤ ਨਹੀਂ ਜੋ ਕਹਤ ਉਹ ਜਾਣ ਨਹੀਂ ਜਿਹਨੇ ਪਾਲਿਆ ਨਾ ਉਹ ਤਾਂ ਗੁੰਗੇ ਦਾ ਗੁੜ ਹੈ ਜੀ ਉਹ ਗਾ ਕੇ ਵੀ ਨਹੀਂ ਦੱਸ ਸਕਦਾ ਇਹੀ ਸਟੋਲੋਜੀ ਨਾਲ ਹੈ ਜਿਵੇਂ ਸਮਰਥਾ ਰੱਖਦਾ ਤੁਹਾਡੇ ਜੀਵਨ ਨੂੰ ਬਦਲਣ ਦੀ ਤਾਂ ਮੈਂ ਇੰਤਜ਼ਾਰ ਕਰੂੰਗਾ ਵੀ ਤੁਸੀਂ ਮੇਰੇ ਕੋਲ ਆਓ ਹਾਂ ਜੀ ਕਦੇ ਦੇਖਿਆ ਸੀ ਵੀ ਖੂ ਪਿਆਸੇ ਕੋਲ ਗਿਆ ਹੋਵੇ ਪਿਆਸਾ ਤੁਰਦਾ ਰੁੜਦਾ ਖੂ ਦੇ ਕੋਲ ਪਹੁੰਚਦਾ ਹਾਂ ਜੀ ਜਿਹੜਾ ਨਜਾਇਜ਼ ਹੋ ਰਿਹਾ ਹੈ ਇਹ ਜਿਹੜੀ ਐਨੀ ਐਡ ਹੋ ਰਹੀ ਹੈ ਐਨੀ ਪਬਲਿਸਿਟੀ ਹੋ ਰਹੀ ਹੈ 15 ਸਾਲ ਹੋ ਗਏ ਮੈਂ ਕਦੇ ਨਹੀਂ ਦੇਖਿਆ ਸੀ ਔਰ 2012 ਦੇ ਵਿੱਚ ਮੈਂ ਐਸਟੋਟਾਕ ਜਾਂ ਟੀਵੀ ਤੇ ਹਾਂ ਜੀ ਸ਼ੋਅ ਕਰਿਆ ਕਰਦੇ ਸੀ ਅਸੀਂ ਤਾਂ ਮੇਰੀ ਤੁਸੀਂ ਦੇਖੋਗੇ YouTube ਚੈਨਲ ਤੇ ਜਾ ਕੇ ਬਹੁਤ ਵੀਡੀਓਜ਼ ਨੇ ਜਿਹੜੀਆਂ ਉਹ ਮੇਰੀਆਂ ਪਈਆਂ ਨੇ ਉਸ ਟਾਈਮ ਡਾਕਟਰ ਦੀਪਕ ਡਾਕਟਰ ਦੀਪਕ ਨਹੀਂ ਸੀ ਉਸ ਟਾਈਮ ਆਚਾਰੀਏ ਦੀਪਕ ਸੀ ਜਿਹੜਾ ਬੜਾਈ ਵਿਦਿਆਵਦੀ ਥੋੜੇ ਡੂੰਗੇ ਗਏ ਡੂੰਗੇ ਜਿਉਂ-ਜਿਉਂ ਅਸੀਂ ਜਾਣਦੇ ਆ ਨਾ ਉਹਨੇ ਸੋਹਣੇ ਮੋਤੀ ਮਿਲਦੇ ਜੀ ਤਾਂ ਇਹ ਬਹੁਤ ਗਲਤ ਹੋ ਰਿਹਾ ਕਿਉਂਕਿ ਤੁਸੀਂ ਇੱਕ ਚੀਜ਼ ਨੂੰ ਇੰਨਾ ਕੱਲ ਨੂੰ ਡੀਫੇਮ ਕਰ ਦੋਗੇ ਨਾ ਅਤੀ ਸਰਵਤਰ ਵਰਜਤੇ ਮਤਲਬ ਅੰਤ ਤੇ ਅਰਥ ਚ ਬੜਾ ਫਰਕ ਨਹੀਂ ਹੈ ਸਮਝ ਲਿਓ ਡੁੰਗਾ ਰਹੋ ਜੀ ਵੀ ਅਰਥ ਅੱਧਕ ਤੇ ਟਿੱਪੀ ਉਹ ਹੈ ਜੀ ਜੀ ਉਹ ਪਤਨੇ ਅੰਤ ਕਰਾਈ ਦੇਣੀ ਹੈ ਇਹ ਗਲਤ ਹੋ ਰਿਹਾ ਹੈ ਬਿਲਕੁਲ ਇੱਕ ਜਿਸ ਤਰ੍ਹਾਂ ਮੈਂ ਐਸੇ ਦੀ ਹੀ ਗੱਲ ਕਰਨ ਲੱਗਾ ਸੀ ਸਟਾਕ ਦੀ ਜੋ ਤੁਸੀਂ ਕੀਤੀ ਹੈ ਆਲਰੇਡੀ ਮੈਂ ਇਹਦੀ ਗੱਲ ਹੀ ਕਰਨ ਲੱਗਾ ਸੀ ਕਿ ਇਹਦੇ ਵਿੱਚ ਵੀ ਹੁਣ ਅੱਜਕਲ ਕੀ ਹੈ ਕਿ ਆਪਾਂ ਜੀ ਦੇਖਿਓ ਉਹਨਾਂ ਨੇ ਜਸਟ ਇੱਕ ਨਵੀਂ ਆਫਰ ਕੱਢੀ ਸੀ ਕਿ ਚੈਟ ਫਰੀ ਤੇ ਹ ਹੁਣ ਕਈ ਇਦਾਂ ਦੇ ਆ ਮੈਂ ਇੱਕ ਐਗਜ਼ਾਮਪਲ ਦੇਣਾ ਤੁਹਾਨੂੰ ਖੁਦ ਹੀ ਕਿ ਮੇਰੇ ਦੋਸਤ ਨੇ ਹੀ ਕੀਤਾ ਸੀ ਇੱਕ ਪ੍ਰੈਂਕ ਅੱਛਾ ਠੀਕ ਫ੍ਰੀ ਚੈਟ ਦੇ ਉਤੇ ਫ੍ਰੀ ਚੈਟ ਲੈ ਲਈ ਉਹਦੇ ਨਾਲ ਗੱਲਾਂ ਕਰ ਗਿਆ ਹਾਂਜੀ ਗੱਲਾਂ ਕਰੀਆ ਪਰ ਮਜ਼ਾਕ ਇਤਾਂ ਸਭ ਕੁਝ ਝੂਠ ਸੀ ਬਿਲਕੁਲ ਠੀਕ ਹੈ ਨਾ ਜੀ ਔਰ ਉਹਨਾਂ ਨੇ ਜੋ ਕਿਹਾ ਉਹ ਸਭ ਕੁਝ ਉਹਦੇ ਅਕੋਰਡਿੰਗ ਆਨਸਰ ਦਿੱਤਾ ਉਹਨਾਂ ਨੇ ਵੀ ਠੀਕ ਹੈ ਉਹਨਾਂ ਨੇ ਵੀ ਨਹੀਂ ਜਾਣਿਆ ਸੱਚ ਹੈ કે ਝੂਠ ਹੈ ਉਹਨਾਂ ਨੇ ਜੋ ਉਹਦੇ ਕੋਈ ਆਨਸਰ ਦਿੱਤਾ ਹੁਣ ਉਹ ਚੀਜ਼ਾਂ ਦਾ ਫਿਰ ਕੀ ਕਹਿਣਾ ਉਹ ਕਿਉਂ ਕੀ ਆ ਜੀ ਸਾ ਚੈਟ ਫਰੀ ਦੇਣਾ ਯਾ ਚਿੱਟਾ ਫਰੀ ਦੇਣਾ ਇੱਕੋ ਗੱਲ ਐ ਦੇਖੋ ਮਤਰੋ ਜੀ ਆਪਾਂ ਗੱਲ ਕਰੀਏ ਤੇ ਐਪ ਇੱਕ ਤਰ੍ਹਾਂ ਦਾ ਝੂਠ ਹੈ ਕਿ ਸੱਚ ਹੈ ਅਸਲ ਚ ਕੀ ਹੈ ਮੋਬਾਈਲ ਦੇ ਦੂਜੇ ਪਾਸੇ ਨਾ ਡਾਕਟਰ ਬੈਠਾ ਹੀ ਨਹੀਂ ਉਥੇ ਬੈਠਾ ਹੀ ਕੰਪਾਉਂਡਰ ਯਾ ਪੀਲ ਹੈ ਜੀ ਜਿਹੜੇ ਡਾਕਟਰ ਕੋਲ ਕੰਮ ਹੁੰਦਾ ਨਾ ਉਹ ਘੜੀ ਦਿਖਦਾ ਔਰ 6 ਵਜੇ ਤੜਾ ਦਫਤਰ ਨੂੰ ਲਾ ਜਾਂਦਾ ਵੀ ਹੁਣ ਮੈਂ ਚੱਲਿਆ ਪਰ ਜੀ ਜਿਹੜੇ ਡਾਕਟਰ ਕੋਲ ਕੰਮ ਨਹੀਂ ਨਾ ਹੁੰਦਾ ਉਹ ਬਾਟ ਦੇਖਦਾ ਹੈ ਜਿਹੜਾ ਆਰਐਮਪੀ ਵੀ ਨਹੀਂ ਹੁੰਦਾ ਅਸੀਂ ਕਹਿੰਦੇ ਨਾ ਪਿੰਡਾਂ 'ਚ ਬੈਠੇ ਹੁੰਦੇ ਨੇ ਆਰਐਮਪੀ ਉੱਥੇ ਮੈਨੂੰ ਲੱਗਦਾ ਨਹੀਂ ਕਿ ਕਿਉਂਕਿ ਬਹੁਤ ਯੂਟਿਊਬਰਸ ਨੇ ਵੀ ਇਹ ਕਰਿਆ ਜੀ ਤਕਰੀਬਨ ਤੁਸੀਂ ਪਾਉਂਗੇ ਨਾ ਐਸਟੋ ਟਾਕ ਐਕਸਪੋਜ਼ ਜਾਂ ਫਲਾਣੀ ਐਪ ਐਕਸਪੋਜ਼ ਮੈਂ ਕਿਸੇ ਇੱਕ ਦਾ ਨਾਂ ਨਹੀਂ ਲਾਉਂਦਾ ਜੀ ਜੀ ਤੁਸੀਂ ਉਹ ਲਿਸਟ ਦੇਖੋਗੇ ਉਹਨਾਂ ਦੀ ਮੈਂ ਕਿਸੇ ਵੀ ਐਪ ਨਾਲ ਅਟੈਚ ਨਹੀਂ ਹੈਗਾ ਪਪਾ ਜਿੰਨਾ ਖੁੰਡਾ ਉਹਨਾਂ ਕੀ ਕੰਮ ਹੈ ਜਿੰਨਾ ਕਿ ਸਮਾਂ ਪਰਮਾਤਮਾ ਨੇ ਬਖਸ਼ਿਆ 24 ਘੰਟੇ ਬਖਸ਼ੇ ਨੇ ਨਾ ਤਾਂ ਉਹ ਚੋ 8 ਘੰਟੇ ਕੰਮ ਵਾਲੇ ਨੇ ਬਾਕੀ ਤਾਂ 8-8 ਘੰਟੇ ਅਸੀਂ ਵੰਡੇ ਹੋਏ ਠੀਕ ਹੋ ਗਿਆ ਤਾਂ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਫੇਕ ਦੱਸਿਆ ਫੇਕ ਕਿਹਾ ਉਹ ਤੁਸੀਂ ਉਹਦੇ ਮੂੰਹ ਚ ਸ਼ਬਦ ਪਾਏ ਉਹਨੇ ਉਹੀ ਸ਼ਬਦਾਂ ਦਾ ਜਵਾਬ ਦਿੱਤਾ ਨਾ ਤਾਂ ਉਹਨੇ ਕੁੰਡਲੀ ਖੋਲੀ ਹੋਣੀ ਨਾ ਉਹਨੇ ਜਮਤ ਸਮਝੀ ਹੋਣੀ ਵੀ ਪ੍ਰੈਂਕ ਵੀ ਹੋ ਸਕਦਾ ਹੈ ਬਿਲਕੁਲ ਉਹਨੂੰ ਤਾਂ ਸੁੱਤੇ ਪਏ ਨੇ ਯਾਦਦਾ ਹਾਂ ਜੀ ਇਹ ਹੋ ਜਾਊਗਾ ਮੈਂ ਮੈਂ ਇੱਕ ਹੁਣ ਜਿੱਦਾਂ ਇੱਕ ਯੂਟਿਊਬਰ ਸੀਗਾ ਉਹਨੇ ਐ ਕਿਹਾ ਵੀ ਮੈਂ ਭੁੱਖਾ ਮਰ ਰਿਹਾ ਹਾਂ ਤੇ ਮੇਰੀ ਮੰਮੀ ਦੀ ਬਹੁਤ ਵੱਡੇ ਯੂਟਿਊਬਰ ਨੇ ਉਹ ਵੀ ਕਿ ਮੇਰੀ ਮੰਮੀ ਦੀ ਸਿਹਤ ਖਰਾਬ ਹੈ ਜਦ ਕਿ ਉਹਦੀ ਮਾਤਾ 3 ਸਾਲ ਪਹਿਲਾਂ ਮਰ ਚੁੱਕੀ ਸੀ ਸਮਝੋਗਾ ਨਾ 3 ਸਾਲ ਪਹਿਲਾਂ ਉਹਦੀ ਮਾਤਾ ਮਰ ਚੁੱਕੀ ਸੀ ਕਹਿੰਦਾ ਹਾਂ ਖਰਾਬ ਹੈ ਫਲਾਣੀ ਉਹਨੇ ਕਿਹਾ ਮੈਂ ਪੇਪਰ ਦੇ ਰਿਹਾ ਹੈ ਸਭ ਕੁਝ ਫਰਾਡ ਸੀ ਸਭ ਕੁਝ ਫੇਕ ਸੀ ਉੱਥੇ ਦਾ ਤਾਂ ਨਹੀਂ ਵਿਚਾਰ ਕੀਤਾ ਗਿਆ ਕਿਉਂਕਿ ਉਹਨੇ ਦੇਖਿਆ ਹੀ ਨਹੀਂ ਜਦੋਂ ਤੱਕ ਮੈਂ ਤੁਹਾਡੀ ਬਿਮਾਰੀ ਦੀ ਤੁਹਾਡੀ ਬਲੱਡ ਰਿਪੋਰਟ ਨਹੀਂ ਦੇਖੀ ਕੁੰਡਲੀ ਇੱਕ ਬਲੱਡ ਰਿਪੋਰਟ ਹੈ ਬਲੱਡ ਰਿਪੋਰਟ ਦੇਖ ਕੇ ਮੈਂ ਤੁਹਾਨੂੰ ਦਵਾਈ ਦੇਣੀ ਹੈ ਉਹ ਦਵਾਈ ਦਾ ਨਾਮ ਕੁਝ ਉਪਾਅ ਕੁਝ ਦਾਨਪੁਰ ਹੁੰਦੇ ਨੇ ਜੀ ਪਰ ਇੰਡਾਇਰੈਕਟਲੀ ਮੈਂ ਤੁਹਾਨੂੰ ਪਰਮਾਤਮਾ ਨਾਲ ਜੋੜਦਾ ਹਾਂ ਚੰਗਿਆਈ ਨਾਲ ਜੋੜਦਾ ਹਾਂ ਉਹ ਅਧਿਆਤਮ ਚ ਟ੍ਰਾਂਸਫਰ ਹੋ ਜਾਂਦਾ ਹੈ ਵੀ ਧਰਮ ਮੈਂ ਧਾਰਮਿਕ ਨਹੀਂ ਹੈਗਾ ਮੈਂ ਅਧਿਆਤਮਿਕ ਕਹਿਣਾ ਦੋਨਾਂ ਗੱਲਾਂ 'ਚ ਬੜਾ ਅੰਤਰ ਹੈ ਤੁਸੀਂ ਮੇਰੇ ਕੋਲ ਆਏ ਕੁੰਡਲੀ ਜਸਟ ਲਾਈਕ ਅ ਬਲੱਡ ਰਿਪੋਰਟ ਔਰ ਐਕਸਰੇ ਔਰ ਸਕੈਨ ਮੈਂ ਦੇਖਿਆ ਵੀ ਉਹ ਹੋਤੀ ਤਾਂ ਈਜ਼ੀ ਰਿਪੋਰਟ ਹੈ ਤੇਰੇ ਦਿਮਾਗ 'ਚ ਫਰਕ ਹੈ ਤੇਰੀ ਤਾਂ ਐਗ ਰਿਪੋਰਟ ਹੈ ਇਸ ਤਾਂ ਦਿਮਾਗ 'ਚ ਬਹੁਤ ਫਰਕ ਹੈ ਮੈਂ ਤੁਹਾਨੂੰ ਦਵਾਈ ਲਿਖਦੀ ਮੇਰਾ ਪੁਆਇੰਟ ਸਮਝਿਓ ਜ਼ਰਾ ਇਸ ਕਰ ਉਹ ਤੁਸੀਂ ਕਿਤੇ ਮਤਲਬ ਦਾਨਪੁਣ ਲਿਖਤੀ ਥੋੜੀ ਉਹ ਟਾਈਮ ਲਿਆ ਉਹ ਸਮਾਂ ਲਿਆ ਉਹ ਤਾਨੂੰ ਸਕੂਨ ਥੋੜਾ ਮਿਲੇ ਤੁਹਾਨੂੰ ਰਿਲੀਫ ਮਿਲੀ ਹੈ ਨਾ ਜੋ ਵਿਦਿਆਚ ਸੱਚਾਈ ਹੈ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਤੀਜਾ ਜਿਹੜਾ ਚੈਪਟਰ ਆ ਜਾਂਦਾ ਉੱਥੇ ਸਾਰੀ ਗੇਮ ਸ਼ੁਰੂ ਹੁੰਦੀ ਹੈ ਵੀ ਹੁਣ ਤਾਂ ਮੈਂ ਫਲਾਣੇ ਕੰਮ ਲਈ ਵੀ ਜਾਊਂਗਾ ਉਸ ਕੰਮ ਲਈ ਵੀ ਜਾਊਂਗਾ ਉਸ ਉਹ ਤੇ ਪਗਲ ਤੋਂ ਜਿਹੜੀ ਤੁਸੀਂ ਉਹ ਚੈਟ ਕੀਤੀ ਉਹ ਬੰਦੇ ਦਾ ਕੋਈ ਕੈਰੇਟਰੀਆ ਨਹੀਂ ਹੈ ਕਿ ਉਹਦੀ ਐਲੀਜੀਬਿਲਟੀ ਦਾ ਟੈਸਟ ਕੀ ਹੈ ਐਸਟੋ ਟਾਕ ਐਪ ਵਾਲੇ ਪਹਿਲਾਂ ਇੰਟਰਵਿਊ ਨਹੀਂ ਲੈ ਰਹੇ ਕੋਈ ਕਾਗਜ਼ ਚੈੱਕ ਨਹੀਂ ਕਰ ਰਹੇ ਕਿਉਂਕਿ ਜੋਤਿਸ਼ ਦੀ ਕਿਸੇ ਡਿਗਰੀ ਨੂੰ UGC ਨੇ ਕਦੇ ਮਾਨਤਾ ਦਿੱਤੀ ਨਹੀਂ ਸੀ ਪਰ ਸ਼ਾਸਤਰੀ ਦੇ ਕਾਲਜ ਨੂੰ ਮਾਨਤਾ ਹੈਗੀ ਹੈ ਜਿਹੜੇ ਸ਼ਾਸਤਰੀ ਦੇ ਕਾਲਜ ਨੇ ਜੈਟ ਸਪੋਜ਼ ਤੁਸੀਂ ਪਹਿਲਾਂ ਸ਼ਾਸਤਰੀ ਕਰਦੇ ਹੋ ਫਿਰ ਆਚਾਰਯ ਕਰਦੇ ਹੋ ਫਿਰ ਮਹਾਰਿਸ਼ੀ ਕਰਦੇ ਹੋ ਇਟ ਜਸਟ ਲਾਈਕ ਬੀਏ ਐਮਏ ਪੀਐਚਡੀ ਯਸਟ ਯਾ ਉਥੇ ਕਾ ਪਾਰਟ ਹੈ ਵੇਦਾਂ ਦਾ ਗ੍ਰੰਥਾਂ ਦਾ ਜੋਤਿਸ਼ ਸ਼ਾਸਤਰ ਰਿਗਵੇਚੋਂ ਲਿਆ ਗਿਆ ਕਨਸੈਪਟ ਹੈ ਅੱਜ ਦਾ ਨਹੀਂ ਹੈ ਔਰ ਕਿਹਾ ਵੀ ਜਾਂਦਾ ਹੈ ਜੋਤਿਸ਼ਾ ਨਾਮ ਵੇਦਾਮ ਚਕਸ਼ੂ ਕੇ ਵੇਦਾਂ ਦੀਆਂ ਅਕਾਨੇ ਜੋਤਿਸ਼ ਦੇਖਣਾ ਭੂਤ ਨੂੰ ਦੇਖਣਾ ਜੀ ਵਰਤਮਾਨ ਬਾਰੇ ਵੇਰਵਾ ਲੈਣਾ ਔਰ ਕੋਮਿਕ ਬਾਰੇ ਅੰਦਾਚਾ ਲਾਣਾ ਅੰਦਾਚਾ ਲਾਣਾ ਦੱਸਣਾ ਨਹੀਂ ਦੱਸਣਾ ਨਹੀਂ ਅੰਦਾਚਾ ਲਾ ਤੁਹਾਨੂੰ ਆਪਣੇ ਬਾਰੇ ਪਤਾ ਲੱਗੇ ਅੰਦਾਜ਼ਾ ਕਿ ਤੁਹਾਡਾ ਕੀ ਹੈ ਆਉਣ ਵਾਲਾ ਬਿਲਕੁਲ ਪਰ ਮੈਂ ਹਮੇਸ਼ਾ ਕਹਿਣਾ ਹੁੰਦਾ ਹਰ ਇੱਕ ਸਟਾਰੋਜਰ ਨੂੰ ਜਿੰਨੇ ਵੀ ਮੇਰੀ ਲੋਬੀ ਦਾ ਹਿੱਸਾ ਨੇ ਜਿੰਨੇ ਵੀ ਸਾਡੇ ਗੁਰੂ ਨੇ ਪਰਮਾਤਮਾ ਲੰਬੀਆਂ ਉਮਰਾਂ ਬਖਸ਼ੀਆਂ ਉਹਨਾਂ ਨੂੰ ਵੀ ਉਹਨਾਂ ਦੀ ਆਪਣੀਆਂ ਲਾਈਫ ਬਹੁਤ ਡਿਸਟਰਬ ਹੁੰਦੀਆਂ ਨੇ ਇਹਦਾ ਕਾਰਨ ਹੈ ਜਦੋਂ ਮੈਂ ਉਹਦੀ ਕੁਦਰਤ ਨਾਲ ਛੇੜਛਾੜ ਕਰਦਾ ਨਾ ਤਾਂ ਫਿਰ ਚੀਜ਼ਾਂ ਤਾਂ there is a every reaction opposite and equal reaction newton third law ਕਹਿੰਦਾ ਨਾ ਤਾਂ ਚੀਜ਼ਾਂ ਹਿੱਟ ਬੈਕ ਹੁੰਦੀਆਂ ਨੇ ਤਾਂ ਪਤਾ ਲੱਗਦਾ ਸਾਨੂੰ ਆਪਣੇ ਬਾਰੇ ਪਰ ਕਿਤੇ ਨਾ ਕਿਤੇ ਉਹ ਚੀਜ਼ਾਂ ਸੀ ਉਹਦਾ ਮੋਨੀਟਰ ਨਹੀਂ ਕਰ ਸਕਦੇ ਜਿੱਦਾਂ ਤੁਹਾਡੀ ਲਾਈਫ ਬਾਰੇ ਇਨੋਸੈਂਟਲੀ ਕਲੀਅਰਲੀ ਮੋਨੀਟਰ ਕਰ ਸਕਦੇ ਆ ਜਦੋਂ ਸਾਡੀ ਲਾਈਫ ਤੇ ਗੱਲ ਆਉਂਦੀ ਹੈ ਨਾ ਤਾਂ ਜਦੋਂ ਡਾਕਟਰ ਆਪਣੇ ਜਿਵੇਂ ਟੰਕੇ ਨਹੀਂ ਲਾ ਸਕਦਾ ਆਪਣੇ ਆਪਰੇਸ਼ਨ ਨਹੀਂ ਕਰ ਸਕਦਾ ਆਪਣੀ ਬੇਟੀ ਦਾ ਆਪਣੇ ਬੇਟੇ ਦਾ ਨਹੀਂ ਕਰ ਸਕਦਾ ਕਿਉਂਕਿ ਕਾਰਨ ਪਤਾ ਕੀ ਹੈ ਦਾ ਉਹਦੇ ਹੱਥ ਕੰਮ ਨਹੀਂ ਗਏ ਉਹ ਚੀਜ਼ਾਂ ਨੂੰ ਜੋੜਨ ਮੋੜਨ ਲੱਜੂਗਾ ਜੇ ਐਦਾਂ ਹੁੰਦਾ ਨਾ ਤਾਂ ਭਾਰਤ ਚ ਰਹਿਣ ਵਾਲਾ ਹਰ ਇੱਕ ਜੋਤਿਸ਼ੀ ਅਰਪਾਪਤੀ ਹੁੰਦਾ ਇਹ ਤਾਂ ਹੁੰਦਾ ਕਿਤੇ ਨਾ ਕਿਤੇ ਇਹ ਵਿਦਿਆ ਐਦਾਂ ਦੀ ਹੈ ਕਿ ਆਪਣਾ ਸਿਰ ਆਪ ਨਹੀਂ ਗੁੰਦ ਹੁੰਦਾ ਇਹ ਵਿਦਿਆ ਹੀ ਐਦਾਂ ਦੀ ਹੈ ਸੋ ਕੋ ਚੰਗਾ ਕਰੇ ਐਦਾਂ ਦੀ ਬਣਾਈ ਸੋਚੋ ਹਜੇ ਮੌਤ ਹੈ ਤਾਂ ਲੋਕਾਂ ਨੂੰ ਕਿੰਨਾ ਹੰਕਾਰ ਹੈ ਜੇ ਮੌਤ ਨਾ ਹੁੰਦੀ ਤਾਂ ਹੰਕਾਰ ਦਾ ਲੈਵਲ ਕੀ ਹੋਣਾ ਸੀ اسی طرح ہی ਹਜੇ ਜੋਤਸ਼ੀਆਂ ਦੇ ਜੀਵਨ 'ਚ ਕਸ਼ਟ ਹੈ ਦੁੱਖ ਹੈ ਜੋ ਨਾ ਹੁੰਦਾ ਤਾਂ ਜੋਤਸ਼ੀ ਨੇ ਰੱਬ ਬਣ ਜਾਣਾ ਸੀ ਹਿੰਦੁਸਤਾਨੀ ਜੋਤਸ਼ੀ ਨੂੰ ਭਾਰਤ ਦੇ ਆ ਹਿੰਦੁਸਤਾਨ ਦੇ ਕਿਹਾ ਵਰਡ ਦੇ ਕਿਸੇ ਵੀ ਸਟੋਲਜਰ ਨੂੰ ਪਹਿਲਾਂ ਨਾ ਇੱਕ ਚੰਗਾ ਇਨਸਾਨ ਬਣਨਾ ਚਾਹੀਦਾ ਹੈ ਫਿਰ ਗੁਰੂ ਜਦੋਂ ਮੈਂ ਗੁਰੂ ਬਣਨ ਦੀ ਕੋਸ਼ਿਸ਼ ਕਰੂੰਗਾ ਨਾ ਫਿਰ ਮੇਰੇ 'ਚ غرور ਭਰ ਜਾਊਗਾ ਮੈਂ ਤਾਂ ਦੋਸਤ ਬਣਨਾ ਹੈ ਮੈਂ ਤਾਂ ਸਾਥੀ ਬਣਨਾ ਹੈ ਜੀ ਇੱਕ ਹੁਣ ਨਾ ਕਿ ਆਪਾਂ ਲਿਖ ਕੇ ਗੱਲ ਕਰਦੇ ਆਂ ਫਿਊਚਰ ਦੀ ਫਿਊਚਰ ਇਹ ਚੀਜ਼ ਹੋਣ ਵਾਲੀ ਉਹ ਚੀਜ਼ ਹੋਣ ਵਾਲੀ ਉਹਨੂੰ ਬਦਲੇ ਨਹੀਂ ਜਾ ਸਕਦਾ ਸਰ ਲੋਕੀ ਬਦਲਦੇ ਕਿਉਂ ਨਹੀਂ ਜੇ ਉਹਨਾਂ ਨੂੰ ਪਤਾ ਲੱਗ ਹੀ ਗਿਆ ਆਲਰੇਡੀ ਜੋ ਜੋ ਅਟੱਲ ਆ ਅਟੱਲ ਹੈ ਕਿਹਾ ਜਾਂਦਾ ਅਸੀਂ ਵੀ ਕਹਿੰਨੇ ਆ ਸਾਨੂੰ ਕੋਈ ਮਿਲ ਲੰਦਾ ਕਿ ਸੂਲੀ ਦਾ ਸੂਲ ਬਣ ਸਕਦਾ ਹੈ ਭੁੱਲ ਜਾਂਦੇ ਕਿ ਸੂਲੀ ਦਾ ਸੂਲ ਬਣਾਣਾ ਵੀ ਉਹਨੇ ਲਿਖਿਆ ਹੋਇਆ ਸਭ ਲਿਖਿਆ ਹੋਇਆ ਖੋਦਾ ਕਰੋ ਨਿਕਲਣਾ ਕਿਸੇ ਦੇ ਮੂੰਹ ਚ ਇੱਕ ਅੰਨ ਦਾ ਦਾਣਾ ਪਾਣਾ ਕੁਝ ਦਾਨ ਕਰਨਾ ਸਭ ਲਿਖਿਆ ਹੋਇਆ ਹੈ ਜ਼ਰੂਰਤ ਮੇਰੀ ਹੈ ਕਿ ਮੈਂ ਕਿੰਨਾ ਕੁ ਪੜ ਲੰਨਾ ਹੈ ਤੇ ਕਿੰਨਾ ਕੁ ਅੰਦਾਜ਼ਾ ਲਾ ਲੰਨਾ ਹੈ ਉਸ ਅੰਦਾਜ਼ੇ ਨੂੰ ਇੰਟੂਿਸ਼ਨ ਵੀ ਕਿਹਾ ਜਾਂਦਾ ਤੁਹਾਨੂੰ ਆਪਣੇ ਬਾਰੇ ਹੁੰਦੀ ਹੈ ਬਦਲਿਆ ਜਾ ਸਕਦਾ ਹੈ ਪਰ ਹਰ ਇੱਕ ਥਾਂ ਹੀ ਨਹੀਂ ਹਰ ਇੱਕ ਥਾਂ ਹੀ ਨਹੀਂ ਵਰਤਾ ਪਰ ਰੱਬ ਹੋ ਜਾਂਗੇ ਹਰ ਇੱਕ ਥਾਂ ਹੀ ਨਹੀਂ ਬਦਲਿਆ ਜਾ ਸਕਦਾ ਹਰ ਗੱਈਆ ਤਾਂ ਹੈ ਜੋ ਬਿਲਕੁਲ ਨਾਸਤਿਕ ਹੁੰਦੇ ਹੈ ਇਹ ਜੋ ਇਹਨਾਂ ਚੀਜ਼ਾਂ 'ਚ ਜੀਵਿਸ਼ਵਾਸ ਨਹੀਂ ਕਰਦੇ ਰੱਬ ਵਿੱਚ ਨਹੀਂ ਹੂੰ ਤੇ ਉਹ ਜਿਹੜੇ ਉਹਨਾਂ ਨੂੰ ਜਦ ਇਹਨਾਂ ਚੀਜ਼ਾਂ ਬਾਰੇ ਦੱਸਣਾ ਉਹ ਤੇ ਯਕੀਨ ਨਹੀਂ ਕਰਉਂਦੇ ਕਿ ਆਹ ਮੁੰਡਾ ਲੀਵਰ ਮੈਂਤਾ ਕਿਰਦੀਆਂ ਨਹੀਂ ਹੁੰਦੀਆਂ ਉਹਨੀਆਂ ਜਿਹੜੇ ਇਸ ਤਰ੍ਹਾਂ ਉਹਨਾਂ ਦੀਆਂ ਕੁੰਡਲੀਆਂ ਹੁੰਦੀਆਂ ਨੇ ਉਹਨਾਂ ਦੀਆਂ ਕੁੰਡਲੀਆਂ 'ਚ ਇਹ ਯੋਗ ਹੁੰਦੇ ਨੇ ਕਿਉਂ ਨਾਸਤਿਕ ਓਕੇ ਵਾਲੀ ਕੁੰਡਲੀਆਂ 'ਚ ਯੋਗ ਹੁੰਦੇ ਨਹੀਂ ਉਹ ਸਾਡੇ ਕੋਲ ਰਿਜ਼ਲਟ ਨਹੀਂ ਐਤਾ ਨਹੀਂ ਰਿਜ਼ਲਟ ਨਹੀਂ ਕਿ ਮਰੇ ਹੋਏ ਵਿਅਕਤੀ ਬਾਰੇ ਕਿਛਾ ਜਾਂਦਾ ਕਿ ਕੀ ਜਿੰਦ ਇਹ ਕੋਈ ਵੀ ਕੋਈ ਦਿਨ ਅਗੇ ਪੁੱਛਿਆ ਜਾਂਦਾ ਹੈ ਵੀ ਕੀ ਇਹ ਬੋਲੀ ਹੈ ਜਾਂ ਖੇਤ ਦਾ ਸੋਚ ਕੇ ਦੇਖ ਜਿਸ ਰੰਗ ਨਾਸਿਕ ਦੀ ਜੇ ਆਪਾਂ ਗੱਲ ਕਰਦੇ ਆਂ ਜੇਕਰ ਉਹ ਰੱਬ ਨੇ ਹੀ ਲਿਖਿਆ ਕਿ ਉਹਨੇ ਨਾਸਿਕ ਬੰਨਾ ਤੇ ਫਿਰ ਲੋਕੀ ਕ੍ਰਿਟੀਸਾਈਜ਼ ਕਿਉਂ ਕਰਦੇਗੇ ਰੱਬ ਨੂੰ ਨਹੀਂ ਮੰਨਦਾ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਹੈ ਕਿ ਜਿੱਧਰ ਭੀੜ ਹੈ ਉਧਰ ਇਹ ਵੀ ਉਹਦਾ ਹਿੱਸਾ ਹੋਣਾ ਚਾਹੀਦਾ ਪਰਮਾਤਮਾ ਨੇ ਹਮੇਸ਼ਾ ਕੰਟਰਾਸਟ ਰੱਖਿਆ ਯਾਦ ਰੱਖਿਓ ਹਾਂ ਜੀ देयर इज ऑलवेज नॉट ਵਾਈਟ ਐਂਡ ਬਲੈਕ देयर इज ਸਮ ਗ੍ਰੇ ਜੀ ਆਪਾਂ ਲੋਕ ਵੀ ਅੱਧੇ ਆਸਥਿਕ ਐ ਤੇ ਅੱਧੇ ਨਾਸਤਿਕ ਐ ਯਾਦ ਰੱਖਿਓ ਜਿਹੜੀ ਨਾਸਤਿਕ ਦੀ ਕੈਟਾਗਰੀ ਐ ਪਲਾ ਪ੍ਰਮਾਤਮਾ ਨੇ ਪਲੱਸ ਮਾਈਨਸ ਨੂੰ ਬੈਲੈਂਸ ਕਰਨ ਲਈ ਰੱਖੀ ਐ ਜਿ ਦਿਨ ਐ ਦਾ ਰਾਤ ਐ ਹੁਣ ਆਪਾਂ ਕਈ ਰਾਤ ਕਾਤੇ ਉਹ ਵੀ ਤੋਂ ਨੇ ਸਿਰਜੇ ਨਾ ਉਹੀ ਸਿਰਜਰੇ ਐ ਉਹਨੇ ਵੀ ਨੈਗੇਟਿਵ ਸਿਰਜੇ ਨੇ ਲੋਕ ਉਹਨੂੰ ਬੈਲੈਂਸ ਕਰਨਾ ਇਹ ਯਾਦ ਰੱਖੋ ਦੰਡ ਲਾਇਆ ਉਹਨਾਂ ਲੋਕਾਂ ਨੂੰ ਜਿਹੜੇ ਉਹਨੇ ਆਪਣੇ ਤੋਂ ਦੂਰ ਕਰਤੇ ਉਹ ਸੋਚਦੇ ਨਹੀਂ ਉਹ ਸਮਝਦੇ ਨਹੀਂ ਉਹਨੇ ਤਾਂ ਆਪਣੇ ਤੋਂ ਦੂਰ ਹੀ ਕਰਤੇ ਆਪਾਂ ਕਿਸੇ ਨੂੰ ਘਰ ਆਪਾਂ ਕਿਸੇ ਨੂੰ ਆਪਾਂ ਇੱਕ ਫਾਦਰ ਦੀ ਫਿਗਰ ਦੀ ਗੱਲ ਕਰ ਰਹੀ ਹੈ ਆਪਾਂ ਆਪਣੇ ਬੇਟੇ ਨੂੰ ਚਲੋ ਇੱਕ ਮਕਾਨ ਦੇ ਦਈਏ ਉਹਨਾਂ ਨੂੰ ਕਹੀਏ ਵੀ ਤੂੰ ਇਸ ਮਕਾਨ ਚ ਇਕੱਲਾ ਰਹਿਣਾ ਤੂੰ ਮੇਰੇ ਕੋਲ ਕਦੇ ਨਹੀਂ ਆਣਾ ਉਹ ਇਸ ਗੱਲ ਨੂੰ ਇੰਜੋਏ ਕਰੇ ਵੀ ਮੇਰਾ 6 ਕਮਰੇ ਦਾ ਘਰ ਹੈ ਉਪਰ ਮਾਤਮਾ ਦੇ ਘਰ ਜਾ ਰਹੀ ਨਾ ਦਾੰਡੀ ਹੋਇਆ ਤੇ ਪਰਮਾਤਮਾ ਪਰਮਾਤਮਾ ਪਰਮ ਪਿਤਾ ਸਾਤਾ ਅਸੀਂ ਉਹਨੂੰ ਮਿਲ ਨਹੀਂ ਸਕਦੇ ਅਸਿਓ ਦੀ ਰਜਾ ਨੂੰ ਜਾਣ ਨਹੀਂ ਸਕਦੇ ਸਿਰ ਨਹੀਂ ਝੁਕਾ ਸਕਦੇ ਸਜਾ ਯਾਰੇ ਤਾਂ ਪਰ ਇੱਕ ਜੇਐਸਏ ਦੇ ਰਿਲੇਟਡ ਗੱਲ ਕਰਾਂ ਕਈ ਐਦਾਂ ਦੇ ਨਾਸਤਿਕ ਵੀ ਹੁੰਦੇ ਆ ਜੋ ਬਹੁਤ ਸਾਰੇ ਖਾ ਲੋ ਪਹਿਲੇ ਹੀ ਰੰਗ ਬਾਲ ਲੈਂਦੇ ਹਾਂ ਤੇ ਫਿਰ ਉਹ ਕਿੱਦਾਂ ਜੀ ਉਹਨੇ ਦੂਰ ਹੀ ਫੋਟੋ ਭਜਾਈ ਬਹੁਤ ਹੋਣਾ ਨਹੀਂ ਆਪਾਂ ਲੋਕ ਅੱਧੇ ਅੱਧੇ ਆ ਉਹ ਪੋਜ਼ਿਟਿਵ ਜਾਂ ਨੈਗੇਟਿਵ ਚ ਚੰਦਦੇ ਬਹੁਤ ਮੈਂ ਤਾਂ ਸਿੱਧਾ ਇਹ ਰੂਲ ਆ ਮਾਈਨਸ ਮਾਈਨਸ ਪਲੱਸ ਜਦੋਂ ਬਹੁਤ ਨੈਗੇਟਿਵ ਹੁੰਦੇ ਨੇ ਦਨੋਂ ਕੋਲ ਬੱਧ ਮੌਕਾ ਹੁੰਦਾ ਹੈ ਪਰਮਾਤਮਾ ਬਾਰੇ ਜਾਣਨ ਦਾ ਪੜਨ ਦਾ ਸੋਚਣ ਦਾ ਵਿਚਾਰ ਕਰਨ ਦਾ ਖੁਦ ਨੂੰ ਲੱਭਣ ਦਾ ਉਹਨੂੰ ਲੱਭਣ ਦਾ ਜਦੋਂ ਇੱਕ ਬੰਦਾ ਅੱਧਾ ਤੇ ਆਸਤਿਕ ਹੈ ਉਹ ਬੜਾ ਵਿਚਾਰ ਵਿਚਾਰ ਕੇ ਚੱਲ ਗਏ ਉਹਦੀ ਜਿਹੜੀ ਸਿਚੁਏਸ਼ਨ ਹੈ ਉਹ ਉਦਾਂ ਦੇ ਘਮਾਰ ਵਾਲੀ ਹੈ ਜਿਹੜਾ ਥੱਲੇ ਤਾਂ ਹੱਥ ਰੱਖੀ ਬੈਠਾ ਉੱਪਰੋਂ ਥਾਪੜੀ ਜਾਂਦਾ ਉਹਨੂੰ ਆਕਾਰ ਦੇਣ ਲਈ ਸਮਝਿਓ ਮੇਰੀ ਗੱਲ ਜਿਹੜੇ ਉਹ ਲੋਕ ਨੇ ਥੱਲੇ ਹੱਥੇ ਨਹੀਂ ਰੱਖਦੇ ਉਹ ਕਹਿੰਦੇ ਟੁੱਟਣਾ ਉਹ ਟੁੱਟ ਜੂਗਾ ਬਣਨਾ ਉਹ ਬਣ ਚੁੱਕਾ ਉਹ ਇਦਾਂ ਦੇ ਲੋਕ ਨੇ ਤਾਂ ਮੇਰੇ ਹਿਸਾਬ ਨਾਲ ਮੇਰੀਆਂ ਅੱਖਾਂ 'ਚ ਮੇਰੀ ਛੋਟੀ ਬੁੱਧੀ ਨਾਲ ਮੈਨੂੰ ਲੱਗਦਾ ਹੈ ਕਿ ਜਿਹੜੇ ਉਹ ਲੋਕ ਨੇ ਕਿਉਂਕਿ ਉਹ ਆਪਣੇ ਆਪ ਨੂੰ ਇੰਨਾ ਫ੍ਰੀ ਕਰ ਦਿੰਦੇ ਨੇ ਉਹ ਛੱਟ ਪਹੁੰਚ ਜਾਂਦੇ ਨੇ ਸਿਰ ਹਰ ਇੱਕ ਨੂੰ ਯਾਦ ਇਹ ਨਾਸਤਿਕੀ ਬੰਨਣਾ ਚਾਹੀਦਾ ਇਸ ਹਿਸਾਬ ਨਾਲ ਸਜ਼ਾ ਹੋ ਗਈ ਨਾ ਕਿਉਂਕਿ ਉਹ ਹੀ ਉਹ ਛੇਤੀ ਰਵ ਨੂੰ ਪਾਰੇ ਜਿਹੜੀ ਨਹੀਂ ਐਦਾਂ ਨਹੀਂ ਹੁੰਦਾ ਉਹ ਕੁਝ ਕੇਸਿਸ ਨੇ ਹਮੇਸ਼ਾ ਹਮੇਸ਼ਾ ਨਾ ਇਸ ਜੀਵਨ ਦੇ ਵਿੱਚ ਆਪਾਂ ਕਹੀਏ ਵੀ ਕੁਛ ਨਾ ਕੁਛ ਐਕਸੈਪਸ਼ਨਸ ਰਹੀਆਂ ਨੇ ਜ਼ਰੂਰੀ ਨਹੀਂ ਕਿ ਸਾਰੀਆਂ ਚੀਜ਼ਾਂ ਸੌ ਚੋ ਸੌ ਚੱਲਣਗੀਆਂ ਮੇਰਾ ਪੁਆਇੰਟ ਸਮਝੋ ਆਪਾਂ ਨੂੰ ਦਸਵੀਂ ਚਨਾਬ ਪੜਾਇਆ ਗਿਆ ਹੋਗਾ ਪ੍ਰੋਬੈਬਿਲਟੀ ਕਿ ਪ੍ਰੋਬੈਬਿਲਟੀ ਘਟੋਏਗੀ ਨਾ ਸ਼ਾਇਦ 7.1 ਜਾਂ 3.1 ਥੀਰਮ ਸੇ ਆਪਾਂ ਨੂੰ ਕਿਹਾਇਆ ਜਾਂਦਾ ਨਾ ਉਸ ਤਰ੍ਹਾਂ ਹੀ ਜਿਹੜੇ ਲੋਕ ਨਾਸਤਿਕ ਬਣਨਗੇ ਨਾਸਤਿਕਾਂ ਦੀ ਗਿਣਤੀ ਦੇਖੋ ਮੈਂ ਨਹੀਂ ਕਹਿ ਰਿਹਾ ਹੁਣ ਮੈਂ ਤਰਕਸ਼ੀਲ ਵਾਲਿਆਂ ਦੀ ਗੱਲ ਨਹੀਂ ਕਰ ਰਿਹਾ ਤਰਕਸ਼ੀਲ ਵਾਲਿਆਂ ਦਾ ਬਹੁਤ ਇਤਿਹਾਸ ਆਇਆ ਜੋਤਿਸ਼ ਨੂੰ ਵਿਸ਼ਾ ਬਣਾ ਕੇ ਇਹ ਗਲਤ ਹੈ ਗਲਤ ਹੈ ਗਲਤ ਹੈ ਕਿੰਨੇ ਸਾਲਾਂ ਤੋਂ ਇੱਕ ਜਿਹੜੀ ਆ ਸੰਸਥਾਵਾ ਬਣੀ ਹੋਈ ਹੈ ਨਾ ਯਾਨੀ ABC ਮੈਂ ਨਾਮ ਲਵਾਂਗਾ ਇਹ ਚੋਚੀਆਂ ਦੇ ਪਿੱਛੇ ਨੇ ਸਮਝੋ ਮੇਰੀ ਗੱਲ ਜੀ ਜੀ ਕਿਹਦੇ ਨਾਲ ਗ੍ਰਾਫ गिर ਰਹੇ ਹੈ ਨਹੀਂ गिर ਰਹੇ ਹਨ ਮੇਰਾ ਪੁਆਇੰਟ ਗ੍ਰਾਫ ਤਾਂ ਉੱਥੇ ਖੜਾ ਹੈ ਬਿਲਕੁਲ ਮੇਰੇ opinion ਦੇ ਨਾਲ ਬਾਹਰ ਦਾ ਟੈਂਪਰੇਚਰ ਨਹੀਂ ਬਦਲਿਆ ਮੇਰੇ ਸਰੀਰ ਦਾ ਬਦਲ ਰਿਹਾ ਹੈ ਜੀ ਬਿਫੋਰ ਮਾਈ opinion ਦ ਟੈਂਪਰੇਚਰ ਇਨ ਦ ਰੂਮ ਇਜ਼ ਸੇਮ ਆਫਟਰ ਮਾਈ opinion ਦ ਟੈਂਪਰੇਚਰ ਆਫ ਰੂਮ ਇਜ਼ ਸੇਮ ਬਟ ਦ ਟੈਂਪਰੇਚਰ ਆਫ ਮਾਈ ਬੋਡੀ ਇਸ ਚੀਜ਼ ਜਿਸ ਤਨ ਲਾਗੇ ਸੋਤਨ ਜਾਣੇ ਜਦੋਂ ਅਸੀਂ ਨਾਸਤਿਕਤਾ ਦੀ ਗੱਲ ਕਰਦੇ ਆ ਤਾਂ ਆਪਣੇ ਆਪ ਚ ਠੀਕ ਹੈ ਉਹ ਉਹਨੇ ਆਪਣੇ ਵਜੂਦ ਨੂੰ ਮੰਨ ਲਿਆ ਉਹਦੇ ਵਜੂਦ ਨੂੰ ਨਹੀਂ ਮੰਨੇ ਆ ਉਹ ਡੈਫੀਨੇਟਲੀ ਮੰਜ਼ਲ ਤੇ ਪਹੁੰਚੇਗਾ ਹੀ ਪਹੁੰਚੇਗਾ ਹਰੇਕ ਨੂੰ ਪਰ ਜਿਹੜੀਆਂ ਕਮੀਆਂ ਉਹ ਛੱਡ ਦੇਗਾ ਜ਼ਿੰਦਗੀ ਇਹ ਇਦਾਂ ਦਾ ਜੀਵਨ ਹੋਇਆ ਵੀ ਇਹ ਦੁਨੀਆ ਇਹੀ ਸਵਰਗ ਐ ਅਸੀਂ ਮੰਨ ਕੇ ਚੱਲਦੇ ਆ ਉਹ ਸਾਰੇ ਚੀਜ਼ਾਂ ਦੇ ਸੌਮੇ ਨੇ ਉਹ ਇੱਕ ਆਪਾ ਇੱਕ ਵਿਆਹ ਚ ਜਾਂਦੇ ਆ ਉੱਥੇ ਸਾਰੇ ਬਫੇ ਲੱਗੇ ਹੋਏ ਨੇ ਆਪਾਂ ਇੱਕ ਸੈਕਸ਼ਨ ਐਕਸਪਲੋਰ ਹੀ ਨਹੀਂ ਕਰਕੇ ਆਏ ਜੀ ਆਪਾ ਇੱਕ ਸੈਕਸ਼ਨ ਤੇ ਗਏ ਖਾਦਾ ਤੇ ਮੁੜਿਆ ਐਦਾਂ ਹੋ ਜੂਗਾ ਐਨਾ ਕੋ ਮਿੱਠਾ ਸਿਮਰਨ ਹੈ ਤਾਂ ਹੀ ਲੋਕੀ ਬਾਤ ਚ ਤੁਸੀਂ ਦੇਖੋ ਵੀ ਖਾਣਾ ਛੱਡ ਦਿੰਦੇ ਆ ਪੀਣਾ ਛੱਡ ਦਿੰਦੇ ਆ ਹਨਾ ਲੋਕਾਂ ਨਾਲ ਗੱਲ ਕਰਨਾ ਛੱਡ ਦਿੰਦੇ ਆ ਇਵਨ ਤੱਕ ਕਿ ਜਿਹਨੂੰ ਵਿਆਹ ਕੇ ਲਿਆਂਦੇ ਨੇ ਸੇਰੇ ਲਾ ਕੇ ਉਹਨੂੰ ਛੱਡ ਕੇ ਵੀ ਜੰਗਲਾਂ ਚ ਭੱਜ ਜਾਂਦੇ ਆ ਸਮਝਿਓ ਮੇਰੀ ਗੱਲ ਕਿੰਨਾ ਕੁ ਮਿੱਠਾ ਉਹਦਾ ਨਾਮ ਹੋਏਗਾ ਅਸੀਂ ਉਹਨੂੰ ਪਾਗਲ ਕਹਿ ਦਿੰਨੇ ਆ ਪਾਗਲ ਜੀ ਨੇ ਗੱਲ ਪਾਲੀ ਗੱਲ ਕੀ ਹੈ ਪਰਮਾਤਮਾ ਦੀ ਸਮਝਿਓ ਨਾਸਤਿਕ ਹੋਣਾ ਮੇਰੇ ਹਿਸਾਬ ਨਾਲ ਇੱਕ ਸਜ਼ਾ ਹੈ ਜਦ ਤੁਸੀਂ ਤੁਹਾਡੀ ਬੁੱਧੀ ਦਾ ਵਿਕਾਸ ਉਹਨਾ ਨਹੀਂ ਹੋਇਆ ਕਿ ਤੁਸੀਂ ਉਹਨੂੰ ਥੋੜਾ ਜਾਵੇ ਸਮਝ ਸਕੋ ਫਿਰ ਇੱਕ ਚੀਜ਼ ਹੈ ਨਾ ਕਿ ਜੇ ਆਸਤਿਕ ਦੀ ਗੱਲ ਕਰੀਏ ਚਲੋ ਨਾਸਤਿਕ ਤੇ ਇੱਕ ਸਜ਼ਾ ਹੈ ਆਸਤਿਕ ਦੀ ਜੇ ਗੱਲ ਕਰੀਏ ਆਸਤਿਕ ਬੰਦਾ ਵੀ ਰੱਬ ਨੂੰ ਪਾਣ ਵਾਸਤੇ ਕੀ ਕੁਝ ਨਹੀਂ ਕਰਦਾ ਫਿਰ ਵੀ ਨਹੀਂ ਮਿਲਦਾ तरीका गलत हो सकता है दोस्त आस्तिक ਨੂੰ ਤਰੀਕੇ ਦੱਸੇ ਕਿਨੇ ਆ ਜੇ ਤਾਂ ਆਸਤਿਕ ਉਹ ਤਰੀਕੇ ਫੋਲੋ ਕਰ ਰਹੇ ਹੈ ਜਿਹੜੇ ਧਰਮ ਦੇ ਠੇਕੇਦਾਰਾਂ ਦੇ ਨੇ ਕਦੇ ਨਹੀਂ ਗੱਲ ਪਾ ਸਕਦਾ ਧਾਰਮਿਕ ਹੋਣਾ اور ਅਧਿਆਤਮਿਕ ਹੋਣਾ بڑا ਫਰਕ ਹੈ ਅਧਿਆਤਮਿਕ ਬੰਦਾ ਕਦੇ ਆਸਤਿਕ ਹੋਇਆ ਨਹੀਂ ਅਧਿਆਤਮਿਕ ਬੰਦਾ ਅਧਿਆਤਮਿਕ ਹੋਇਆ ਕਿਸੇ ਨੇ ਕੱਪੜੇ ਬੁੰਨਦੇ ਹੋਏ ਪਾ ਲਿਆ ਜੀ ਕਿਸੇ ਨੇ ਜੁੱਤੀਆਂ ਗੰਢਦੇ ਹੋਏ ਪਾ ਲਿਆ ਸਾਡੇ ਕੋਲ ਕਿਤਾਬਾਂ ਗ੍ਰੰਥ ਖੁਦ ਖੜੇ ਨੇ ਨਾ ਸਬੂਤ ਦੇ ਤੌਰ ਤੇ ਅਸੀਂ ਉਹਨਾਂ ਨੂੰ ਪੜ੍ਹ ਕੇ ਵੀ ਨਹੀਂ ਪਾ ਪਾਰੇ ਸਮਝੋ ਕਿੰਨਾ ਫਰਕ ਹੈ ਗੱਲ ਹੈਗੀ ਸਿਲੰਡਰ ਦੀ ਜਦ ਮੈਂ ਸਿਲੰਡਰ ਕਰਤਾ ਨਾ ਆਪਣੇ ਸੈਲਫੋਨ ਫਿਰ ਸੁਪਰੀਮ ਆ ਗਈ ਉਹੀ ਗੱਲ ਹੈ ਜਿਹੜੀ ਆਸਤਿਕਤਾ ਔਰ ਨਾਸਤਿਕਤਾ ਦੇ ਵਿਚਕਾਰ ਇੱਕ ਪਤਲੀ ਜੀ ਲੇਅਰ ਹੈ ਨਾ ਉਹਦੇ ਉੱਧਰ ਉਹ ਟਰਾਂਸਪੇਰੈਂਟ ਨਹੀਂ ਹੈ ਬਸ ਉਹਨੇ ਪਰਦਾ ਕੀਤਾ ਹੋਇਆ ਹੈ ਖੁਦ ਹੀ ਲੜ ਰਿਹਾ ਖੁਦ ਹੀ ਲੜਾ ਰਿਹਾ ਖੁਦ ਹੀ ਪਹੁੰਚ ਰਿਹਾ ਖੁਦ ਹੀ ਪਹੁੰਚਾ ਰਿਹਾ ਉੰਬਨਾ ਮੈਂ ਨਾ ਐ ਸੋਚਿਆ ਫਿਰ ਨਾ ਮੈਂ ਜਿੱਦਾਂ ਆਪਾਂ ਹੁਣ ਗੱਲ ਕਰੀਏ ਬੜੇ ਸੋਹਣੇ ਘਰ ਚ ਬੈਠੇ ਆਪਾਂ ਇਹ ਜਿੱਦਾਂ ਹੁਣ ਛੋਟੇ ਵੀਰ ਮੈਂ ਗਿਆ ਕਿ ਯਾਰ ਆ ਲੈ ਲਿਆ ਮੈਂ ਲੈ ਲਿਆ ਫਿਰ ਮੈਂ ਨਾ ਵੀ ਬਾਇ ਕਰ ਲਿਆ ਮੈਂ ਨਹੀਂ ਕਰਿਆ ਮਾਲਕ ਨੇ ਬਾਇ ਕਰਾਤਾ ਉਹਨੇ ਇਹਦੀ ਸਾਰੀ ਲਿਖੀ ਹੋਈ ਸੀ ਵੀ ਚਾਬੀ ਤੈਨੂੰ ਦਿਵਾਣੀ ਹੈ ਤੈਨੂੰ ਦਿਵਾਤੀ ਔਰ ਜਿੰਨਾ ਉਹਦਾ ਹੁਕਮ ਹੈ ਉਨੇ ਹੀ ਆਪਾਂ ਕੱਢਾਂਗੇ ਮੇਰਾ ਉਰੇ ਆਣਾ ਪਾਣੀ ਪੀਣਾ ਤੁਹਾਨੂੰ ਮਿਲਣਾ ਸਭ ਲਿਖਿਆ ਹੋਇਆ ਸੀ ਪਰ ਮੈਂ ਪੋਕ ਨਹੀਂ ਕਰੂੰਗਾ ਮੈਂ ਪੋਕ ਨਹੀਂ ਕਰੂੰਗਾ ਜੇ ਮੈਂ ਪੋਕ ਕਰੂੰਗਾ ਨਾ ਸੁਨ ਦੁਖੀ ਹੋਊਗਾ ਤੂੰ ਨੂੰ ਐਂ ਲੱਗੇ ਦੇਖੋ ਸਾਹਮਣੇ ਮਰਨਾ ਆਪਾਂ ਨੂੰ ਪਤਾ ਹੀ ਨਾ ਇਸ ਪਰ ਮੈਂ ਉਹਨੂੰ ਸੋਚੀ ਜਾਵਾ ਵੀ ਮੈਂ 30 ਸਾਲ ਦੀ ਉਮਰ 'ਚ ਮਰ ਜਾਣਾ 70 ਸਾਲ ਦੀ ਉਮਰ 'ਚ ਮਰ ਜਾਣਾ ਤੇ ਇੱਕ ਐਕਿਊਰੇਟ ਚੀਜ਼ ਪਤਾ ਲੱਗ ਜਾਂਦੀ ਹੈ ਬੰਦੇ ਦੀ ਕਿ ਜਿਸ ਤਰ੍ਹਾਂ ਉਹਦੀ ਡੈਥ ਹੈ ਜਾਂ ਉਹਦੇ ਜਿਸ ਤਰ੍ਹਾਂ ਮੈਰਿਜ ਹੈ ਜਾਂ ਉਹਨੇ ਕਿੱਥੇ ਕੀ ਕਿਸ ਤਰੀਕੇ ਨਾਲ ਨੇ ਵੱਡਾ ਆਦਮੀ ਬੰਨਾ ਹੈ ਜਾਂ ਕੀ ਹੋਣਾ ਉਹਦੀ ਜ਼ਿੰਦਗੀ 'ਚ ਐਕਿਊਰੇਸ਼ਨ ਪਤਾ ਲੱਗ ਜਾਂਦੀ ਸਭ ਤੋਂ ਵੱਡਾ ਝੂਠ ਹੈ ਜਿਹੜੇ ਸਟੋਲੋਜਰ ਨੇ ਆਪਣੇ ਦਫ਼ਤਰ ਦੇ ਬਾਹਰ ਲਿਖ ਕੇ ਲਾਤਾ 100% ਐਕਿਊਰੇਸੀ ਕਦੇ ਨਹੀਂ ਹੋ ਸਕਦੀ ਜਿਵੇਂ ਹੁੰਦੀ ਨਾ ਉਸ ਐਸਟ੍ਰੋਲੋਜਰ ਨੂੰ ਅੰਬਾਨੀਆ ਅਡਾਨੀਆ ਤੇ ਟਾਟਾ ਨੇ ਛੱਡਣਾ ਨਹੀਂ ਸੀ ਬਿਲਕੁਲ ਉਹਦੇ ਪਾਣਾ ਨੂੰ ਵੀ ਖਰੀਦ ਕੇ ਲੈ ਜਾਣਾ ਸੀ ਉਹਨਾਂ ਨੇ ਸਮਝਦੇ ਮੇਰੀ ਗੱਲ ਹਾਂਜੀ ਕਦੀ ਨਹੀਂ ਹੁੰਦਾ ਇਹ ਇੱਕ ਟਾਈਮ ਫਰੇਮ ਪਤਾ ਲੱਗਦਾ ਹੈ ਤੁਸੀਂ ਮੌਤ ਦੀ ਗੱਲ કરી ਬੜੀ ਖੂਬਸੂਰਤ ਗੱਲ ਤੁਸੀਂ ਕੀਤੀ ਬੜਾ ਹੀ ਸੋਹਣਾ ਸਵਾਲ ਕਿ ਮੌਤਾਰੇ ਲਸੋ ਮੈਨੂੰ ਲੱਗਦਾ ਹੈ ਪਿਛਲੇ 15 ਸਾਲਾਂ ਦੇ ਤਜਰਬੇ ਵਿੱਚ 15 ਸਾਲਾਂ ਦੀ ਸੇਵਾ ਕਹਿਣਾ ਗਲਤ ਹੋਊਗਾ ਪਰ ਮੈਂ ਸਮਝਦਾ ਕਿ ਮੈਂ ਫਿਲ ਵੀ ਸੇਵਾ ਕਰ ਰਿਹਾ ਹਾਂ ਉਦੀ ਰਾਜ ਚਲਾ ਕੇ 15 ਸਾਲਾਂ ਦੇ ਤਜਰਬੇ ਦੇ ਵਿੱਚ ਤਿੰਨ ਚੀਜ਼ਾਂ ਤੇ ਮੈਂ ਆਪਣੀ ਜ਼ੁਬਾਨ ਤੇ ਲਗਾਮ ਰੱਖਿਆ ਕਿਸੇ ਕੁੜੀ ਦਾ ਕੈਰੈਕਟਰ ਕਿੱਦਾਂ ਦਾ ਹੈ ਜੀ ਸਪੋਜ਼ ਕਰੋ ਮੇਰੇ ਕੋਲ ਅਰਸ਼ਦੀਪ ਸਿੰਘ ਹੋ ਰਹੇ ਆਂਦੇ ਨੇ ਤੇ ਪੁੱਛਦੇ ਨੇ ਆ ਕੁੜੀ ਦੀ ਡੇਟ ਆਫ ਬਰਥ ਹੈ ਟਾਈਮ ਆਫ ਬਰਥ ਆ ਪਲੇਸ ਆਫ ਬਰਥ ਇਹਦੇ ਕੈਰੈਕਟਰ ਤੇ ਜਾਣਨਾ ਪਾਉਂਦਾ ਹਨ ਸਵਾਲ ਇਹ ਉੱਠਦਾ ਕਿ ਕਿਹੜਾ ਕੈਕਟਰ ਤੇ ਚੰਨਾ ਪਾਇਆ ਜਾ ਸਕਦਾ ਮੈਂ ਫੇਰ ਉਹੀ ਜਵਾਬ ਦਊਂਗਾ ਕੈਕਟਰ ਬਾਰੇ ਅਨੁਮਾਨ ਲਾਇਆ ਜਾ ਸਕਦਾ ਹੁਣ ਮੈਂ ਉਹਦੇ ਕੈਕਟਰ ਬਾਰੇ ਕੋਈ ਟਿੱਪਣੀ ਕਰ ਦਿੰਦਾ ਇਰਸਪੈਕਟਿਵ ਆਫ ਕਿ ਉਹ ਚੰਗੀ ਹੈ ਜਾਂ ਮੰਦੀ ਹੈ ਮੈਂ ਟਿੱਪਣੀ ਕਰਤੀ ਜੀ ਕਿਸੇ ਦੀ ਧੀ ਨੂੰ ਕਿਸੇ ਦੀ ਪੈਨ ਨੂੰ ਮੈਂ ਮਾਰਾ ਕਹਤਾ ਜੀ ਨੇ ਕਦੇ ਨਹੀਂ ਕਰਿਆ ਪਹਿਲੀ ਗੱਲ ਦੂਸਰਾ ਅਛੀ ਪੋਰੇ ਮੇਰੇ ਕੋਲ ਆਏ ਉਹ ਕਹਿੰਦੇ ਆ ਮੇਰੀ ਪਤਨੀ ਦੀ ਡਿਟੇਲ ਹੈ ਇਹਦੇ ਟਿੱਡ ਚ ਕੀ ਪਲ ਰਿਹਾ ਹੈ ਬੱਚਾ ਮੁੰਡਾ ਹੈ ਕੁੜੀ ਹੈ ਹਾਲਾਂਕਿ ਸਾਡੇ ਕੋਲ ਟੈਸਟ ਹੈਗੇ ਨੇ ਜੈਂਡਰ ਡਿਸਕ੍ਰਿਮੀਨੇਸ਼ਨਲ ਟੈਸਟ ਹੈਗੇ ਨੇ ਪਰ ਜੇ ਮੈਂ ਦੱਸੂਗਾ ਤਾਂ ਗਲਤ ਹੋ ਜਾਊਗਾ ਦੋ ਚੀਜ਼ਾਂ ਗਲਤ ਹੋ ਗਈਆਂ ਜੇ ਮੰਨ ਲਓ ਉਹਨੂੰ ਮੁੰਡਾ ਚਾਹੀਦਾ ਔਰ ਕੁੜੀ ਹੈ ਉਹਨੂੰ ਕੁੜੀ ਚਾਹੀਦੀ ਔਰ ਮੁੰਡਾ ਤਾਂ ਉਹ ਕੀ ਕਰੇਗਾ ਅਡੌਪਟ ਕਰ ਲੇਗਾ ਵੀ ਅੱਜ ਕੱਲ ਤਾਂ ਪਿਲ ਜਾਂਦੀਆਂ ਨੇ ਕਿ ਟਾਂਦੀਆਂ ਤੂੰ ਖਾ ਲੈ ਔਰ ਅਬੋਰਸ਼ਨ ਕਰੀਏ ਪਾਪਾ ਨਾ ਪੱਗੀਦਾਰ ਤਾਂ ਮੈਂ ਜੀਵ ਹੱਤਿਆ ਤਾਂ ਕਰਦੀ ਨਾ ਮੈਂ ਦੁਜਾ ਗਨਾਹ ਕਰਿਆ ਇਹ ਗਨਾਹ ਨੇ ਤੀਜਾ ਹੋ ਗਿਆ ਵੀ ਜਦੋਂ ਮੈਂ ਮਰਨਾ ਕਦੋਂ ਮੈਂ ਉਹਨੂੰ ਮੌਤ ਕਿਹਦਾ ਵੀ ਤੁਹਾਡੀ ਜਿਹੜੀ ਮੌਤ ਹੈ 72 ਸਾਲ ਚ ਹੋਣੀ ਹੈ ਐਨਾ ਪੋਜ਼ਿਟਿਵ ਕੋਈ ਵੀ ਨਹੀਂ ਹੈ ਜਿਹੜਾ ਬੰਦਾ ਕਵੇ ਵੀ ਮੈਂ 72 ਸਾਲ ਦੀ ਉਮਰ ਤੇ ਜਾਣਾ ਹੈ 73 ਸਾਲ ਦੀ ਉਮਰ ਜਾਣਾ ਮੈਂ ਪਲਾਨ ਕਰ ਲਾ ਨਹੀਂ ਹੈਗਾ ਨਾ ਤਾਂ ਉਹ ਜੇ ਉਹ ਨੈਗੇਟਿਵ ਲੈ ਗਿਆ ਹੁਣ ਤਾਂ ਮੈਂ 40 ਸਾਲ ਦੀ ਉਮਰ 'ਚ ਮਾਰਦਾ 30 ਸਾਲ ਦੀ ਉਮਰ 'ਚ ਮਾਰਦਾ ਇਹ ਤੀਜਾ ਗਨਾਹ ਹੋ ਗਿਆ ਇਸ ਕਰਕੇ ਚੰਗਾ ਸਟੋਲੋਜਰ ਇਹਨਾਂ ਤਿੰਨ ਵਿਸ਼ਿਆਂ ਬਾਰੇ ਅਦੇ ਵੀ ਚਰਚਾ ਨਹੀਂ ਕਰੂਗਾ ਕਿਸ ਦਿੱਤੀ ਭੈਣ ਦਾ ਕਿਰਦਾਰ ਕਿਤਾ ਦਾ ਕਿਸੇ ਧੀ ਭੈਣ ਦੇ ਢਿੱਡ ਚ ਕੁੱਖ ਚ ਕੀ ਪਲ ਰਿਹਾ ਤੇ ਜਾਂ ਕਿਸੇ ਵੀ ਸ਼ਰੀਰ ਨੇ ਆਤਮਾ ਤਾਂ ਮਰਦੀ ਨਹੀਂ ਸ਼ਰੀਰ ਨੇ ਸਵਾਖ ਦੋਣਾ ਉਹ ਕਦੇ ਨਹੀਂ ਦੱਸੂਗਾ ਤੁਹਾਡਾ ਪਰਸਪੈਕਟਿਵ ਬਦਲਣਾ ਜਦ ਮੈਸਟੋਲੋਜੀ ਲਈ ਸਾਡੇ ਲਈ ਜੋਤਿਸ਼ ਕੀ ਹੋ ਗਿਆ ਬੋਦੀ ਰੱਖੀ ਐ ਮੋٹے ਜੇ ਪੰਡਿਤ ਜੀ ਆਣਗੇ ਦੱਸੋ ਮੈਨੂੰ ਕੋਈ ਐ ਬੋਦੀ ਨਹੀਂ ਕਿ ਇਹ ਚੀਜ਼ ਵੀ ਹੁੰਦਾ ਹੈ ਨਾ ਕਿ ਪੰਡਤ ਜਿਹੜੇ ਰੱਖਦੇ ਚੋਟੀ ਉਹਨਾਂ ਦਾ ਮੈਨੂੰ ਨਹੀਂ ਪਤਾ ਕੀ ਰੀਜ਼ਨ ਹੈ ਸ਼ਿਖਾ ਨਾਲ ਜੋੜਿਆ ਜਾਂਦਾ ਉਹਨੂੰ ਉਹਦਾ ਇੱਕ ਬਹੁਤ ਬਹੁਤ ਹੀ ਸੋਹਣਾ ਵੇਰ ਵੈ ਸ਼ਿਖਾ ਦਾ ਬੋਦੀ ਅਸੀਂ ਕਹਿ ਦਿੰਦੇ ਹਾਂ ਉਹਨੂੰ ਬਹੁਤ ਸੋਹਣਾ ਵੇਰ ਵੈ ਲੱਖ ਲੱਖ ਕਿਤਾਬਾਂ ਚ ਅਲੱਗ-ਅਲੱਗ ਹੈ ਜੀ ਜੀ ਜੋਤਿਸ਼ ਦੇ ਸਾਹਬ ਨਾਲ ਉਹ ਗੁਰੂ ਗ੍ਰਹਿ ਨੂੰ ਜੋਤਿਸ਼ ਐਸਟ੍ਰੋਲੋਜੀ ਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਕੀ ਆਏ ਜਾਂਦਾ ਹੈ ਸਾਡੇ ਅੰਦਰ ਸਭ ਦੀ ਆਤਮਾ ਤੇ ਪ੍ਰਮਾਤਮਾ ਉਹਨੂੰ ਮਤਲਬ ਉਸ ਆਤਮਾ ਨੂੰ ਇੱਥੋਂ ਪਕੜ ਕੇ ਇੱਥੇ ਲੈ ਜਾਂਦਾ ਆਪਣੇ ਦਵਾਰ ਤੱਕ ਇਦਾਂ ਦੀ ਬਹੁਤ ਕਹਾਵਤਾਂ ਨੇ ਕੋਈ ਉਹਨੂੰ ਅੰਡੇਲਾ ਕਹਿ ਦਿੰਦਾ ਵੀ ਸੈਟਲਾਈਟ ਲੱਗ ਗਈ ਯਾਰ ਬੁਝਾ ਕੇ ਗੱਲਾਂ ਨਹੀਂ ਜਦ ਤੱਕ ਮੈਂ ਉਸ ਨੂੰ ਸਮਝੂਗਾ ਨਹੀਂ ਜਿਸ ਤਰ੍ਹਾਂ ਪਹਿਲਾਂ ਕਿਸੇ ਨੇ ਫੋਨ ਵਾਰੇ ਗੱਲ ਕਰੀ ਹੋਣੀ ਨਾ ਕਿ ਤੁਸੀਂ ਫੋਨ ਚਲਾ ਲੋਗੇ ਤਾਂ ਉਹ ਸਾਹਮਣੇ ਬੈਠਾ ਇਨਸਾਨ ਵੀ ਹੱਸਿਆ ਹੁਣ ਸਮਝੋ ਮੇਰੀ ਗੱਲ ਹੈ ਨਾ ਉਹ ਤੂੰ ਪਾਗਲ ਹੈ ਬਿਨਾ ਤਾਰ ਤੋਂ ਗੱਲ ਹੋਊ ਜੂ ਤਾਰ ਨਾਲ ਗੱਲ ਹੋਊ ਝੱਲਾ ਹੋ ਗਿਆ ਪਰ ਅੱਜ ਬਿਲਕੁਲ ਅਪਰ ਜੇਮਸ ਫੋਰਡ ਦੀਆਂ ਦਿੱਖਦੇ ਸੀ ਫਿਲਮਾਂ ਉਹਦੀ ਘੜੀ ਤੋਂ ਆਨ ਕਰਦਾ ਸੀ ਅੱਜ ਕੱਲਾ ਕੱਲਾ ਅਸੀਂ ਐਪਲ ਦੀਆਂ ਵਾਚਾਂ ਬੰਨ੍ਹੇ ਹੈ ਨਾ ਮੇਰਾ ਪੁਆਇੰਟ ਸਮਝ ਗਏ ਹੈ ਨਾ ਉਸ ਟਾਈਮ ਉਹ ਸਮਝ ਗਿਆ ਬੁੱਧੀ ਦਾ ਫਰਕ ਆਸ ਬਰਾਬਰ ਦਾ ਹੋ ਗਿਆ ਦੋ ਵਾਰ ਚੀਜ਼ ਬਣਦੀ ਹੈ ਇੱਕ ਵਾਰ ਦਿਮਾਗ ਚ ਇੱਕ ਵਾਰ ਹਕੀਕਤ ਚ ਤੀਜੀ ਵਾਰ ਚੀਜ਼ ਬਣੀ ਹੋਣੀ ਤੀਜੀ ਵਾਰ ਤਾਂ ਨਸ਼ਟ ਹੋਈ ਹੈ ਇਸ ਕਰਕੇ ਜਿਹੜਾ ਸਾਡੇ ਲਈ ਅੱਖਾਂ ਚ ਪੰਡਤ ਜੀ ਦਾ ਵੇਰਵਾ ਹੈ ਨਾ ਮੋٹے ਜੇ ਧੋਤੀ ਬੰਦੇ ਹੋਣਗੇ ਕਲੀਨ ਸ਼ੇਪ ਹੋਣਗੇ ਬੋਦੀ ਰੱਖੀ ਹੋਗੀ ਟਿੱਕਾ ਲਾਇਆ ਹੋਗਾ ਉਹ ਪੰਡਤ ਹੈਗਾ ਉਹਨੂੰ ਕਹਿੰਦੇ ਆ ਕਰਮਕਾਂਢੀ ਜਿਹਨੂੰ ਪੁਜਾਰੀ ਕਿਹਾ ਗਿਆ ਉਹਨੂੰ ਕਦੇ ਵੀ ਸਟੋਲੋਜਰ ਜੋਤਿਸ਼ੀ ਨਹੀਂ ਕਿਹਾ ਗਿਆ ਉਹ ਸਟੋਲੋਜਰ ਕਿਉਂ ਜੋਤਿਸ਼ ਦਾ ਗਿਆਨ ਰੱਖਦਾ ਹਾਂ ਉਹ ਇੱਕ ਐਮਵੀਬੀਐਸ ਦਾ ਸਟੂਡੈਂਟ ਹੈ ਜੋ ਚੰਗੇ ਕਿਤੇ ਗੁਰੂ ਕੋਣੋਂ ਚੰਗੇ ਅਖਾੜੇ ਚੋਂ ਉਹਨੇ ਵਿਦਿਆ ਲਈ ਹੈ ਉਹਨੇ ਉੱਥੇ ਇੱਕ ਸਬਜੈਕਟ ਪੜ੍ਹਿਆ ਐਸਟ੍ਰੋਲੋਜੀ ਦਾ ਉਹ ਪ੍ਰੋਫੈਸਰਟ ਨਹੀਂ ਹੈ ਐਕਸਪਰਟ ਨਹੀਂ ਹੈ ਇੱਕ ਮੈਂ ਨਾਰਮਲੀ ਮੂਵੀਜ਼ ਦੀ ਹੀ ਗੱਲ ਕਰਦਾ ਹਾਂ ਬਿਲਕੁਲ ਕਿ ਮੂਵੀਜ਼ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਕੋਈ ਬੱਚਾ ਛੱਡ ਗਿਆ ਮਾਂ ਜਾਂ ਕੋਈ ਇਦਾਂ ਦਾ ਹੋਇਆ ਅੱਗੋਂ ਉੱਥੇ ਪੰਡਿਤ ਬੈਠੇ ਜਿਹੜੇ ਪੂਜਾ ਕਰ ਰਿਹਾ ਉਹਨਾਂ ਦੇ ਮਨ ਚਾਹੁੰਦਾ ਕਿ ਇਹ ਰੱਬ ਦਾ ਰੂਪ ਹੈ ਉਹਨੂੰ ਬਚਾਉਂਦੇ ਉਹ ਜਿਸਾ ਕੀ ਹੈ ਉਹ ਸਟੋਰੀ ਦਾ ਪਲੋਟ ਇਹਦਾ ਪਲੋਟ ਰਿਐਲਿਟੀ ਜੋ ਨਾ ਹਕੀਕਤ ਦਾ ਕੋਈ ਨਹੀਂ ਹੁੰਦਾ ਇਮੋਸ਼ਨਸ ਇਮੋਸ਼ਨਸ ਵਿੱਚ ਜੰਦੇ ਆ ਬੜਾ ਡੂੰਗਾ ਰੂਪ ਹੈ ਇਮੋਸ਼ਨਸ ਦਾ ਜਿੱਦਾਂ ਇਮੋਸ਼ਨਸ ਹੀ ਹੁੰਦੇ ਨੇ ਜਿੱਦਾਂ ਮੰਨ ਲਓ ਮੈਂ ਕਮਾਂ ਵੀ ਮੈਂ ਬਹੁਤ ਪੈਸਾ ਕਮਾਣਾ ਹੈ ਹੈ ਨਾ ਪੈਸੇ ਕਮਾ ਕੇ ਮੈਂ ਕੀ ਕਰੂੰਗਾ ਮੈਂ ਇੱਕ ਘਰ ਲੈ ਲੂੰਗਾ ਘਰ ਚ ਲੈ ਕੇ ਕੀ ਹੋਊਗਾ ਮੈਨੂੰ ਸੇਫਟੀ ਹੋਊਗੀ ਮੈਨੂੰ ਪ੍ਰਾਊਡ ਫੀਲ ਹੋਊਗਾ ਹੁਣ ਸੇਫਟੀ ਯਾਨੀ ਕਿ ਸੁਰੱਖਿਆ ਮਹਿਸੂਸ ਕਰਨਾ ਇੱਕ ਈਮੋਸ਼ਨ ਹੈ ਵਾਈਟ ਸਮਝੋ ਸੁਰੱਖਿਆ ਮਹਿਸੂਸ ਕਰਨਾ ਇੱਕ ਈਮੋਸ਼ਨ ਹੈ ਸਕੂਨ ਮਹਿਸੂਸ ਕਰਨਾ ਇੱਕ ਈਮੋਸ਼ਨ ਹੈ ਜਦ ਵੀ ਉਹ ਸਟੋਰੀ ਬੇਜਦੇ ਨੇ ਤੁਹਾਨੂੰ ਨਾ ਤੁਹਾਨੂੰ ਈਮੋਸ਼ਨ ਬੇਜਦੇ ਨੇ ਹਰ ਇੱਕ ਕੋਈ ਵੀ ਟੈਲੈਂਟ ਸ਼ੋ ਲਾਓ ਉਹਦੇ ਵਿੱਚ ਗਰੀਬ ਬੱਚਾ ਜ਼ਰੂਰ ਹੁੰਦਾ ਹੈ ਕਿਉਂ ਯਾਰ ਕਿਉਂ ਯਾਰ ਤੁਹਾਡੀਆਂ ਅੱਖਾਂ 'ਚ ਜਦ ਤੱਕ ਅੱਛਾ ਅੱਜਕੱਲ ਤੁਸੀਂ ਦੇਖਿਆ ਹੋਵੇ ਜਿਹੜੇ ਉਹ ਭਾਗਵਤ ਕਥਾ ਕਰਦੇ ਨੇ ਜਿਹੜੇ ਕਥਾਵਾਂ ਕਰਦੇ ਨੇ ਕਿਸੇ ਵੀ ਧਰਮ ਮਜਬਦੀ ਨਾਲ ਦੇਖੋ ਗੱਲ ਨਹੀਂ ਕਰ ਰਿਹਾ ਸਾਰੇ ਮੇਰੇ ਲਈ ਬਹੁਤ ਸਤਿਕਾਰਯੋਗ ਨੇ ਕਿਸੇ ਵੀ ਧਰਮ ਮਜਬਦੀ ਗੱਲ ਕਰੋ Hindu ਧਰਮ ਦੀ ਕਿਸੇ ਤਰ੍ਹਾਂ ਦੀ ਉਹਨਾਂ ਮੂਰੇ ਬੈਠੇ ਸੰਗਤ ਨੂੰ ਰਵਾਧੁੰਦੇ ਨੇ ਵਾਹ ਇਹ ਹੋਇਆ ਉਸਕੇ ਬਾਅਦ ਇਹ ਹੋਇਆ ਈਮੋਸ਼ਨ ਨੇ ਉਹ ਤੁਹਾਨੂੰ ਵੇਚਤੇ ਤੁਸੀਂ ਘਰ ਲਿਆ ਉਹ ਗਲਤ ਹੋ ਗਿਆ ਨਾ ਕਿਸੇ ਹੋਰ ਦੇ ਆਧਾਰੇ ਅਨੁਭਵਾਂ ਤੇ ਜ਼ਿੰਦਗੀ ਤਾਂ ਜੀ ਨਹੀਂ ਜਾ ਸਕਦੀ ਜਦ ਤੱਕ ਮੈਂ ਅਨੁਭਵ ਨਹੀਂ ਕਰੂੰਗਾ ਮੇਰਾ ਉਹ ਮੇਰਾ ਜੀਵਨ ਬਣਾਉਗਾ ਰਿਫਲੈਕਸ਼ਨ ਕਹਿ ਦਿੰਦੇ ਹਨ ਇਹ ਇਹ ਜਾਣਦਾ ਹੈ ਕਿ ਐਕਸਪੀਰੀਅੰਸ ਇਜ਼ ਚੀਪ ਰਿਫਲੈਕਸ਼ਨ ਇਜ਼ ਐਕਸਪੈਂਸਿਵ ਸਮਝ ਗਏ ਹੋਗੇ ਨਾ ਜੀ ਨਾ ਨਾ ਮੈਂ ਐਸੇ ਕੋਈ ਪਾਰਟੀਕুলਰ ਨਾਮ ਨਹੀਂ ਲਵਾਂਗਾ ਦੋ ਜਿਸ ਤਰ੍ਹਾਂ ਹੀ ਚੀਜ਼ਾਂ ਹੈ ਕਿ ਸਤਸੰਗ ਵਗੈਰਾ ਤੇ ਜਾਂਦੇ ਆ ਲੋਕ ਹੁਣ ਜ਼ਰੂਰੀ ਤੇ ਨਹੀਂ ਉਹ ਵੀ ਸਾਰੇ ਸੱਚ ਹੈ ਉਹਨਾਂ ਨੇ ਵੀ ਇੱਕ ਸਿਰਫ ਇੱਕ ਆਪਾਂ ਕਹਿੰਦੇ ਇਹਦੇ ਬਿਜ਼ਨਸ ਹੀ ਬਣਾਇਆ ਬਹੁਤ ਵੱਡੇ ਵੱਡੇ ਮਹਾਰਾਜ ਗੁਰੂ ਹੋਏ ਨੇ ਜੀ ਹਰ ਇੱਕ ਧਰਮ ਚ ਹੋਏ ਨੇ ਜਿਨ੍ਹਾਂ ਨੇ ਲੀਹਾਂ ਹੀ ਤੋਰਤੀਆਂ ਜਿਹੜੇ ਕਿ ਇਹ ਕਹਿ ਲਈ ਆਪਾਂ ਮੱਠ ਬਣਾ ਕੇ ਡੇਰੇ ਬਣਾ ਕੇ ਰਹਿਣ ਲੱਗੇ ਪਿੱਛੇ ਕੁਝ ਡੇਰੇ ਬਦਨਾਮ ਵੀ ਹੋਏ ਪਿੱਛੇ ਕੁਝ ਡੇਰੇ ਗਲਤ ਵੀ ਹੋਏ ਕਿਉਂਕਿ ਉਹ ਡੇਰਿਆਂ ਨੂੰ ਚਲਾਉਣ ਵਾਲੇ ਇਨਸਾਨ ਹੀ ਸੀ ਪਰਮਾਤਮਾ ਨਹੀਂ ਸੀ ਜੀ ਉਹਨਾਂ ਨੂੰ ਪਰਮਾਤਮਾ ਬਣਾਉਣ ਵਾਲੇ ਅਸੀਂ ਤੁਸੀਂ ਸਮਝ ਗਏ ਬਿਲਕੁਲ ਗਿਰੰਦਾ ਕੋਈ ਤਾਲ ਨਹੀਂ ਹੈ ਜੇ ਮੰਨ ਲਓ ਮਨੁੱਖੀ ਪੱਧਰ ਤੋਂ ਉੱਟਦੇ ਉੱਟਦੇ ਮੰਨ ਲਓ ਮੈਂ ਇੱਥੇ ਮਨੁੱਖੀ ਪੱਧਰ ਤੇ ਉਹ ਮਨੁੱਖੀ ਪੱਧਰ ਚ ਧਿਆਨ ਕਰਿਆ ਕਰਦੇ ਜਾਂ ਹੋਰ ਯੋਗ ਦੀ ਤਪੱਸਿਆ ਪੂਜਾ ਪਾਠ ਕਰਦੇ ਇਸ ਤਲ ਤੇ ਪਹੁੰਚ ਗਏ ਠੀਕ ਹੋ ਗਿਆ ਇੱਥੋਂ ਵੀ ਉਹਨਾਂ ਨੇ ਇਹ ਤੋਂ ਥੱਲੇ ਮਨੁੱਖੀ ਤੋਂ ਸ਼ੈਤਾਨੀ ਤਲ ਐਥੋਂ ਵੀ ਉਹਨਾਂ ਨੇ ਇੱਥੇ ਆਣਾ ਐਥੋਂ ਵੀ ਇੱਥੇ ਆਣਾ ਪਰ ਜਿਹੜਾ ਇੱਥੋਂ ਮਨੁੱਖੀ ਤਲ ਤੋਂ ਸ਼ੈਤਾਨੀ ਤਲ ਤੇ ਆ ਰਿਹਾ ਹੈ ਉਹ ਡੁੰਗੇ niche ਆ ਰਹੇ ਹਨ ਮਨੁੱਖੀ ਤਲ ਸ਼ੈਤਾਨੀ ਤਲ ਜਿਹੜਾ ਮਨੁੱਖੀ ਤਲ ਤੋਂ ਸ਼ੈਤਾਨੀ ਤਲ ਆ ਰਿਹਾ ਆਪਾਂ ਨੂੰ ਮਹਿਸੂਸ ਵੀ ਨਹੀਂ ਹੋ ਰਿਹਾ ਜਿਹੜੇ ਸੀਰੀਅਲ ਕਿਲਰ ਨੇ ਸਾਈਕੋ ਕਿਲਰ ਨੇ ਸਾਡੇ ਵਿੱਚ ਵਿਚਰਦੇ ਨੇ ਚੋਰ ਠੱਗ ਲਡੇਰੇ ਸਾਡੇ 'ਚ ਹੀ ਨੇ ਨਾ ਮਨੁੱਖੀ ਤੋਂ ਥੱਲੇ ਆ ਗਿਆ ਪਸ਼ੂਤਾ ਤੇ ਆ ਗਿਆ ਜਿਹੜਾ ਮਨੁੱਖੀ ਤੋਂ ਉੱਪਰ ਪਰਮਾਤਮਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਹਰ ਇੱਕ 'ਚ ਉਹਦਾ ਅੰਸ਼ ਹੈ ਜਦੋਂ ਉਹ ਗਿਰਦਾ ਹੈ ਨਾ ਜਦੋਂ ਉਹ ਥੱਲੇ ਆਂਦਾ ਹੈ ਉਦੋਂ ਬਦਨਾਮ ਹੁੰਦਾ ਹੈ ਜਿਹੜੇ ਗੁਰੂ ਮਹਾਰਾਜ ਸੀ ਉਸ ਕੁਰਸੀਆਂ ਨੂੰ ਸਾਹਮਣੇ ਉਸ ਗੱਦੀਆਂ ਨੂੰ ਸਾਹਮਣੇ ਲੈ ਕੇ ਨਹੀਂ ਸੀ ਉਹ ਤਾਂ ਹੈ ਮਨੁੱਖੀ ਸਭਿਅਤਾ ਦੇ ਵਿੱਚ ਕਿਉਂਕਿ ਸਾਨੂੰ ਇੱਕ ਸਹਾਰਾ ਚਾਹੀਦਾ ਹੈ ਵੀ ਹੁਣ ਗੁਰੂ ਜੀ ਨੇ ਕਹਿਤਾ ਹੁਣ ਤਾਂ ਇਹ ਕੰਮ ਹੋਊਗਾ ਹੁਣ ਤਾਂ ਮਹਾਰਾਜ ਜੀ ਨੇ ਅਸ਼ੀਰਵਾਦ ਦਿੱਤਾ ਹੁਣ ਤਾਂ ਜੈ ਜੈਕਾਰ ਹੈ ਫਿਰ ਉਹ ਸਾਡੀ ਜਿੱਦਾਂ ਮਾਨਸਿਕ ਸਥਿਤੀ ਨੂੰ ਹੀ ਪੂਰਾ ਫਰੇਮ ਕਰ ਦਿੰਦੇ ਆ ਗੱਲ ਕਿੱਥੋਂ ਕਹੀ ਜਾ ਰਹੀ ਹੈ ਇਹ ਬੜਾ ਮੈਟਰ ਕਰਦਾ ਹੈ ਕੌਣ ਕਹਿ ਰਿਹਾ ਨਹੀਂ ਗੱਲ ਕਿੱਥੋਂ ਫਲਾਣੇ ਡੇਰੇ ਦੇ ਮਹਾਰਾਜ ਨੇ ਗੱਲ ਕਹੀ ਫਲਾਣੇ ਹਸਪਤਾਲ ਦੇ ਡਾਇਰੈਕਟਰ ਨੇ ਕਿਹਾ ਵੀ ਪਾਣੀ ਬਹਿ ਕੇ ਪਿਓ ਜੀ ਤੁਹਾਡੇ ਡੈਡੀ ਕਹ ਲੈਣ ਤੁਹਾਡੇ ਦਾਦਾ ਜੀ ਕਹਣ ਆਪਾਂ ਨਹੀਂ ਮੰਨਣੀ ਤੁਹਾਨੂੰ ਡਾਕਟਰ ਕਹਿੰਦੇ ਬਿਠਾ ਕੇ ਹਲੋ ਪਾਣੀ ਹਾਂਜੀ ਹਾਂਜੀ ਕੱਲ ਤੋਂ ਸ਼ੁਰੂ ਗੱਲ ਕਿੱਥੋਂ ਕਹੀ ਜਾ ਰਹੀ ਹੈ ਜੀ ਕਿਹੜੇ ਮੰਚ ਤੋਂ ਕਹੀ ਜਾ ਰਹੀ ਹੈ ਤੇ ਮੈਨੂੰ ਲੱਗਦਾ ਹੈ ਵੀ ਪ੍ਰਮਾਤਮਾ ਨੇ ਨਾ ਕੋਟੇ ਜੇ ਵੰਡਤੇ ਜੀ ਆਪਾਂ ਐਤਵਾਰ ਨੂੰ ਕਿਸੇ ਮੱਠ ਮੈਂ ਵੀ ਹੁਣ ਕਿਸਦਾ ਨਾਮ ਨਹੀਂ ਲੰਦਾ ਕਿਸੇ ਮੱਠ ਕਿਸੇ ਡੇਰੇ ਚਲੇ ਜਾਈਏ ਉੱਥੇ ਭੀੜ ਲੱਗੀ ਹੋਈ ਹੈ ਜੀ ਤਾਂ ਉਹਨਾਂ ਚ ਕੁਝ ਚੰਗੇ ਵੀ ਨੇ ਕੁਝ ਮਾੜੇ ਵੀ ਨੇ ਤੇ ਆਪਾਂ ਕਹਿ ਦਿੰਨੇ ਆ ਵੀ 50 ਹਜ਼ਾਰ ਬੰਦਾ ਉੱਥੇ ਜਾਂਦਾ ਹੈ 40 ਹਜ਼ਾਰ ਬੰਦਾ ਉੱਥੇ ਜਾਂਦਾ ਹੈ ਭਾਈ ਬਹੁਤ ਭੀੜ ਹੈ ਬਹੁਤ ਭੀੜ ਹੈ ਪ੍ਰਮਾਤਮਾ ਨੇ ਵੰਡਤਾ ਵੀ ਅੱਦਰ ਲੱਗੇ ਰਹਿਣਗੇ ਕੰਮ ਇਹ ਅੱਦਰ ਲੱਗੇ ਰਹਿਣਗੇ ਕੰਮ ਤਾਂ ਹੀ ਹਜੇ ਕੈਲੀ ਆਪਾਂ ਨੁਕਸਾਨ ਘਟ ਹੋ ਰਿਆ ਦੁਨੀਆ ਦਾ ਉਹਨਾਂ ਚੋਰੀਆਂ ਠੱਗੀਆਂ ਬਲਤਕਾਰ ਇਦਾਂ ਦੇ ਗਨਾਹ ਇਹਨਾਂ ਨੂੰ ਅਸੀਂ ਕਹਿੰਨੇ ਆ ਉਹੋ ਜਾਣੇ ਸੀ ਜਦੋਂ ਇੱਕ ਫੌਜੀ ਬੰਦਾ ਮਾਰਦਾ ਹੈ ਨਾ ਉਹਨੂੰ ਇਨਾਮ ਮਿਲਦਾ ਹੈ ਵੀ ਤੂੰ ਦੂਜੇ ਦੇਸ਼ ਦਾ ਮਾਰਿਆ ਹੋਵੇ ਆਪਣੇ ਦੇਸ਼ ਦਾ ਨਹੀਂ ਇੱਕ ਫੌਜੀ ਇਹ ਦੂਜੇ ਦੇਸ਼ ਦੇ ਬੰਦੇ ਨੂੰ ਮਾਰਦਾ ਹੈ ਆਪਾਂ ਉਹਨੂੰ ਕਹਿੰਨੇ ਆ ਬੜਾ ਵੀਰ ਫੌਜੀ ਹੈ ਜਦੋਂ ਇੱਕ ਬੰਦਾ ਬੰਦੇ ਨੂੰ ਮਾਰਦਾ ਹੈ ਤਾਂ ਅਸੀਂ ਕਹਿੰਨੇ ਆ ਵੀ ਨੇ ਹੱਤਿਆ ਕਰਤੀ ਨੇ ਮਰਡਰ ਕਰਤਾ ਉਹਨੂੰ ਸਜ਼ਾ ਲਾਉਣੀ ਹੈ ਜੀ ਨਿਯਮ ਕਿਨੇ ਬਣਾਇਆ ਹੈ ਇੰਸਾਨ ਨੇ ਇਸ ਤਰ੍ਹਾਂ ਹੀ ਜੋਤਿਸ਼ ਹੈ ਉਹਨਾਂ ਨੇ ਆਪੇ ਲਿਖਤਾ ਵੀ ਐ ਹੋਊਗਾ ਜਦੋਂ ਇੱਕ ਕਿਤਾਬ ਮੈਂ ਲਿਖ ਰਿਹਾ ਹਾਂ ਨਾ ਲਾਜ਼ਮੀ ਹੈ ਮੈਂ ਆਪਣੇ ਫਾਇਦੇ ਦੀਆਂ ਗੱਲਾਂ ਲਿਖਾਂਗਾ ਬਿਲਕੁਲ ਉੱਥੇ ਗਲਤ ਹੋ ਗਈ ਨਿਰਪੱਖ ਨਿਰਵੈਰ ਨਿਰਪੋਤ ਇੱਕ ਹੋਰ ਵੀ ਨਿਰਪੱਖ ਦੋ ਜਵਾਬ ਅਸੀਂ ਤਾਂ ਪ੍ਰੀਜਡਾਈਜ਼ ਕਰਦੇ ਹਾਂ ਨਾ ਅਸੀਂ ਕਰਦੇ ਹਾਂ ਪ੍ਰੀ ਜਜ ਜਦੋਂ ਚੀਜ਼ਾਂ ਨੂੰ ਪ੍ਰਿਜ਼ਰਾਈਜ਼ ਕੀਤਾ ਜਾਂਦਾ ਹੈ ਮੈਂ ਪੈਟਰਨ ਤੇ ਹੀ ਦੇਖਿਆ ਵੀ ਘੜੀ ਐਪਲ ਦੀ ਫੋਨ ਐਪਲ ਦਾ سونے ਦੀ ਚੈਨ ਪਾਈ ਹੈ ਤਾਂ ਬਹੁਤ ਅਮੀਰ ਹੈ ਸਮਝ ਮੇਰੀ ਗੱਲ ਉਹ ਮੈਂ ਪਹਿਲਾਂ ਹੀ ਸੰਦੇਸ਼ ਦਿੱਤਾ ਹੁਣ ਦਿਮਾਗ ਦਿਓ ਉਹਦੀ ਐਪਲ ਦੀ ਵਾਚ ਡੁਪਲੀਕੇਟ ਹੋਵੇ سونے ਦੀ ਚੈਨ ਡੁਪਲੀਕੇਟ ਹੋਵੇ ਉਹਦਾ ਫੋਨ ਡੁਪਲੀਕੇਟ ਹੋਵੇ ਮੈਨੂੰ ਤਾਂ ਪਤਾ ਨਹੀਂ ਉਹਨੇ ਸ਼ੌਪ ਲਈ ਰੱਖਿਆ ਹੋਵੇ ਪਰ ਮੈਂ ਉਹ ਉੱਤੇ ਪੰਚਾਦਾ ਇਹਦੇ ਲਈ ਮੈਨੂੰ ਜਾਣਨਾ ਜ਼ਰੂਰੀ ਹੈ ਉਹਦੀ ਜ਼ੁਬਾਨ ਨੂੰ ਤੇ ਉਹਨੂੰ ਤੇ ਮੈਨੂੰ ਤਾਂ ਮੈਂ ਕਹਿ ਸਕਦਾ ਵੀ ਇਸ ਤਰ੍ਹਾਂ ਦਾ ਹੋ ਸਕਦਾ ਜੀ ਜਿਵੇਂ ਗੁਰੂ ਨੇ ਨਾ ਉਹਨਾਂ ਨੂੰ ਸਲਾਮ ਨਹੀਂ ਹੈ ਜਿਹੜੀਆਂ ਗੱਡੀਆਂ ਤੇ ਉਹ ਬੈਠੇ ਨੇ ਉਹਨਾਂ ਨੂੰ ਸਲਾਮ ਹੈ ਜਿਹੜੇ ਉਹਨਾਂ ਨੇ ਬਾਣੇ ਨੂੰ ਨਮਸਕਾਰ ਹੈ ਔਰ ਜਿਹੜਾ ਬੰਦਾ ਬਾਣੇ ਨੂੰ ਦਾਗ ਲਾਂਦਾ ਹੈ ਬਾਣੇ ਨੂੰ ਦਾਗ ਲਾਂਦਾ ਹੈ ਜੀ ਉਹਨੂੰ ਕੋਈ ਮਾਫੀ ਨਹੀਂ ਹੈ ਉਹ ਕੋਈ ਵੀ ਹੋਵੇ ਕਿਸੇ ਵੀ ਤਰ੍ਹਾਂ ਦਾ ਹੋਵੇ ਕਈ ਵਾਰੀ ਕੀ ਹੁੰਦਾ ਕਿ ਆਪਾਂ ਨਾਰਮਲੀ ਵੀ ਡਿਸਕਸ਼ਨਸ ਕਰਦੇ ਆ ਨਾ ਤੇ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਪੋਜ਼ਿਟਿਵ ਲੈਂਦੇ ਕਈ ਹੁੰਦੇ ਨੈਗੇਟਿਵ ਲੈਂਦੇ ਆ ਹੁਣ ਕਈ ਕਹਿੰਦੇ ਆ ਕਿ ਯਾਰ ਕੋਈ ਵੀ ਕੁਝ ਵੀ ਬੋਲ ਦਿੰਦਾ ਆਪਾਂ ਤੁਹਾਨੂੰ ਯਕੀਨ ਕਰੀਏ ਆਪਾਂ ਤੁਹਾਨੂੰ ਯਕੀਨ ਕਰੀਏ ਜੇ ਤਾਂ ਉਹ ਗੱਲ ਮੈਂ ਸਿਰਫ ਆਪਣੇ ਬ੍ਰੇਨ ਦੇ ਡੋਪਾ ਮਾਈਨ ਸ਼ਾਰਟ ਲਈ ਕਹਿ ਰਿਹਾ ਫਿਰ ਤਾਂ ਉਹ ਦੇਖੋ ਗਲਤ ਹੈ ਜੇ ਵਾਕਈ ਮੇਰੇ ਅੰਦਰ ਫौलाਦ ਹੈ ਵਾਕਈ ਮੇਰੇ ਅੰਦਰ ਫौलाਦ ਹੈ ਤਾਂ ਆਪਾਂ ਪੰਜਾਬ ਦੀ ਗੱਲ ਕਰੀਏ ਮਿਲਖਾ ਸਿੰਘ ਵਰਗਾ ਯੁਵਰਾਜ ਵਰਗਾ ਨਾਮ ਕਰ ਸਕਦੇ ਆ ਮੇਰਾ ਪੁਆਇੰਟ ਸਮਝਿਓ ਪਰ ਜੇ ਆਪਾਂ ਕਹੀਏ ਵੀ ਮੇਰੇ ਅੰਦਰ ਤਾਂ ਮੈਂ ਥੋੜੇ ਦਿਲੋਂ ਕੁਝ ਮੈਂ ਮੰਨ ਨਹੀਂ ਮੰਨਦਾ ਨਾ ਗੱਲਾਂ ਨੂੰ ਪਰ ਮੈਂ ਅੰਦਰ ਤਾਂ ਗੱਲ ਬਿਠਾ ਲਈ ਇਹ ਗਲਤ ਹੈ ਮੇਰੀ ਚਮੜੀ ਕਿੰਨੀ ਮੋਟੀ ਹੈ ਮੇਰੀ ਸਿਹਤ ਤੇ ਕਿੰਨਾ ਅਸਰ ਹੈ ਜੀ ਬੜਾ ਫਰਕ ਪੈਂਦਾ ਹੈ ਮੇਰੇ ਅੱਖਾਂ ਬੰਦ ਕਰਨ ਨਾਲ ਸੂਰਜ ਦਾ ਵਜੂਦ ਖਤਮ ਨਹੀਂ ਹੋ ਗਿਆ ਜੀ ਸੂਰਜ ਹੈਗਾ ਮੈਨੂੰ ਅੱਖਾਂ ਖੋਲਣੀਆਂ ਪੈਣੀਆਂ ਐਸਟ੍ਰੋਲੋਜੀ ਚਲੋ ਅਲੱਗ ਚੀਜ਼ ਹੈ ਇੱਕ ਪਾਮਿਸਟਰੀ ਦੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਵੈਰੀ ਗੁੱਡ ਕਿ ਪਾਮਿਸਟਰੀ ਦੇ ਵਿੱਚ ਨਾ ਅਕਸਰ ਹੱਥ ਦੀ ਰੇਖਾ ਦੇਖ ਕੇ ਦੱਸਦੇ ਆ ਇਹਨਾਂ ਹੱਥੋਂ ਕੀ ਲਕੀਰੋਂ ਤੇ विश्वास नहीं हाँ। करते मेरे दोस्त हाँ। हाथों की लकीरों पे विश्वास नहीं करते मेरे दोस्त किस्मतें उनकी भी होती हैं जिनके।, जिनके हाथ नहीं होते एक्जेक्टली वही चीज मैं कहूंगा कि जब पामिस्ट्री इतना ही स्ट्रांग विजन है तो लकीरें देख के दोस्तों जिन्हें आप नहीं करो कभी <laughs> को कर बुलंद इतला खुदा हर तकरीर से पहले पूछे या बंदे तेरी रजा क्या है ਹੱਥਾਂ ਦੀਆਂ ਰਖਾਵਾਂ ਬਦਲਦੀਆਂ ਰਹਿੰਦੀਆਂ ਨੇ ਜੀ ਮੈਂ ਹੱਥਾਂ ਦੀਆਂ ਰਖਾਵਾਂ ਦੀ ਗੱਲ ਨਹੀਂ ਕਰਦਾ ਛੋਟੇ ਵੀਰ ਹੱਥਾਂ ਦੀਆਂ ਰਖਾਵਾਂ ਤੋਂ ਬਿਨਾ ਸਾਡੇ ਜ਼ੁਬਾਨ ਦੀਆਂ ਗ੍ਰੰਥੀਆਂ ਵੀ ਜੇ ਇਸ ਪੂਰੇ ਵਰਡ ਦੀ ਆਬਾਦੀ ਆਪਾਂ ਮੰਨ ਲਈਏ ਵੀ 2000 ਕਰੋੜ ਹੈ ਉਹ ਵੀ ਅਲੱਗ-ਲੱਗ ਨੇ ਸਾਡੇ ਜ਼ੁਬਾਨ ਦੀਆਂ ਗ੍ਰੰਥੀਆਂ ਜਿਹੜੀ ਚੀਜ਼ ਮੂੰਹ ਦੇ ਅੰਦਰ ਹੈ ਜੇ ਕੋਈ ਕੋਈ ਇੱਕ ਦੇ ਵਿੱਚ ਸਕੈਨਰ ਬਣੇਗਾ ਤਾਂ ਸ਼ਾਇਦ ਜ਼ੁਬਾਨ ਦਾ ਵੀ ਬਣੇਗਾ ਸੱਚ ਕਹ ਰਿਹਾ ਹੈ ਮੈਡੀਕਲ ਜੀ ਤਨਾ ਹੱਥਾਂ ਦੇ ਲਖੇ ਨਾ ਤੁਹਾਡੀਆਂ ਹੋਰ ਨੇ ਮੇਰੀਆਂ ਹੋਰ ਨੇ ਔਰ ਸਾਡੇ ਜੇ ਮੈਂ ਹਿੰਦੁਸਤਾਨ ਦੀ ਜਾਂ ਭਾਰਤ ਦੀ ਗੱਲ ਕਰਾਂ ਤਾਂ ਫਿੰਗਰਪ੍ਰਿੰਟ ਆਧਾਰ ਕਾਰਡ ਨੇ ਇਹਨੂੰ ਸਿੱਧ ਕਰਤਾ ਤੁਸੀਂ ਆਪਣਾ ਲਾਓ ਚਾਹੇ 150 ਕਰੋੜ ਆਬਾਦੀ ਹੈ ਸਭ ਦੀ ਲਗ ਲਗ ਹੈ ਤਾਂ ਇਹ ਅਲੱਗ-ਅਲੱਗ ਨੇ ਇੱਕ ਤਾਂ ਮਤਲਬ ਕੋਈ ਐਦਾਂ ਦੀ ਕਿਤਾਬ ਬਣੀ ਹੋਣੀ ਜਿਹੜੀ ਇਹਨਾਂ ਬਾਰੇ ਦੱਸ ਸਕੇ ਸਮਝੋ ਪ੍ਰੈਕਟੀਕਲ ਜੀ ਉੱਥੇ ਵੀ ਅਨੁਮਾਨ ਦੀ ਭਾਸ਼ਾ ਹੁੰਦੀ ਹੈ ਵੀ ਇਹ ਚੀਜ਼ ਇਦਾਂ ਚੱਲੂਗੀ ਇਹ ਚੀਜ਼ ਇਦਾਂ ਚੱਲੂਗੀ ਸਟਰੋਂਗ ਕੀ ਹੁੰਦਾ ਹੈ ਸਟਰੋਂਗ ਹੁੰਦਾ ਡਾਕਟਰ ਸਟਰੋਂਗ ਹੁੰਦਾ ਪਾਮਿਸਟ ਜਿਹੜਾ ਉਹਦੀ ਸਟੱਡੀ ਕਰ ਰਿਹਾ ਹੈ ਉਹ ਸਾਨੂੰ ਕਿੰਨਾ ਅਨੁਮਾਨ ਸਹੀ ਦਿੰਦਾ ਹੈ ਉਹ ਪਹਿਲਾਂ ਕੁਝ ਸਵਾਲ ਕਰਦਾ ਐਦਾਂ ਹੋਇਆ ਸੀ ਐਦਾਂ ਹੋਇਆ ਸੀ ਫਿਰ ਐਦਾਂ ਹੋਇਆ ਹੁਣ ਫਿਰ ਐਦਾਂ ਹੋਇਆ ਹੁਣ ਜਿਹੜਾ ਐਦਾਂ ਹੋਇਆ ਸੀ ਐਦਾਂ ਹੋਇਆ ਹੁਣ ਉਹ ਤੋਂ ਵੇਰਵਾ ਕੱਢਦੇ ਨੇ ਉਹ ਤਾਂ ਕਿ ਗਲਤੀ ਨਾ ਕਰਨ ਮੈਨੂੰ ਪੁਆਇੰਟ ਸਮਝ ਰਿਓ ਮੈਂ ਚਲੰਦਰ ਤੋਂ ਦਿੱਲੀ ਜਾਣਾ ਹੈ ਲੁਧਿਆਣਾ ਆ ਗਿਆ ਸਰਹੰਦ ਆ ਗਿਆ ਜੀ ਅੱਛਾ ਅੰਬਾਲਾ ਆ ਗਿਆ ਹਾਂ ਦਿੱਲੀ ਵਾਲੇ ਰਸਤੇ ਤੇ ਹੀ ਹੋ ਜੀ ਨਹੀਂ 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 ਸਰਹੰਦ ਤੋਂ ਪਟਿਆਲਾ ਆ ਗਿਆ ਨਹੀਂ ਗਲਤ ਮੁੜ ਗਏ ਵਾਪਸ ਆ ਜਾਓ ਇਹ ਅਨੁਮਾਨ ਨੇ ਜਦੋਂ ਮੈਂ ਕਹਿੰਦਾ ਸਿੱਧਾ ਜਾ ਯਾਰ ਤੂੰ ਪਟਿਆਲੇ ਜਾ ਜਿੱਥੇ ਮਰਜ਼ੀ ਜਾ ਤੂੰ ਦਿੱਲੀ ਪਹੁੰਚ ਜਾਣਾ ਨਹੀਂ ਜੀਪੀਐਸ ਉਹ ਜਿਹੜਾ ਪਾਮਿਸਟ ਹੈ ਨਾ ਸੱਚੀ ਵਿਦਿਆ ਹੈ ਹਰ ਇੱਕ ਬੰਦੇ ਦੇ ਹੱਥ ਲੱਗ ਲੱਗ ਨੇ ਪਰ ਉਹ ਅਨੁਮਾਨ ਲਾ ਸਕਦੇ ਨੇ 150 ਕਰੋੜ ਕਿਤਾਬਾਂ ਕੌਣ ਲਿਖੂ ਕੌਣ ਪੜੂ ਬਿਲਕੁਲ ਅਨੋਮ ਹੈ ਕਿੰਨਾ ਲੱਗਦਾ ਹੈ ਕਿੰਨਾ ਕਸਈ ਉਸ ਬੰਦੇ ਦਾ ਤਜਰਬਾ ਕਿੰਨਾ ਹੈ ਉਹਨੇ ਕਿੰਨੇ ਘੱਟ ਪੜੇ ਨੇ ਉਹਨੇ ਕਿੰਨੇ ਚਿਹਰੇ ਪੜੇ ਨੇ ਜੇ ਅਸੀਂ ਆਪਣੇ ਆਪ ਆਟੋ ਬਾਇਓਗ੍ਰਾਫੀ ਲਿਖੀਏ ਨਾ ਅਸੀਂ ਉਹ ਵੀ ਸੱਚੀ ਨਹੀਂ ਲਿਖਾਂਗੇ ਬਿਲਕੁਲ ਡੂੰਗੀ ਆ ਥੋੜੀ ਜੀ ਸਮਝਿਓ ਬਿਲਕੁਲ ਮੇਰੇ ਮੰਚ ਮੇਰੇ ਦੋਸਤ ਦੇ ਘਰ ਪ੍ਰਤੀ ਕੀ ਚੱਲਦਾ ਹੈ ਉਦੀ ਭੈਣ ਪ੍ਰਤੀ ਕੀ ਚੱਲਦਾ ਹੈ ਸਾਹਮਣੇ ਪਈ ਤਜੋਰੀ ਪ੍ਰਤੀ ਕੀ ਚੱਲਦਾ ਮੈਂ ਲਿਖੂਗਾ ਜੇ ਚੋਰ ਉਹੀ ਨਹੀਂ ਬਣਿਆ ਜਿਹਨੂੰ ਮੌਕਾ ਨਹੀਂ ਮਿਲਿਆ ਜਿਹਨੂੰ ਮਿਲ ਗਿਆ ਉਹ ਬਣ ਗਿਆ ਹਾਂ ਜੀ ਐਸਟ੍ਰੋਲੋਜੀ ਦੀ ਗੱਲਾਂ ਕਰੀਏ ਯਾਰ ਡੁੱਗੇ ਹੋਈ ਜਾਂਦੇ ਆ ਜਿਹੜੇ ਵਿਸ਼ੇ ਲਈ ਤੁਸੀਂ ਮੈਨੂੰ ਬੁਲਾਇਆ ਹੈ ਮੈਨੂੰ ਜੋ ਡਿਸਕਸ ਹੋਈਆਂ ਨਾ ਉਹ ਟੂ ਗਾਣ ਕੋਈ ਸਵਾਲ ਸੀ ਮੇਰੇ ਮੈਗਨ ਤੁਸੀਂ ਬੁਲਾਓ ਮੈਨੂੰ ਕੱਲ ਬਹੁਤ ਵਧੀਆ ਸੀ ਕਾਫੀ ਚੀਜ਼ਾਂ ਤਾਂ ਕਲੀਅਰਾਈ ਹੋਈ ਗਈਆਂ ਬਾਕੀ ਵਧੀਆ ਲੱਗਾ ਗੱਲ ਕਰਕੇ ਤੁਹਾਡੇ ਨਾਲ ਵੀ ਬਹੁਤ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਇਹ ਕਹਿ ਸਕਦਾ ਕਿ ਜੋ ਚੀਜ਼ਾਂ ਸੀ ਸਵਾਲ ਜਵਾਬ ਮੈਨੂੰ ਪਤਾ ਲੱਗੇ ਉਹ ਆਡੀਅנס ਨੂੰ ਵੀ ਪਤਾ ਲੱਗਣਗੇ ਕਾਫੀ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਐਂਡ ਹੋਪ ਹੈ ਕਿ ਅਪਾ ਜਲਦੀ ਫੇਰ ਇੱਕ ਹੋਰ ਕਰਾਂਗੇ ਡੈਫੀਨਟਲੀ ਆਪਾਂ ਹੋਰ ਕਰਦੇ ਰਵਾਂਗੇ ਸ਼ਸ਼ੀਗਾਂ ਜਸਨਵਾ थैंक यू